ਕਰੀਏ ਗੁਰੂ ਚਰਨਾਂ ਵਿੱਚ ਬਾਕੀ ਦਾ ਵੀ ਸਮਾਂ ਲੇਖੇ 'ਚ ਲੱਗੇ। ਥੋੜ੍ਹੇ ਹੀ ਦਿਨਾਂ ਨੂੰ ਦੀਵਾਲੀ ਆ ਰਹੀ ਹੈ, ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰੀਏ। ਇਹ ਜਿਹੜੇ ਦਿਨ ਤਿਉਹਾਰ ਨੇ, ਕੋਈ ਕਿਵੇਂ ਚੱਲਿਆ, ਕੋਈ ਕਿਵੇਂ ਚੱਲਿਆ। ਇੱਕ ਆ ਗਾਂ ਆਉਣੀ ਹੈ ਲੋਹੜੀ, ਲੋਹੜੀ ਜਿਹੜੀ ਹੈ ਪ੍ਰਹਲਾਦ ਦੀ ਭੈਣ ਤੋਂ ਚੱਲੀ, ਲੋਲਕਾ ਉਹਦਾ ਨਾਂ ਸੀ। ਪ੍ਰਹਲਾਦ ਦੀ ਉਮਰ 9 ਸਾਲ ਸੀ, ਇਹਦੀ 7 ਸਾਲ।
ਇਹ ਕਹਿ ਰਹੀ ਹੈ ਪਿਤਾ ਜੀ ਮੇਰੇ ਵੀਰ ਨੇ ਕੀ ਵਿਗਾੜਿਆ ਅੱਗ 'ਚ ਸਾੜ ਦਿਓ, ਇਹਨੂੰ ਹੀ ਵਿੱਚੇ ਸੁੱਟ ਦਿੱਤਾ। ਇਹਦੀ ਭੂਆ ਜਿਹੜੀ ਸੀ ਹੋਲੀ ਮਨਾਉਂਦੇ ਨੇ, ਉਹਨੇ ਵੇਦ ਮੰਤਰ ਸਿੱਧ ਕੀਤੇ ਹੋਏ ਸੀ, ਉਹ ਆਪ ਤਾਂ ਸੜ ਗਈ, ਪ੍ਰਹਲਾਦ ਦਾ ਵਾਲ ਵਿੰਗਾ ਨਹੀਂ ਹੋਇਆ। ਪਰ ਜਿਹੜੇ ਇਹਦੇ ਨੌਕਰ ਚਾਕਰ ਸੀ ਹਣਾ ਕੁਛ ਦੇ, ਉਹ ਕਹਿੰਦੇ ਜੀ ਚਾਦਰ ਸੀ ਉੱਤੇ ਡਿੱਗ ਪਈ, ਕੋਈ ਬਿਲਡ ਥੋੜ੍ਹੀ ਹੋ ਗਈ, ਯਾਰ ਸਵੇਰੇ ਕਿਧਰੋਂ ਕਿਧਰੋਂ ਲੱਗ ਹੀ ਜਾਣੀ ਚਾਹੀਦੀ ਸੀ, ਕੋਈ ਚਾਦਰ ਚੂਦਰ ਨਹੀਂ ਸੀ, ਕੁਛ ਨਹੀਂ ਸੀ, ਕੇਵਲ ਨਾਮ ਦੀ ਹੀ ਬਰਕਤ ਸੀ। ਤੂੰ ਪ੍ਰਹਲਾਦ ਦੀ ਭੈਣ ਤੋਂ ਇਹ ਲੋਹੜੀ ਚੱਲੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਆਏ, ਗੁਰੂ ਜੀ ਕਹਿੰਦੇ ਖਾਲਸਾ ਜੀ ਤੁਸੀਂ ਲੋਹੜੀ ਨਹੀਂ ਮਨਾਉਣੀ, ਪਰ ਮਾਈਆਂ ਨੂੰ ਕੌਣ ਸਮਝਾਏ, ਇਹ ਤਾਂ ਗੋਹੇ ਇਕੱਠੇ ਕਰ ਲੈਂਦੀਆਂ, ਅੱਗ ਲਾਉਣੀ ਆਹ ਕਰਨਾ, ਇਹ ਸਾਡੇ ਸਿੱਖਾਂ ਦਾ ਤਿਉਹਾਰ ਨਹੀਂ ਹੈ। ਹੋਲਾ ਮਹੱਲਾ ਮਨਾਉਂਦੇ ਨੇ ਸਿੰਘ, ਸੋ ਦੀਵਾਲੀ ਬਾਰੇ ਬੜੀਆਂ ਵਿਚਾਰਾਂ ਨੇ, ਪਰ ਸਿੱਖ ਜ਼ਿਆਦਾਤਰ ਕਦੋਂ ਤੋਂ ਮਨਾਉਂਦੇ, ਇਤਿਹਾਸ ਹੈ ਬੜਾ ਵੱਡਾ। ਆਪਾਂ ਥੋੜ੍ਹਾ ਅੱਗੇ ਜਾ ਕੇ ਸ਼ੁਰੂ ਕਰਦੇ ਹਾਂ ਕਿ ਜਦੋਂ ਚੰਦੂ ਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਚਿੱਠੀ ਘੱਲੀ, ਕਹਿੰਦੇ ਦੇਖੋ ਗੁਰੂ ਸਾਹਿਬ ਤੁਹਾਡੇ ਪਿਤਾ ਜੀ ਨਾਲ ਮੈਂ ਕੀ ਕੀਤਾ ਅਤੇ ਕਰਾਂਗਾ ਤੁਹਾਡੇ ਨਾਲ, ਨਹੀਂ ਤਾਂ ਜਿਵੇਂ ਮੈਂ ਕਹਿੰਦਾ ਆਖੇ ਲੱਗ ਜਾਓ, ਰਿਸ਼ਤਾ ਵੀ ਲੈ ਲਓ, ਹੋਰ ਵੀ ਛੋਟੇ ਛੋਟੇ ਕਈ ਕੰਮ ਨੇ, ਉਹ ਤਾਂ ਮੰਨੇ ਨਹੀਂ, ਤੁਸੀਂ ਮੰਨੋ। ਇਹਦੀ ਲੜਕੀ ਜਿਹੜੀ ਸੀ ਹਰਜਾਸੋ ਦਾ ਨਾਂ ਸੀ, ਉਹ ਫਿਰ ਕਿਤੇ ਵੀ ਨਹੀਂ ਸੀ ਵਿਆਹੀ ਗਈ, ਚਲਾਣੀ ਕਰ ਗਈ ਸੀ। ਹੁਣ ਗੁਰੂ ਜੀ ਨੇ ਚਿੱਠੀ ਦਾ ਉੱਤਰ ਦਿੱਤਾ, ਕਹਿੰਦੇ ਦੀਵਾਨ ਚੰਦੂਮੱਲ ਕੰਨ ਖੋਲ ਕੇ ਸੁਣ ਧਿਆਨ ਨਾਲ, ਜਿੱਥੇ ਸਮੁੰਦਰ ਹੈ ਇੱਥੇ ਟਿੱਬੇ ਹੋ ਜਾਣ, ਜਿੱਥੇ ਪਹਾੜ ਹੈ ਇੱਥੇ ਸਮੁੰਦਰ ਹੋ ਜਾਏ, ਦਿਨ ਲੈਂਦੇ ਵੱਲੋਂ ਚੜ ਜਾਏ, ਇਹ ਤਾਂ ਹੋ ਸਕਦਾ, ਪਰ ਗੁਰੂ ਅਰਜਨ ਦੇਵ ਜੀ ਦੇ ਬਚਨ ਕੈਂਸਲ ਹੋ ਜਾਣ ਇੱਧਰ ਅਤੇ ਉੱਧਰ, ਇਹ ਨਹੀਂ ਹੋ ਸਕਦਾ। ਬਾਕੀ ਰਹੀ ਤੇਰੀ ਗੱਲ, ਸਮਾਂ ਗਿਆ ਬੀਤ, ਹੁਣ ਅੱਗੇ ਵਾਲੀ ਗੱਲ ਨਹੀਂ ਹੈ, ਜਿਵੇਂ ਤੈਨੂੰ ਠੀਕ ਲੱਗੇ, ਜਦੋਂ ਤੈਨੂੰ ਠੀਕ ਲੱਗੇ, ਸਾਡੀ ਤਿਆਰੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਜਿਸ ਤਰ੍ਹਾਂ ਵੀ ਠੀਕ ਲੱਗੇ ਅਸੀਂ ਤਿਆਰ ਹਾਂ। ਪਰ ਗੁਰੂ ਅਰਜਨ ਦੇਵ ਜੀ ਦੇ ਬਚਨ ਇੱਧਰ ਅਤੇ ਇੱਧਰ ਇਹ ਕਦੇ ਵੀ ਨਹੀਂ ਹੋਣਗੇ, ਕਸਰ ਨਾ ਛੱਡੀਆਂ। ਚੰਦੂ ਨੇ ਚਿੱਠੀ ਪੜ੍ਹੀ, ਸੋਚਦਾ ਕੀ ਕੀਤਾ ਜਾਏ, ਕੁਲਾਈਏ ਸਕੀਮ, ਉੱਧਰ ਜਹਾਂਗੀਰ ਬਿਮਾਰ ਹੋ ਗਿਆ, ਇੰਨੇ ਹੀ ਬੰਦਾ ਘੱਲਿਆ ਵੀ ਇਉਂ ਕਰਕੇ ਕਰੋ, ਜਿਵੇਂ ਕਈ ਘਰਾਂ ਵਿੱਚ ਨਹੀਂ ਆ ਜਾਂਦੇ, ਸਾਹਿਬ ਦਾਦਿਆਂ ਪੜਦਾਦਿਆਂ ਦੇ ਨਾਂ ਦੱਸ ਦਿੰਦੇ ਨੇ, ਬੰਦਾ ਹੈਰਾਨ ਹੋ ਜਾਂਦਾ ਵੀ ਇਹਨਾਂ ਨੂੰ ਕਿਵੇਂ ਪਤਾ, ਉਹ ਪਿੰਡ 'ਚੋਂ ਕਿਤੇ ਪੁੱਛ ਲੈਂਦੇ ਨੇ ਵੀ ਉਹਦਾ ਲਿਖਾ ਕਿਵੇਂ, ਉਹਦਾ ਲਿਖਾ, ਫਿਰ ਉਹ ਤਰਜਮੀ ਬਣ ਜਾਂਦੇ ਨੇ। ਲੁੱਟਣ ਦਾ ਬੜਾ ਸੋਹਣਾ ਤਰੀਕਾ ਹੈ। ਸੋ ਇਹਨੇ ਬੰਦਾ ਘੱਲਿਆ, ਉਹ ਕਹਿੰਦਾ ਦੇਖੋ ਜੀ ਇੱਕ ਹੋਰ, ਇਹਨੂੰ ਦਿਖਾਓ ਆਪਣੀਆਂ ਰੇਖਾ ਰੁਖਾ ਜਿਹੜਾ ਹਿਸਾਬ ਤਾਂ ਲਾਏਗਾ ਲਾਲ ਕਿਤਾਬਾਂ 'ਚ। ਕਹਿੰਦਾ ਸਰਕਾਰ ਗੱਲ ਇਸ ਤਰ੍ਹਾਂ, ਤੁਹਾਡੇ 'ਤੇ ਹੈ ਸਾੜ ਸਤੀ, ਇਹ ਰਹਿੰਦੀ ਹੈ 7 ਸਾਲ, ਬਚੋ ਨਾ ਬਚੋ ਇਹ ਤਾਂ ਅੱਲਾ ਹੀ ਜਾਣੇ। ਕਹਿੰਦਾ ਬਿਮਾਰ ਤਾਂ ਮਹਾਂ ਬਹੁਤ, ਕੋਈ ਤਰੀਕਾ ਦੱਸੋ। ਕਹਿੰਦੇ ਦੇਖੋ ਜਿਹਦੇ ਨਾਂ ਇਸ ਤਰ੍ਹਾਂ ਦਾ ਹੋਵੇ, ਉਹ ਗੁਰੂ ਵੀ ਹੋਵੇ, ਹਰਗੋਬਿੰਦ ਜੀ ਨਾਂ ਹੋਵੇ, ਇਸ ਤਰ੍ਹਾਂ ਜੇ ਤੁਸੀਂ ਇਹੋ ਜਿਹੇ ਨਾਂ ਦਾ ਕੋਈ ਤੁਹਾਡੇ ਨਿਮਿੱਤ 40 ਕੁ ਦਿਨ 45 ਦਿਨ ਬਸ ਜ਼ਿਆਦਾ ਨਹੀਂ ਗਵਾਲੀਅਰ ਕਿਲ੍ਹੇ 'ਚ ਬੰਦਗੀ ਕਰ ਦੇਣ, ਤਪੱਸਿਆ ਕਰ ਦੇਣ, ਤੁਹਾਡੀ ਸਾੜ ਸਤੀ ਦੂਰ ਹੋ ਜਾਏਗੀ। ਠੀਕ ਹੈ, ਉਹ ਚੰਦੂ ਨੂੰ ਸਲਾਹ ਪੁੱਛੇਗੀ, ਇਹੋ ਜਿਹਾ ਕੌਣ ਲਓ ਜੀ, ਤਾਂ ਆਪਣੇ ਨੇੜੇ ਹੀ ਹੈ ਜੀ, ਅੰਮ੍ਰਿਤਸਰ ਨੇ, ਗੁਰੂ ਹਰਗੋਬਿੰਦ ਜੀ ਉਹਨਾਂ ਦਾ ਨਾਂ ਹੈ, ਤੁਸੀਂ ਸਲਾਹ ਕਰ ਲਓ, ਤੁਹਾਡੀ ਸਾੜ ਸਤੀ ਟਾਲ ਦੇਣ। ਚਿੱਠੀ ਆ ਗਈ ਗੁਰੂ ਸਾਹਿਬ ਜੀ, ਮਹਾਰਾਜ ਮੇਰੇ 'ਤੇ ਹੈ ਸਾੜ ਸਤੀ,
ਬਿਮਾਰ ਬਹੁਤ ਜ਼ਿਆਦਾ ਮੈਂ। ਜੇ ਤੁਸੀਂ ਮੇਰੇ ਨਿਮਿੱਤ, ਮੈਂ ਸੁਣਿਆ ਵੱਡੇ ਪਰਪਕਾਰੀ ਆ ਤੁਸੀਂ, 40 ਦਿਨ ਬੰਦਗੀ ਕਰ ਦਿਓ ਅਤੇ ਮੇਰਾ ਕਸ਼ਟ ਚੱਲ ਟਲ ਜਾਏ। ਗੁਰੂ ਜੀ ਨੇ ਚਿੱਠੀ ਪੜ੍ਹੀ, ਕਹਿੰਦੇ ਚਲੋ ਭਾਈ ਤਿਆਰੀ ਕਰਦੇ। ਬਾਬਾ ਬੁੱਢਾ ਸਾਹਿਬ ਹੋਰ ਮੁਖੀ ਮੁਖੀ, ਤੁਸੀਂ ਸੇਵਾ ਕਰਾਓ। ਹੁਣ ਗੁਰੂ ਮਹਾਰਾਜ ਦੇ ਮਾਤਾ ਗੰਗਾ ਜੀ ਕਹਿੰਦੇ ਲਾਲ ਜੀ ਕਿੱਧਰ ਚੱਲ ਪਏ? ਇਹ ਉਹੀ ਹੈ ਜਹਾਂਗੀਰ, ਤੁਹਾਡੇ ਪਿਤਾ ਜੀ ਨਾਲ ਇਹਨੇ ਕੀ ਕੀਤਾ? ਫਿਰ ਚੰਦੂ ਜਿਹੜਾ ਕਿੱਡਾ ਵੱਡਾ ਚੁਗਲ ਹੈ, ਕੀ ਕੁਛ ਕਰਦਾ ਹੈ, ਤੁਸੀਂ ਦਿੱਲੀ ਨੂੰ ਚੱਲ ਪਏ। ਗੁਰੂ ਜੀ ਕਹਿੰਦੇ ਮਾਤਾ ਜੀ ਸਮਾਂ ਬੀਤ ਗਿਆ, ਹੁਣ ਠੀਕ ਹੀ ਹੋਏਗਾ, ਜੋ ਵੀ ਹੋਏਗਾ, ਤੁਸੀਂ ਸਾਡੇ ਬਾਰੇ ਚਿੰਤਾ ਨਹੀਂ ਕਰਨੀ। ਕੁਛ ਸਮਾਂ ਅਸੀਂ ਜਾ ਰਹੇ ਹਾਂ, ਇਸੇ ਤਰ੍ਹਾਂ ਰਾਜੀ ਖੁਸ਼ੀ ਆ ਕੇ ਮਾਤਾ ਜੀ ਤੁਹਾਡੇ ਦਰਸ਼ਨ ਕਰਾਂਗੇ। ਅਸੀਂ ਬੱਚੇ ਤੁਹਾਡੇ ਸਪੁੱਤਰ ਆ, ਸਾਡੇ ਬਾਰੇ ਨਹੀਂ ਸੋਚਣਾ। ਮਾਤਾ ਜੀ ਕਹਿੰਦੇ ਅੱਛਾ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣ ਗੁਰੂ ਜੀ ਵੱਡੀ ਧੀਰਜ ਦੇ ਕੇ ਦਿੱਲੀ ਨੂੰ ਚੱਲ ਪਏ। ਸਾਰੇ ਬੋਲੇ ਗੁਰੂ ਭਾਈ ਭਲੀ ਕਰੇ ਕਰਤਾਰ, ਵਾਹਿਗੁਰੂ ਭਲੀ ਕਰੇ, ਭਲੀ ਕਰੇ ਕਰਤਾਰ, ਵਾਹਿਗੁਰੂ ਭਲੀ ਕਰੇ, ਭਲੀ ਕਰੇ ਕਰਤਾਰ, ਵਾਹਿਗੁਰੂ ਭਲੀ ਕਰੇ, ਭਲੀ ਕਰੇ ਕਰਤਾਰ, ਵਾਹਿਗੁਰੂ ਭਲੀ ਕਰੇ। ਭਲੀ ਕਰੇ ਕਰਤਾਰ, ਵਾਹਿਗੁਰੂ ਭਲੀ ਕਰੇ, ਭਲੀ ਕਰੇ ਕਰਤਾਰ, ਵਾਹਿਗੁਰੂ ਭਲੀ ਕਰੇ, ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਜੀ ਥੋੜ੍ਹੇ ਜਿਹੇ ਗੁਰਸਿੱਖਾਂ ਸਮੇਤ ਮਜਨੂੰ ਟਿੱਲਾ ਹੈ, ਇੱਥੇ ਗੁਰਦੁਆਰਾ ਹੈ, ਪਹਿਲਾਂ ਗੁਰੂ ਨਾਨਕ ਜੀ ਆਏ ਸੀ। ਇਹ ਮਜਨੂੰ ਕਈ ਹੋਏ ਨੇ, ਲੀਲਾ ਵਾਲਾ ਨਹੀਂ ਹੈ, ਇਹ ਹੋਰ ਹੈ। ਇਹਦਾ ਨਾਂ ਸੀ ਸੰਤ ਮਜਨੂੰ। ਗੁਰੂ ਨਾਨਕ ਜੀ ਨੂੰ ਕਹਿ ਰਿਹਾ, ਮਹਾਰਾਜ ਕੋਈ ਇਹੋ ਜਿਹੀ ਅਸੀਸ ਦਿਓ ਕਿ ਮੇਰਾ ਨਾਂ ਦੁਨੀਆਂ 'ਤੇ ਰਹੇ। ਗੁਰੂ ਜੀ ਕਹਿੰਦੇ ਭਾਈ ਆ ਤਾਂ ਬਹੁਤ ਛੋਟੀ ਜਿਹੀ ਮੰਗ ਮੰਗ ਲਈ, ਤਾਂ ਕੁਛ ਵੀ ਨਹੀਂ, ਨਾ ਰਹੇ ਅੱਛਾ ਰਹਿ ਜਾਏਗਾ। ਕਿੱਥੇ ਚੱਲੇ ਹੈ? ਮਜਨੂੰ ਗੁਰਦੁਆਰਾ, ਮਜਨੂੰ ਟਿੱਲਾ ਗੁਰਦੁਆਰਾ, ਦਿੱਲੀ ਜਮੁਨਾ ਦੇ ਕੰਢੇ। ਇਹ ਸੰਤ ਮਜਨੂੰ ਸੀ। ਹੁਣ ਗੁਰੂ ਜੀ ਇੱਥੇ ਦਰਸ਼ਨ ਦੇ ਹੀ ਰਹੇ ਨੇ ਅਤੇ ਅਗਲੇ ਦਿਨ ਕਾਜੀ ਮੁੱਲਾ ਮਲਾਣੇ ਕਈ ਜਣੇ ਆਏ। ਇਹ ਜੋ ਗੁਰੂ ਮਹਾਰਾਜ ਸੁਣਿਆ ਹੈ, ਗੁਰੂ ਹਰਗੋਬਿੰਦ ਜੀ ਦੇਖੀਏ ਭਲਾ ਕੈਸੇ ਹਨ, ਕਿੰਨੀ ਕੁ ਤਾਕਤ ਰੱਖਦੇ ਨੇ। ਗੁਰੂ ਜੀ ਅਜੇ ਬਚਨ ਬਨਾਸ ਚੱਲ ਹੀ ਰਹੇ ਨੇ, ਇਹਨਾਂ ਦੀ ਜਮਨਾ 'ਤੇ ਬੜਾ ਪ੍ਰਕਾਸ਼ ਹੋਇਆ, ਸਾਰਿਆਂ ਦਾ ਧਿਆਨ ਬੜੀ ਲੈਟ ਪਈ ਇੱਧਰ। ਉਹ ਪ੍ਰਕਾਸ਼ ਦੇ ਵਿੱਚ ਇੱਕ ਬੀਬੀ ਦਾ ਸਰੂਪ ਪ੍ਰਗਟ ਹੋਇਆ, ਉਹ ਤੁਰਦੀ ਆਈ, ਸੂਖਸ਼ਮ ਸਰੀਰ ਸੀ, ਉਹ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ। ਗੁਰੂ ਜੀ ਕਹਿੰਦੇ ਬੇਟਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਸਭ ਜਾਣਦੇ ਹੋ। ਹਾਂ ਕਹਿੰਦੇ ਤਾਂ ਠੀਕ ਹੈ ਪਤਾ, ਪਰ ਇਹਨਾਂ ਨੂੰ ਦੱਸੋ ਆ ਜਿਹੜੇ ਦੇਖਣ ਆਏ। ਉਹ ਕਹਿੰਦੇ ਦੇਖੋ ਗੱਲ ਇਸ ਤਰ੍ਹਾਂ ਹੈ, ਮੇਰਾ ਨਾਂ ਹੈ ਮਾਈ ਸੇਵਾ, ਮੇਰੇ ਨਾਂ 'ਤੇ ਅੰਮ੍ਰਿਤਸਰ ਬਾਜ਼ਾਰ ਵੀ ਹੈ ਮਾਈ ਸੇਵਾ। ਮੈਂ ਕਾਬਰ ਕੰਧਾਰ 'ਚ ਆਉਂਦੀ ਹੁੰਦੀ ਸੀ, ਉਹ ਜਿਹੜਾ ਭੰਗੂੜਾ ਹਿਲਾਉਂਦੀ ਸੀ ਬੱਚੇ ਦਾ, ਅਤੇ ਇੱਥੋਂ ਗੁਪਤ ਉੱਥੇ ਪ੍ਰਗਟ ਹੋਣਾ, ਕਾਬਲ 'ਚੋਂ ਗੁਪਤ ਹੋਣਾ ਅਤੇ ਇੱਥੇ ਪ੍ਰਗਟ ਹੋਣਾ, ਸੇਵਾ ਕਰਨ ਆਉਂਦੀ ਸੀ। ਖਿਆਲ ਆਇਆ, ਮੈਂ ਕਿਹਾ ਜੋ ਗੁਰੂ ਨਾਨਕ ਜੀ 6ਵੇਂ ਜਾਮੇ ਵਿੱਚ ਸਰਗੁਣ ਸਰੂਪ ਵਿੱਚ ਦਰਸ਼ਨ ਦੇ ਰਹੇ, ਮੈਂ ਵੀ ਮੱਥਾ ਟੇਕਾਵਾਂ ਮਾਤਲੋਕ ਵਿੱਚ। ਨਮਸਕਾਰ ਕਰਕੇ ਫਿਰ ਚਲੀ ਗਈ। ਗੁਰਮੁਖ ਆਏ ਜਾਏ ਨਿਸੰਗ, ਦੰਦ ਜੋੜ ਗਏ ਕਾਜੀ ਮੁੱਲਾ ਮਲਾੜਿਆਂ ਦੇ, ਵੀ ਜਿਨ੍ਹਾਂ ਦੇ ਸੇਵਕ ਉਹ ਵੀ ਬੀਬੀ ਇੰਨੀ ਤਾਕਤ ਰੱਖਦੇ ਨੇ, ਆਪਾਂ ਤਾਂ ਚੁੱਪ ਹੀ ਠੀਕ ਹੈ। ਹੁਣ ਗੁਰੂ ਜੀ
ਨਾ ਲੈ ਲੈ ਕੇ ਕਿਉਂ ਭਾਈ ਤਾਂ ਬਿਲਕੁਲ ਹੀ ਖਾਨੇ ਗਈ। ਹੁਣ ਅੱਗੇ ਬੇਨਤੀ ਕਰ ਦਿੰਦੇ ਵੀ ਆਪ ਦਰਸ਼ਨ ਦਿਓ ਰਾਜਾ ਜ਼ਿਆਦਾ ਬਿਮਾਰ ਹੈ ਜੀ, ਕੋਈ ਸਾੜ ਸਤੀ ਸੁਣੀ। ਗੁਰੂ ਜੀ ਕਹਿੰਦੇ ਠੀਕ। ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਚੰਦਨ ਦੀ ਚੌਂਕੀ ਹੁੰਦੀ ਬਿਠਾਇਆ। ਜਹਾਂਗੀਰ ਨੇ ਬੜਾ ਆਦਰ ਸਤਿਕਾਰ ਕੀਤਾ, ਸੱਚੇ ਪਾਤਸ਼ਾਹ ਇੰਨਾ ਮੈਂ ਬਿਮਾਰ ਹਾਂ, ਸੋ ਮੈਨੂੰ ਕਿਸੇ ਨੇ ਦੱਸਿਆ ਵੀ ਤੇਰੇ 'ਤੇ ਸਾੜ ਸਤੀ ਹੈ ਅਤੇ ਇਹਨਾਂ ਦੇ ਗ੍ਰੰਥਾਂ 'ਚ ਵੀ ਲਿਖਿਆ ਵੀ 7 ਸਾਲ ਰਹਿੰਦੀ ਹੈ, ਜੇ ਛੋਟੀ ਪਤਾ ਨਹੀਂ ਅੱਧੀ ਹੈ ਜੇ ਪੂਰੀ ਰਹੀ ਤਾਂ ਮੇਰਾ ਤਾਂ ਕੰਮ ਖਰਾਬ ਹੀ ਹੈ। ਗੁਰੂ ਜੀ ਕਹਿੰਦੇ ਗੱਲ ਇਸ ਤਰ੍ਹਾਂ ਹੈ ਜਹਾਂਗੀਰ, ਸਾੜ ਸਤੀ 'ਤੇ ਹੈ ਜ਼ਰੂਰ ਪਰ ਤੇਰੇ 'ਤੇ ਨਹੀਂ ਕਿਸੇ ਹੋਰ 'ਤੇ ਹੈ, ਹੈ ਜ਼ਰੂਰ ਕਿਹਦੇ 'ਤੇ ਹੈ? ਗੁਰੂ ਜੀ ਕਹਿੰਦੇ ਦੇਖੋ ਕੁਝ ਬਚਨ ਇਹੋ ਜਿਹੇ ਹੁੰਦੇ ਨੇ, ਸਮਾਂ ਆਏਗਾ ਆਪੇ ਪਤਾ ਲੱਗ ਜਾਏਗਾ ਕਿਹਦੇ 'ਤੇ ਸਾੜ ਸਤੀ ਹੈ ਜ਼ਰੂਰ ਪਰ ਕਿਸੇ ਹੋਰ 'ਤੇ, ਤੇਰੇ 'ਤੇ ਨਹੀਂ ਹੈ। ਕੋਈ ਨਹੀਂ ਠੀਕ ਹੋ ਜਾਏਗਾ, ਉਹ ਤਾਂ ਹੁਣ ਹੋਰ ਘੜੀ ਕਿ ਨੂੰ ਹੋਰ ਤਾਂ ਤੁਰਨ ਫਿਰਨ ਲੱਗ ਗਿਆ, ਠੀਕ ਹੋ ਗਿਆ। ਹੁਣ ਗੁਰੂ ਜੀ ਦੇ ਨਾਲ ਹੀ ਦਿੱਲੀ ਉਹਨਾਂ ਨੇ ਦਰਸ਼ਨ ਕਰਦਾ ਮਹਾਰਾਜ ਦੇ। ਮਹਾਰਾਜ ਕਹਿੰਦੇ ਰਾਜਨ ਉਹ ਕੌਣ ਆ ਰਿਹਾ? ਕਹਿੰਦੇ ਸ਼ੇਰ ਹੈ ਜੀ, ਕਹਿੰਦੇ ਤੇਰਾ ਚਾਚਾ ਹੈ ਸੱਕਾ ਅਕਬਰ ਦਾ ਛੋਟਾ ਭਰਾ। ਮਹਾਰਾਜ ਮੇਰਾ ਚਾਚਾ? ਹਾਂ ਕਹਿੰਦੇ ਤੇਰੀ ਗੱਲ ਕਰਾਉਂਦੇ ਹਾਂ ਤੇਰੇ ਚਾਚੇ ਨਾਲ। ਉਹ ਸ਼ੇਰ ਬੜਾ ਵੱਡਾ ਸੀ, ਇਹਦੇ ਫੌਜੀ ਤਾਂ ਡਰ ਡੁਰ ਗਏ, ਉਂਝ ਘੋੜੇ ਵੀ ਦਰਕੀ ਜਾਣ। ਗੁਰੂ ਜੀ ਨੇ ਸ਼ੇਰ ਮਾਰਿਆ, ਵਿੱਚੋਂ ਅਕਬਰ ਦੇ ਭਰਾ ਦੀ ਰੂਹ ਨਿਕਲੇ। ਗਰੀਬ ਨੂੰ ਅੱਜ ਬੜੀ ਕਿਰਪਾ ਕੀਤੀ ਮੇਰੇ 'ਤੇ। ਗੁਰੂ ਜੀ ਕਹਿੰਦੇ ਆ ਇਹਨੂੰ ਦੱਸ ਜਹਾਂਗੀਰ ਨੂੰ। ਕਹਿੰਦਾ ਬੇਟਾ ਕੀ ਦੱਸਾਂ, ਮੈਂ ਅਕਬਰ ਦੇ ਨਾਲ ਗੋਂਦਵਾਲ ਸਾਹਿਬ ਗਿਆ, ਉਹ ਮੇਰੇ ਤੋਂ ਵੱਡਾ ਸੀ ਮੈਂ ਛੋਟਾ। ਉੱਥੇ ਗੁਰੂ ਕਾ ਲੰਗਰ ਚੱਲਦਾ ਪੰਗਤਾਂ ਵਿੱਚ, ਮੈਂ ਕਿਹਾ ਮੈਂ ਨਹੀਂ ਛਕਣਾ, ਮੈਂ ਉੱਠ ਕੇ ਚਲਾ ਗਿਆ ਤੰਬੂ ਵਿੱਚ ਜਾ ਕੇ, ਉਹਨੇ ਤਾਂ ਛਕ ਲਿਆ ਅਕਬਰ ਨੇ, ਮੈਂ ਨਹੀਂ। ਮੈਂ ਕਿਹਾ ਮੈਂ ਤਾਂ ਮਾਸ ਖਾਵਾਂਗਾ, ਨੌਕਰ ਕੋਲੋਂ ਮੰਗਾਇਆ। ਤੋ ਪਹਿਲੀ ਬੁਰਕੀ ਜਦੋਂ ਪਾਈ ਸਾਹ ਵਾਲੀ ਨਾੜੀ 'ਚ ਫਸੀ ਅਤੇ ਮਰ ਗਿਆ। ਮੈਂ ਗਿਆ ਧਰਮ ਰਾਜਾ ਦੇ, ਧਰਮ ਰਾਜਾ ਕਹਿੰਦਾ ਗੱਲ ਸੁਣ ਏ ਮੂਰਖਾ, ਗੁਰੂ ਘਰ ਜਾ ਕੇ ਵੀ ਤੇਰੀ ਨਿਜਤ ਏਡੀ ਭੈੜੀ, ਮਾਸ ਖਾਣ 'ਤੇ ਰਹੀ, ਤੈਨੂੰ ਸ਼ੇਰ ਦੀ ਜੂਨ ਦਿੱਤੀ ਜਾ ਰਹੀ, ਜਿੰਨਾ ਮਰਜ਼ੀ ਖਾ ਲਈ। ਤੋ ਜੂਨਾਂ ਵਿੱਚ ਪਏ ਆ ਹੁਣ, ਸ਼ੇਰ ਦੀ ਜੂਨ 'ਚ ਬਥੇਰਾ ਖਾ ਲਿਆ, ਹੁਣ ਤਾਂ ਕੋਈ ਇੱਛਾ ਨਹੀਂ। ਸੁਮਹਾਰਾਜ ਕਿਰਪਾ ਕਰਨ ਜਹਾਂਗੀਰ ਨਾਲ, ਹਾਲਾਂਕਿ ਰੂਹ ਦਿਸਦੀ ਨਹੀਂ, ਗੁਰੂ ਜੀ ਨੇ ਦਿਖਾਈ। ਚਾਚਾ ਜੀ ਮੈਂ ਤਾਂ ਕਹਿੰਦਾ ਸ਼ੇਰ ਨਹੀਂ, ਕਹਿੰਦਾ ਬੇਟਾ ਤੇਰਾ ਚਾਚਾ। ਬੜਾ ਹੈਰਾਨ ਹੋ ਰਿਹਾ, ਇਹ ਕਿਵੇਂ ਹੋ ਰਿਹਾ? ਤਾਂ ਰੂਹ ਨਾਲ ਗੱਲ ਕਰਾ ਦਿੰਦੇ ਨੇ ਸਾਹਮਣੇ। ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਗਵਾਲੀਅਰ, ਗੁਰੂ ਜੀ ਕਹਿੰਦੇ ਚਲੋ ਤਿਆਰੀ ਹੋ ਗਈ। ਹੁਣ ਇਹਦੇ ਨਾਲ ਵੀ ਫੌਜ ਵੀ ਹੈ, ਰਾਜੇ ਰੱਖਦੇ ਹੀ ਨੇ, ਦੁਸ਼ਮਣੀਆਂ ਤਾਂ ਹੁੰਦੀਆਂ ਹੀ ਨੇ ਇਹਨਾਂ ਦੀਆਂ। ਗੁਰੂ ਜੀ ਦੇ ਨਾਲ ਗੁਰਸਿੱਖ ਨੇ ਜਿੱਥੇ ਜਾਂਦੇ ਨੇ ਸੰਗਤਾਂ ਹੁਮ ਮਾ ਕੇ ਰਾਹ 'ਚ। ਜਦੋਂ ਦਿੱਲੀਓਂ ਆਗਰੇ ਨੂੰ ਜਾਈਏ ਰਸਤੇ 'ਚ ਇੱਕ ਸੱਜੇ ਹੱਥ ਥੋੜ੍ਹਾ ਜਿਹਾ ਪਾਸੇ ਗੁਰਦੁਆਰਾ ਹੈ, ਉੱਥੇ ਕੋਈ 260 ਮੰਦਰ ਨੇ ਛੋਟੇ ਛੋਟੇ, ਝੀਲ ਹੈ ਪਾਣੀ ਦੀ ਅਤੇ ਗੁਰਦੁਆਰਾ ਵੀ ਹੈ। ਇੱਥੇ ਜਦੋਂ ਗਏ ਤਾਂ ਫਿਰ ਸ਼ੇਰ ਆ ਗਿਆ। ਮਹਾਰਾਜ ਕਹਿੰਦੇ ਕੱਲ੍ਹ ਕੋਈ ਬੰਦਾ ਆਪਣਾ, ਗੱਲ ਲੰਮੀ ਹੈ, ਸਾਰੇ ਹੀ ਹਾਰ ਕੇ ਕਿਸੇ ਦੇ ਵੱਸ ਦਾ ਹੈ ਨਹੀਂ। ਗੁਰੂ ਜੀ ਨੇ ਆਪਣੀ ਹੱਥੀਂ ਉਹ ਸ਼ੇਰ ਮਾਰਿਆ। ਜਹਾਂਗੀਰ ਦੇਖਦਾ ਕੈਸੇ ਯੋਧੇ ਹਨ, ਪਹਿਲੇ ਇਹੋ ਜਿਹੇ ਦੇਖੇ? ਸ਼ੇਰ ਨੂੰ ਐਂ ਮਾਰ ਦਿੰਦੇ ਜਿਵੇਂ ਗੁਸਾਇਆ ਮਾਰ ਦਿੰਦਾ। ਇਹਦੇ ਵਿੱਚੋਂ ਰੂਹ ਨਿਕਲ ਆਈ ਕਾਲ ਜਮਨ ਦੀ। ਬਾਣੀ ਵਿੱਚ ਆਉਂਦਾ ਕਾਲ ਜਮਨ ਸੰਘਾਰੇ, ਮਹਾਰਾਜ ਨੇ ਮਾਰਿਆ। ਇਹਦੇ ਨਾਲ ਵੀ ਗੱਲ ਹੋਈ। ਗੁਰੂ ਜੀ ਕਹਿੰਦੇ ਆਪਣੀ ਜ਼ਬਾਨੀ ਦੱਸ। ਉਹ ਕਹਿੰਦਾ ਦੇਖੋ ਦੁਆਪਰ ਯੁੱਗ ਦੇ ਅਖੀਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ। ਤੂੰ ਮੇਰਾ ਨਾਂ ਹੈ ਕਾਲ ਜਮਨ, ਮੇਰੇ ਕੋਲ ਜਰਾ ਸਿੰਧ ਆਇਆ ਵੀ ਕ੍ਰਿਸ਼ਨ ਨੂੰ ਮਾਰਨਾ। ਮੈਂ ਕਿਹਾ ਦੱਸੋ ਕਿਹੋ ਜਿਹਾ, ਇਹੋ ਜਿਹਾ ਇਹੋ ਜਿਹਾ ਉੱਥੇ ਪ੍ਰਗਟ ਹੋ। ਕਹਿੰਦੇ ਉਹ ਦੇਖੋ ਉਹ ਅੱਗੇ ਤੇ ਮੈਂ ਮਗਰ ਅੱਜ ਤੇ ਹੁਣ ਗੁਰਦੁਆਰਾ ਬਣਿਆ ਹੋਇਆ ਉਦੋਂ ਹੀ ਨਹੀਂ ਸੀ। ਕਹਿੰਦਾ ਜਿੱਥੇ ਆ ਮੇਰਾ ਸਰੀਰ ਛੁੱਟਿਆ ਹੈ
ਇੱਥੇ ਝਾੜੀਆਂ ਹੁੰਦੀਆਂ ਸੀ ਦੁਆਬਰ ਵਿੱਚ, ਇਹ ਟਿੱਬੇ ਉਹਦੇ ਨੇ ਪਹਾੜੀ ਜਿਹਾ ਇਲਾਕਾ, ਜਗ੍ਹਾ ਤਾਂ ਮੈਂ ਦੇਖੀ ਹੋਈ ਹੈ। ਇੱਥੇ ਇੱਕ ਰਾਜਾ ਸੁੱਤਾ ਹੋਇਆ ਸੀ। ਤੂੰ ਰਾਜਾ ਮਦਦ ਕਰਦਾ ਕਰਦਾ ਜਿਹੜੇ ਦੇਵਤੇ ਬਿਰਤੀ ਦੇ ਲੋਕ ਨੇ ਰਿਸ਼ੀਆਂ ਦੀ, ਅਤੇ ਉਹ ਕਹਿੰਦਾ ਮੈਨੂੰ ਵਰ ਦਿਓ, ਮੈਂ ਸੌਣਾ, ਬਹੁਤ ਨੀਂਦਰਾਂ, 6 ਮਹੀਨੇ ਹੋ ਗਏ। ਕਹਿੰਦੇ ਠੀਕ ਹੈ, ਰਾਜਾ ਸੌਂਦਾ। ਕਹਿੰਦੇ ਉਠਾਏ ਹੀ ਕੋਈ ਨਾ, ਠੀਕ ਹੈ, ਜਿਹੜਾ ਉਠਾਏ ਭਸਮ ਹੋ ਜਾਏ। ਕਹਿੰਦੇ ਠੀਕ ਹੈ, ਜਿਹੜਾ ਤੈਨੂੰ ਉਠਾਏਗਾ ਉਹ ਭਸਮ ਹੋ ਜਾਏਗਾ। ਰਾਜਾ ਮੁਚਕੰਦ ਇੱਥੇ ਸੌ ਗਿਆ। ਹੁਣ ਅੱਗੇ ਅੱਗੇ ਕ੍ਰਿਸ਼ਨ ਜੀ ਅਤੇ ਮਗਰ ਮਗਰ ਕਾਲ ਜਮਨ, ਉਹ ਇੱਥੇ ਆ ਕੇ ਉਹਨੇ ਆਪਣੀ ਲੋਈ ਉਹਦੇ ਰਾਜੇ ਅਤੇ ਪਾਤੀ ਅਤੇ ਕ੍ਰਿਸ਼ਨ ਜੀ ਝਾੜੀਆਂ ਚੱਲੋ ਅੱਗੇ, ਅਤੇ ਇਹਨੇ ਕਾਲ ਜਮਨ ਨੇ ਮਾਰੀ ਲੱਤ ਖਿੱਚ ਕੇ, ਓਏ ਕ੍ਰਿਸ਼ਨਾ ਉੱਠ। ਉਹ ਰਾਜਾ ਉੱਠਿਆ, ਇਹ ਭਸਮ ਹੋ ਗਿਆ, ਜੂਨਾਂ 'ਚ ਫਿਰਦਾ ਰਿਹਾ। ਹੁਣ ਸ਼ੇਰ ਦੀ ਜੂਨ ਵਿੱਚ ਸਾਂ। ਆਪਾਂ ਹੋਰ ਪਿੱਛੇ ਚੱਲੀਏ, ਸਤਯੁਗ ਵਿੱਚ ਇਸਲਾਮ ਧਰਮ ਪੈਦਾ ਹੋਇਆ। ਦੇਖੋ ਕਿੰਨੇ ਲੱਖਾਂ ਸਾਲ ਹੋ ਗਏ ਸਤਯੁਗ ਵਿੱਚ। ਇਹ ਗੱਲ ਲੰਮੀ ਹੈ ਫਿਰ ਸੇ ਕਿਤੇ। ਇਹ ਜਿਹੜਾ ਕਾਲਜਮਨ ਸੀ, ਇਹਦੀ ਮਾਂ ਮੁਸਲਮਾਨੀ ਸੀ। ਬੜੇ ਨੇ ਇਹ ਜੇ ਜਪ ਤਪ ਜੇ ਜੋ ਵੀ ਕੁਛ ਇਹਨੇ ਕੀਤਾ ਸੀ, ਵਰ ਲਏ ਹੋਏ ਸੀ। ਜਿਹੜਾ ਸਾਹਮਣੇ ਆਵੇ ਉਹਦੀ ਅੱਧੀ ਸ਼ਕਤੀ ਇਹਦੇ 'ਚ ਆ ਜਾਏ, ਆਮ ਕਿਸੇ ਕੋਲੋਂ ਹਾਰੇ ਨਾ। ਇਸ ਕਰਕੇ ਉਦੋਂ ਦਾ ਸੀ ਇਹ ਜਹਾਂਗੀਰ ਹੈਰਾਨ ਹੋ ਰਿਹਾ। ਹੁਣ ਆਗਰੇ ਨੂੰ ਜਾ ਰਹੇ ਨੇ, ਕਹਿ ਰਿਹਾ ਮਹਾਰਾਜ ਤੁਹਾਡੇ ਕੋਲ ਕੋਈ ਮੁਲਕ ਨਹੀਂ, ਮੈਂ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ। ਠੀਕ ਹੈ, ਸਿੱਖ ਸੰਗਤਾਂ ਗੁਰੂ ਸਾਹਿਬ ਕੇ ਬੜਾ ਪਿਆਰ ਕਰਦੀਆਂ ਨੇ, ਮੈਨੂੰ ਸਾਰੇ ਬਾਦਸ਼ਾਹ ਕਹਿੰਦੇ, ਤੁਹਾਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ, ਇਹਦਾ ਕੀ ਮਤਲਬ? ਗੁਰੂ ਜੀ ਕਹਿੰਦੇ ਰਾਜਨ ਸਮਾਂ ਆਏਗਾ, ਪਤਾ ਲੱਗ ਜਾਏਗਾ ਆਪੇ, ਕੋਈ ਇਹੋ ਜਿਹੀ ਗੱਲ। ਹੁਣ ਇੱਕ ਦੋ ਦਿਨ ਬੀਤੇ, ਜਹਾਂਗੀਰ ਵੀ ਰੁਕਿਆ ਹੈ, ਤੰਬੂ ਤੁੰਬੂ ਲੱਗੇ ਹੋਏ ਨੇ, ਗੁਰੂ ਜੀ ਵੀ ਥੋੜ੍ਹੇ ਜਿਹੇ ਅੱਗੇ, ਸਿੱਖ ਸੰਗਤਾਂ ਆ ਰਹੀਆਂ, ਦਰਸ਼ਨਾਂ ਨੂੰ ਚਰਨ ਪੌੜ ਲੈ ਰਹੀਆਂ, ਤਨ ਤਨ ਹੋ ਰਹੀ ਹੈ ਵੀ ਮਹਾਰਾਜ ਆ ਗਏ, ਭਾਈ ਗੁਰੂ ਹਰਗੋਬਿੰਦ ਮਹਾਰਾਜ ਆ ਗਏ। ਉਸ ਸਮੇਂ ਇੱਕ ਬਜ਼ੁਰਗ ਜਿਹੜਾ ਘਾਹ ਖੋਤਰ ਕੇ 80 ਕੁ ਸਾਲ ਦਾ ਗੁਜ਼ਾਰਾ ਕਰਦਾ, ਉਹ ਪਤਾ ਲੱਗਾ ਵੀ ਮਹਾਰਾਜ ਆਏ। ਉਹਨੇ ਹੌਲੀ ਹੌਲੀ ਖੱਬਲ ਘਾਹ ਦੀ ਛੋਟੀ ਜਿਹੀ ਪੰਡ ਬਣਾਈ, ਤਕੜਾ ਸੀ ਉਹ ਬੱਧਾ, ਚਾਦਰਾਂ ਬੰਨਦੇ ਹੁੰਦੇ, ਉਹ ਪੱਲੇ ਬੰਨ ਲੈਂਦੇ ਹੁੰਦੇ, ਬੌਸਣੀਆਂ ਹੁੰਦੀਆਂ ਕੰਨੀ, ਉਹ ਬੱਧਾ ਚਲੋ ਸੱਚੇ ਪਾਤਸ਼ਾਹ ਦਰਸ਼ਨ ਕਰਾਂਗੇ। ਅੱਗੇ ਆਇਆ ਤੇ ਜਹਾਂਗੀਰ ਦੇ ਤੰਬੂ ਲੱਗੇ ਹੋਏ ਸੀ, ਪੈਰੇ ਵਾਲੇ ਨੂੰ ਕਹਿੰਦਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਆਓ ਬਜ਼ੁਰਗ। ਉਹ ਸਾਹਮਣੇ ਰਾਜਾ ਵੀ ਕਲਗੀ ਲਾਉਂਦਾ ਹੁੰਦਾ ਸੀ, ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਇਹ ਰਾਜਾ ਕਿ ਮਹਾਰਾਜ। ਆਪ ਨੇ ਘਾਹ ਦੀ ਉਹ ਪੰਡ ਛੋਟੀ ਜੀ ਉਹ ਰੱਖੀ, ਬਜ਼ੁਰਗ ਸੀ, ਟਕਾ ਖੋਲਿਆ, ਗੰਢਾਂ ਖੋਲ ਖੋਲ ਕੇ ਰੱਖਿਆ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟੋ। ਜਹਾਂਗੀਰ ਕਹਿੰਦਾ ਬਜ਼ੁਰਗਾ ਕੋਈ ਤੈਨੂੰ ਦੁਖੀ ਕਰਦਾ ਹੈ ਤੇ ਦੱਸ, ਮੈਂ ਹੁਣੇ ਬੰਦੇ ਘੱਲ ਦੇਣਾ। ਨਾ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟੋ, ਦੱਸ ਕਿੰਨੇ ਪੈਸੇ ਚਾਹੀਦੇ ਬਜ਼ੁਰਗਾ, ਉਨੇ ਹੀ ਦੇ ਦਿੰਦੇ। ਨਾ ਸੱਚੇ ਪਾਤਸ਼ਾਹ ਪੈਸੇ ਨਾਲ ਜਾਣੇ ਕਿਤੇ, ਪੈਸੇ ਨਾ ਦਿਓ ਸੱਚੇ ਪਾਤਸ਼ਾਹ। ਜਹਾਂਗੀਰ ਕਹਿੰਦਾ 5-7 ਪਿੰਡ ਤੇਰੇ ਨਾਂ ਲਵਾ ਦਿੰਦਾ ਸੱਚੇ ਪਾਤਸ਼ਾਹ, ਪਿੰਡ ਕਿਤੇ ਨਾਲ ਜਾਣੇ ਨੇ ਗਰੀਬ ਨਵਾਜ, ਮੇਰਾ ਜਨਮ ਮਰਨ ਕੱਟੋ ਸੱਚੇ ਪਾਤਸ਼ਾਹ। ਉਹ ਕਹੇ ਜਹਾਂਗੀਰ ਉਹ ਕਹੇ, ਜਹਾਂਗੀਰ ਨੇ ਸੋਚਿਆ ਤਾਂ ਕੋਈ ਗੁਰੂ ਕਾ ਸਿੱਖ ਹੈ, ਭੁਲੇਖੇ ਨਾਲ ਆ ਗਿਆ। ਕਹਿੰਦਾ ਬਜ਼ੁਰਗੋ ਸੱਚੇ ਪਾਤਸ਼ਾਹ ਦਾ ਤੰਬੂ ਅੱਗੇ ਹੈ, ਤੂੰ ਕੌਣ ਹੈ? ਹੁਣ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਗਰੀਬ ਨਵਾਜ ਤੁਸੀਂ ਕਦੋਂ, ਤੂੰ ਕੌਣ ਹੈ? ਉਹ ਬਜ਼ੁਰਗ ਕਹਿੰਦਾ, ਕਹਿੰਦਾ ਜੀ ਮੈਂ ਜਹਾਂਗੀਰ ਦਿੱਲੀ ਦਾ ਬਾਦਸ਼ਾਹ। ਓਹੋ ਬੜਾ ਮਾੜਾ ਹੋਇਆ, ਓਹੋ ਬੜਾ ਮਾੜਾ ਹੋਇਆ, ਟਕਾ ਵੀ ਚੁੱਕ ਲਿਆ, ਘਾਹ ਵੀ ਚੁੱਕ ਲਿਆ, ਓਹੋ ਬੜਾ ਮਾੜਾ ਹੋਇਆ। ਜਹਾਂਗੀਰ ਨੇ ਬੰਦਾ ਘੱਲਿਆ ਵੀ ਬੁੱਢੇ ਨੂੰ ਹੋ ਕੇ ਗਿਆ, ਕੀ ਮਾੜਾ ਹੋ ਗਿਆ? ਉਹ ਪਿੱਛੇ ਦੌੜਿਆ, ਬਾਬਾ ਖਲੋਈ, ਬਾਬਾ ਬਜ਼ੁਰਗ ਖਲੋ। ਉਹ ਕਰੇ ਓਹੋ ਬੜਾ ਮਾੜਾ ਹੋਇਆ, ਓਏ ਬੜਾ ਮਾੜਾ ਹੋਇਆ। ਉਹ ਕਹਿੰਦਾ ਰੁਕੋ ਰੁਕੋ, ਸਰਕਾਰ ਪੁੱਛਦੀ ਹੈ ਕੀ ਮਾੜਾ ਹੋਇਆ? ਓਹੋ ਬੜਾ ਮਾੜਾ ਹੋਇਆ। ਉਹ ਕਹਿੰਦਾ ਦੱਸੋ ਕੀ ਮਾੜਾ ਹੋ ਗਿਆ ਤੁਹਾਡੇ ਕੋਲ?
ਕਹਿੰਦੇ ਆ ਸਿਰ ਸੱਚੇ ਪਾਤਸ਼ਾਹ ਨੂੰ ਚੁੱਕਣਾ ਸੀ, ਉਹ ਦਵਾਨੀ ਦਾ ਬੰਦਾ ਨਹੀਂ ਉਹ ਜਿਹਨੂੰ ਮੱਥਾ ਟੇਕ ਬੈਠਾ ਹੋਏ, ਬੜਾ ਮਾੜਾ ਹੋਇਆ। ਹੈ ਦਵਾਨੀ ਦਾ ਬੰਦਾ ਨਹੀਂ ਇਹ, ਹਿੰਦੁਸਤਾਨ ਦਾ ਚੱਕਰਵਰਤੀ ਰਾਜਾ। ਕਹਿੰਦਾ ਹੋਏਗਾ, ਬੜਾ ਮਾੜਾ ਹੋਇਆ। ਇਹ ਸਿਰ ਗੁਰੂ ਹਰਗੋਬਿੰਦ ਮਹਾਰਾਜ ਨੇ ਚੁੱਕਣਾ ਸੀ, ਉਹ ਬੜਾ ਮਾੜਾ ਹੋਇਆ। ਆ ਕਈ ਤਾਂ ਸੋਚਦੇ ਨਹੀਂ, ਸੱਪਾਂ ਨੂੰ, ਜੰਡਾਂ ਨੂੰ, ਕਬਰਾਂ ਨੂੰ ਬਸ਼ਰਮ ਏਡੇ ਨੇ ਲੋਕ, ਇਹਨਾਂ ਨੂੰ ਉਸ ਬਜ਼ੁਰਗ ਤੋਂ ਸਿਕਸ਼ਾ ਹੀ ਨਹੀਂ ਮਿਲੀ ਵੀ ਨਹੀਂ ਜਣੇ ਖਣੇ ਥਾਂ ਮੱਥਾ ਟੇਕਣਾ, ਕੋਈ ਲੱਭ ਜਾਏ ਭਾਵੇਂ ਚੂਹੇ ਦੀ ਖੁੱਡ ਲੱਭ ਜਾਏ, ਟੇਕ ਮੱਥਾ ਟੇਕ। ਉਹ ਕਹਿੰਦਾ ਉਹ ਬੜਾ ਮਾੜਾ ਹੋਇਆ, ਓਏ ਆ ਸਿਰ ਗੁਰੂ ਨੂੰ ਝੁਕਣਾ ਸੀ, ਆ ਕੀ ਬਣ ਗਿਆ ਸਵੇਰੇ ਸਵੇਰੇ। ਕਹਿੰਦੇ ਸਰਕਾਰ ਬਾਬਾ ਇਉਂ ਆਂਦਾ, ਬੜਾ ਪੱਕਾ ਭਾਈ। ਅੱਗੇ ਗਿਆ, ਅੱਗੇ ਪਹਿਰੇ ਵਾਲੇ ਪਹਿਰੇ 'ਤੇ ਖੜੇ, ਹੱਥਾਂ ਵਿੱਚ ਬਰਸੇ, ਆਓ ਬਾਪੂ ਜੀ। ਬੋਲੀ ਬੜੀ ਅੱਛੀ, ਬੜੇ ਪਿਆਰ ਨਾਲ ਬੋਲਦੇ। ਅਤੇ ਕਹਿੰਦੇ ਲਿਆਓ ਬਾਪੂ ਜੀ, ਕਾਂ ਅਸੀਂ ਚੁੱਕ ਲੈਂਦੇ। ਕਹਿੰਦੇ ਮੈਂ ਸੱਚੇ ਪਾਤਸ਼ਾਹ ਦਰਸ਼ਨ ਕਰਨੇ। ਹੁਣ ਨਾਲ ਚਾੜ ਚਾੜ ਕੇ ਗਾ, ਕਿਤੇ ਘੋੜਿਆਂ ਨੂੰ ਇਹ ਤਾਂ ਵੀ ਘਾਹ ਨਹੀਂ ਸੀ ਮਿਲਦਾ, ਗੱਲ ਪ੍ਰੇਮ ਦੀ ਹੈ। ਫਿਰ ਕਹਿੰਦੇ ਵੀ ਉਹ ਹੈ ਮਹਾਰਾਜ ਦਾ ਗੁਰੂ ਕਾ ਦਰਬਾਰ, ਟੱਕਾ ਖੋਲਿਆ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ, ਮੇਰਾ ਜਨਮ ਮਰਨ ਕੱਟੋ। ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ, ਦਿਆਲ ਹੁਣ ਤਾਂ ਹੀ ਨਾ, ਬੜਾ ਪ੍ਰੇਮ ਹੈ, ਬੜੀ ਭਾਵਨਾ ਹੈ। ਤੇ ਬਾਣੀ ਵਿੱਚ ਇਉਂ ਦੱਸਿਆ ਹੈ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ। ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ। ਰਾਮ ਰਾਏ ਕਾਟੋ ਮੇਰਾ ਇੱਕ ਦੁੱਖ ਰਾਮ ਰਾਏ ਕਾਟੋ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਕਾਟੋ ਮੇਰਾ ਇੱਕ ਦੁੱਖ ਜੀ, ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਰਾਮ ਰਾਏ ਮੇਰਾ ਅਗੰਧ ਹੈ ਆ ਗਰਭ ਵਸੇਰਾ, ਜੰਮਣਾ ਮਰਨਾ ਜੰਮਣਾ ਮਰਨਾ। ਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਭਾਈ ਤੇਰਾ ਜਨਮ ਮਰਨ ਕੱਟਿਆ ਗਿਆ, ਵਾਹਿਗੁਰੂ ਦਾ ਸਿਮਰਨ ਕਰੋ ਜਿੰਨਾ ਕੁ ਤੇਰਾ ਸਵਾਸ ਹੈ। ਅਗਲੇ ਦਿਨ ਜਹਾਂਗੀਰ ਨੂੰ ਗੁਰੂ ਜੀ ਕਹਿੰਦੇ ਨੇ, ਜਹਾਂਗੀਰ ਤੇਰੇ ਪਾਸ ਕੋਈ ਕੱਲ ਸਿੱਖ ਆਇਆ ਸੀ? ਹਾਂ ਮਹਾਰਾਜ। ਫਿਰ ਉਹ ਕੀ ਮੰਗਦਾ ਸੀ? ਮਹਾਰਾਜ ਉਹ ਮੰਗਦਾ ਸੀ ਮੁਕਤੀ, ਨਜਾਤ। ਗੁਰੂ ਜੀ ਕਹਿੰਦੇ ਦੇ ਦੇਣੀ ਸੀ। ਮਹਾਰਾਜ ਮੁਕਤੀ? ਮੁਕਤੀ ਮੈਂ ਕਿੱਥੋਂ ਦੇ ਦਿੰਦਾ? ਮੈਂ ਤਾਂ ਆਪ ਪਤਾ ਨਹੀਂ ਕਿਹੜੇ ਨਰਕ ਵਿੱਚ ਮੈਂ ਪੈਣਾ, ਬੜਾ ਪਛਤਾ ਰਿਹਾ ਮੈਂ। ਮੇਰੇ ਕੋਲ ਜਿਹੜੀ ਚੀਜ਼ ਹੈ ਹੀ ਨਹੀਂ, ਕਿੱਥੋਂ ਦੇ ਦਿੰਦਾ? ਗੁਰੂ ਜੀ ਕਹਿੰਦੇ ਦੇਖ, ਤੂੰ ਪੁੱਛਿਆ ਸੀ ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ,
इस करके कहते ने सच्चे पातशाह सिख नूं मुक्ति दे सकता है सह सवाए कोई वड्डी गल नहीं। जिवें अजकल ठग महकमे चले ना यह जहा कोई हुंदा ते कहिंदा लै तेरा सारा टब्बर मुक्त कीता गल ही कुछ नहीं। फिर पढ़िया लिखिया सियाणा सी मैं कित्थों दे दियां मुक्ति है ही नहीं। तो गुरु जी कहिंदे इसे करके तैनूं बादशाह ते सानूं सच्चे पातशाह कहिंदे। हुण गुरु जी अगे ग्वालियर है, ग्वालियर बड़ा वड्डा शहर है, बहुत उच्ची थान ते किला है, बहुत पुराना उत्थे हुण वी इत्थे मेरे निमित्त ते 500 रुपया रोज मिलेगा, जो मर्जी छको सकाओ। हुण जहांगीर ते वापस आ गया, गुरु जी इत्थे ही ने, कुछ नहीं छकिया। एक दिन लंघ गया, दो दिन लंघ गए, तीन दिन उड़ा जेलर सी हरदास, वो कह रहा गरीब नवाज कुछ छको। अज तीजा दिन हो गया, गुरु जी कहते नहीं, ये जड़ा राजियां दा धन है ये असीं नहीं छकना, ये राजियां दा राजियां नूं ही ठीक हुंदा। आ जड़ा तुहानूं मिलदा है 500 राजियां नूं दिओ, मिठाइयां दिओ, होर चीज़ां दिओ, आ जड़े बद्दे ना 52 खोल दो इन्हां, ये दौड़ जाणगे कंधां ते चढ़ जाणगे लमक लमक, कहिंदे किते नहीं जांदे, खोल दो सारे। उन्हां दे ना किसी दे हाथ नूं संगल, किसी दे पैर नूं पाग, जिवें बांदर बद्दे हुंदे ने। अज भी जाके देखिए 52 थम उस तरह ने ते घसे होए ने, दौड़े दौड़े फिरते रहिंदे सी। नाल ही एक बड़ी डूंगी खूही है, फिर सट ला कर देना पानी पीया ते आ जा, ते रोटी इस तरह पाउंदे राजे नूं जिवें कुत्ते नूं सुट्टी दी है दूरों ही, चपला इत्थे सब्जियां ना लभे ते बड़ी भैड़ी सजा दे रहे। राजे खुल गए, गुरु जी दे दर्शन करके बड़े प्रसन्न, बड़ी कृपा की सच्चे पातशाह। गुरु जी कहते साडे सिख मेहनत करने वो जो छकाउणगे वो छकांगे। कहते महाराज चले जाए मैं रोकदा ही भाई, पुराना जेठा जा रहे ने थले उन्हें जाना, किले तो उतरना, शहर उदो छोटा ही सी, हुण तो बहुत वड्डा हो गया। एक भांडे घड़ते हुंदे सी लक्कड़ दे थौड़े छोटे वड्डे, उत्थे सारा दिन थौड़े चलाउणे सिखां ने, लक्कड़ दे थौड़े भांडे घड़ने। उन्हें शाम नूं जो भी मजदूरी देनी, चार चार आने दुआने, जिन्ना काम वध करो वध लै लो, भावें अठ आने दा कर दो भाई। वो लकड़ियाँ कट्ठिया कर लेनियाँ, उहदा आटा लै लेना, कोई चौल लै ले, हल्दी लूण लै लिया, रोज ही इस तरह। हुण किले विच सिखां ने बंदगी वाले ने भोजन तैयार करना, गुरु जी नूं छकाउणा, फिर आप छकना, इस तरह चलता है। वो जिहड़ा राजियां दा है वो राजियां नूं दित्ता जांदा, वज होर कालो राजे तां फिट गए, मरन वाले होए सी, रोटी वी नहीं सी मिलदी। हुण गुरु जी दे प्रवचन भी सुनते ने, दर्शन भी करते ने, संगतां पंजाबों जा रही ने, अगे जान नहीं देंदे, बाहर ही मत्था टेक के वापस आ जाते ने। कई तो कंध में सिर भी लात मार देंदे ने, रोंदे ने, आ की हो गया, गुरु नानक जोत इत्थे बंद क्यों हो गया, की होएगा। बड़ियां वराग विच ने संगतां। एक दिन माता जी बाबा बुढ़ा साहब नूं कह रहे ने, जाओ तुसीं साहबजादे नूं लै के आओ। कहते माता जी हुणे आ जाए, उन्हां नूं कौन रोक सकता, समर्थ ने, पर लै ते सी आवांगे, पर इस तरह सानूं थोड़ी जी आग्या दे दो, माड़ा मोटा कुछ कर सकते हैं। हाँ कहते कोई गल नहीं, जाओ। चले गए, जिहड़े सिख ने उन्हां नूं मिले, गुरु साहब दे दर्शन किए, सिखां नूं कहिंदे मैं आया महाराज नूं लैण, तां कुछ माड़ा जिहा हीला वसीला करो। वो कहिंदे अज ही लो। हुण इन्हां ने शेरां दे रूप धार के जहांगीर दी छाती दे जा चढ़े रात चंगा रगड़िया, वो तां लीला लवे, गुरु जी बचाओ, गुरु जी बचाओ, गुरु जी उत्थे ही प्रगट हो जाण, हथ विच रुमाल, परां नूं कर दिन पाई पासे।
ਹੁਣ ਗੁਰੂ ਜੀ ਉੱਥੋਂ ਨਜ਼ਰ ਨਾ ਆਉਣ ਫਿਰ ਉਹਨੂੰ ਧੱਸਣ ਚੰਗੀ ਤਰ੍ਹਾਂ। ਉਹ ਕਹਿੰਦੇ ਹੁਕਮ ਨਹੀਂ ਹੈ ਜਹਾਂਗੀਰ, ਤੇਰੀ ਹੱਡੀ ਵੀ ਨਾ ਲੱਭੇ, ਤੂੰ ਹੈ ਕੀ ਸਾਡੇ ਸਾਹਮਣੇ। ਬੜਾ ਪਛਤਾਉਂਦਾ ਹੈ, ਗੁਰੂ ਸਾਹਿਬ ਬਚਾਓ ਬਚਾਓ ਮਾਰਨ ਲੱਗੇ ਜੀ ਮਹਾਰਾਜ ਉੱਥੇ ਪ੍ਰਗਟ ਹੋ ਜਾਣ, ਫਿਰ ਮਾਲ ਕਰਨ ਸ਼ੀਰਾਂ ਵੱਲ ਨੂੰ, ਫਿਰ ਪਤਾ ਨਹੀਂ ਕਿੱਧਰ ਚਲੇ ਜਾਣ। ਅਗਲੇ ਦਿਨ ਲੋਹੇ ਦਾ ਪਿੰਜਰਾ ਬਣਾਇਆ, ਵਿੱਚ ਮੰਜੀ ਡਾਈ, ਬੜਾ ਸਖ਼ਤ ਪਹਿਰਾ, ਉਹ ਫਿਰ ਆ ਗਏ। ਕਹਿੰਦੇ ਸਾਨੂੰ ਤਾਂ ਪਰਬਤ ਵੀ ਨਹੀਂ ਡੱਕ ਸਕਦੇ, ਆ ਤਾਂ ਕੁਛ ਵੀ ਨਹੀਂ, ਸਣੇ ਪਿੰਜਰੇ ਉਡਾ ਦਈਏ, ਤੂੰ ਹੈ ਹੀ ਕੌਣ। ਪਰ ਡਰ ਲੱਗਦਾ ਡਾਢੇ ਦੇ ਸੇਵਕ ਹਾਂ ਡਾਢੇ ਦੇ, ਤੂੰ ਹੈ ਕੀ ਸਾਡੇ ਸਾਹਮਣੇ। ਕੋਈ ਗੱਲ ਰਗੜੇ, ਸੰਗੀ ਰਗੜੇ ਕੋਈ ਉਹਨੂੰ ਚੰਗੀ ਤਰ੍ਹਾਂ। ਉਹ ਗੁਰੂ ਸਾਹਿਬ ਬਚਾਓ ਮੈਂ ਮਰ ਗਿਆ, ਮਹਾਰਾਜ ਬਚਾਓ। ਮਹਾਰਾਜ ਉੱਥੇ ਪ੍ਰਗਟ ਨੂੰ ਪਾਈ ਪਿੱਛੇ, ਔਰ ਮਾਲ ਨਾਲ ਫਿਰ ਪਿੱਛੇ ਕਰ ਦੇਣ ਗੁਰੂ ਸਾਹਿਬ। ਮੀਆਂ ਮੀਰ ਨੂੰ ਕਹਿੰਦਾ ਦੇਖੋ ਜੀ ਪਤਾ ਨਹੀਂ ਕੀ ਬੁਲਾਵਾ ਨੇ, ਜੇ ਕਿਤੇ ਮਹਾਰਾਜ ਮੇਰੀ ਮਦਦ ਨਾ ਕਰ ਦੇਣ ਤੇ ਰਗੜ ਕੇ ਹੀ ਮਾਰ ਦੇਣ। ਹੈ ਸ਼ੇਰ ਬੰਦਿਆਂ ਵਾਂਗੂ ਬੋਲਦੇ ਨੇ, ਕਹਿੰਦੇ ਤੂੰ ਹੈ ਕੀ ਸਾਡੇ ਸਾਹਮਣੇ, ਧੱਸ ਦੀਏ ਪਤਾਲ ਚ ਲੱਭਾ ਹੀ ਨਾ ਤੇਰੀ ਦਿੱਲੀ ਦੁੱਲੀ ਜੀ, ਤੂੰ ਹੈ ਕੀ। ਪਰ ਡਾਢੇ ਦੇ ਸੇਵਕ ਹਾਂ, ਉਹ ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਦੇ ਸੇਵਕ ਨੇ, ਤੇਰੇ ਕਾਜੀ ਮੁੱਲਾ ਮਰਾਣੇ ਕੱਖ ਵੀ ਨਹੀਂ ਕਰ ਸਕਦੇ, ਭਾਵੇਂ ਸਾਰੇ ਦੇਸ਼ ਦੇ ਇਕੱਠੇ ਕਰ ਲੈ, ਇਹ ਬੜੇ ਬੰਦਗੀਆਂ ਵਾਲੇ। ਫਿਰ ਕੀ ਹੋ ਸਕਦਾ ਹੈ, ਜਾਨ ਬਚ ਜਾਏ। ਕਹਿੰਦੇ ਗੁਰੂ ਸਾਹਿਬ ਨੂੰ ਅਰਦਾਸ ਕਰੋ ਵੀ ਜਾ ਕੇ ਅੰਮ੍ਰਿਤਸਰ ਸੰਗਤਾਂ ਨੂੰ ਦਰਸ਼ਨ ਦੇਣ, ਹੋਰ ਕੀ ਹੋ ਸਕਦਾ। ਕਹਿੰਦੇ ਠੀਕ ਹੈ, ਹੁਣ ਚਿੱਠੀ ਕੱਲੀ ਵੀ ਮਹਾਰਾਜ ਆ ਜਾਓ, ਮੈਨੂੰ ਦਰਸ਼ਨ ਦੇ ਕੇ ਅੰਮ੍ਰਿਤਸਰ ਸਿੱਖ ਸੰਗਤਾਂ ਦਰਸ਼ਨ ਦਿਓ। ਗੁਰੂ ਜੀ ਕਹਿੰਦੇ ਦੇਖੋ ਕਰਦੇ ਹਾਂ ਤਿਆਰੀ, ਰਾਜਾ ਨੂੰ ਲੱਗਾ ਪਤਾ ਤਾਂ ਆਇਆ ਕਿ ਦਾੜ ਦਾੜ ਚਰਨਾਂ 'ਤੇ ਡਿੱਗਦੇ। ਮਹਾਰਾਜ ਆ ਕਿਤੇ 40-42 ਦਿਨ ਸੁੱਖ ਦਾ ਸਾਹ ਆਇਆ ਸੀ, ਅਸੀਂ ਤਾਂ ਮਰੀ ਚੱਲੇ ਸੀ, ਕਿਰਪਾ ਕਰੋ ਸਾਨੂੰ ਨਾ ਛੱਡ ਕੇ ਜਾਇਓ। ਗੁਰੂ ਜੀ ਕਹਿੰਦੇ ਚੰਗਾ ਭਾਈ ਬਚਨ ਹੋਇਆ, ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਇਸ ਤਰ੍ਹਾਂ ਅਰਦਾਸ ਕਰਦੇ ਨੇ, ਬੱਦੀ ਦੇ ਮਰ ਜਾਂਗੇ ਛੱਡ ਕੇ ਨਾ ਜਾਇਓ ਸਤਿਗੁਰ, ਬੱਦੀ ਦੇ ਮਰ ਜਾਂਗੇ ਛੱਡ ਕੇ ਨਾ ਜਾਇਓ ਸਤਿਗੁਰ, ਬੱਦੀ ਦੇ ਮਰ ਜਾਂਗੇ ਛੱਡ ਕੇ ਨਾ ਜਾਇਓ ਸਤਿਗੁਰ, ਬੱਦੀ ਦੇ ਮਰ ਜਾਂਗੇ ਛੱਡ ਕੇ ਨਾ ਜਾਇਓ ਸਤਿਗੁਰ। ਮਰ ਜਾਗੇ ਛੱਡ ਕੇ ਨਾ ਜਾਇਓ ਸਤਿਗੁਰ, ਬੱਚੀ ਤੇ ਮਰ ਜਾਗੇ ਛੱਡ ਕੇ ਨਾ ਜਾਇਓ ਸਤਿਗੁਰ। ਛੱਡ ਕੇ ਨਾ ਜਾਇਓ ਸਤਿਗੁਰ, ਛੱਡ ਕੇ ਨਾ ਜਾਇਓ ਸਤਿਗੁਰ, ਛੱਡ ਕੇ ਨਾ ਜਾਇਓ ਸਤਿਗੁਰ। ਮਰ ਜਾਗੇ ਛੱਡ ਕੇ ਨਾ ਜਾਇਓ ਸਤਿਗੁਰ, ਬੱਚੀ ਤੇ ਮਰ ਜਾਗੇ ਛੱਡ ਕੇ ਨਾ ਜਾਇਓ ਸਤਿਗੁਰ। ਅਰਦਾਸਾਂ ਬੇਨਤੀਆਂ ਗੁਰੂ ਜੀ ਨੇ ਸੁਣਾ ਦਿੱਤਾ ਨਹੀਂ ਪਾਈ।
ਅਸੀਂ ਜਾਵਾਂਗੇ ਇਹ ਰਾਜੇ ਪੰਜਾ ਨਾਲ ਹੀ ਜਾਣਗੇ। ਹੁਣ ਚਿੱਠੀ ਵਾਪਸ ਆ ਗਈ, ਜਾਵਾਂਗੇ ਸੋਚੀ ਪੈ ਗਿਆ ਕੀ ਹੋਣਾ ਚਾਹੀਦਾ। ਇੱਕ ਵੱਡੀ ਮੀਟਿੰਗ ਰੱਖੀ ਗਈ ਦਿੱਲੀ ਵੀ ਆਹ ਗੱਲ ਹੈ, ਆਪਣੇ ਆਪਣੀ ਰਾਏ ਦਿਓ। ਇੱਕ ਕਹਿੰਦਾ ਸਰਕਾਰ ਛੁਡਾ ਦਿਓ, ਕੋਈ ਗੱਲ ਨਹੀਂ ਗੁਰੂ ਸਾਹਿਬ ਕੋਲ ਜਾਓ। ਦੂਜਾ ਉੱਠਿਆ, ਸਰਕਾਰ ਗੱਲ ਸੁਣੋ ਮੇਰੀ, ਜੇ ਰਾਜੇ ਨਾਲ ਛੱਡ ਦਿੱਤੇ ਇਹ ਬਣ ਜਾਣੇ ਨੇ ਮਹਾਰਾਜ ਦੇ ਸ਼ਰਧਾਲੂ, ਥੋੜ੍ਹੀ ਥੋੜ੍ਹੀ ਫੌਜ ਵੀ ਲੈ ਕੇ ਗੁਰੂ ਸਾਹਿਬ ਦੇ ਆਖੇ ਲੱਗ ਕੇ ਤੁਹਾਡੇ 'ਤੇ ਹੀ ਹੱਲਾ ਬੋਲ ਦਿੱਤਾ, ਤੁਸੀਂ ਅੱਜ ਵੀ ਹੈ ਨਹੀਂ ਅਤੇ ਕੱਲ੍ਹ ਵੀ ਹੈ ਨਹੀਂ, ਛੱਡਣੇ ਚਾਹੀਦੇ। ਗੱਲ ਤਾਂ ਭਾਈ ਤੇਰੀ ਵੀ ਠੀਕ ਹੈ, ਆਪਣੀਆਂ ਆਪਣੀਆਂ ਸਲਾਹਾਂ ਦਿੰਦੇ। ਇਹ ਕਹਿੰਦਾ ਦੇਖੋ ਜੀ, ਜੇ ਤੁਸੀਂ ਮਰੀ ਗਏ ਉਹ ਸ਼ੇਰ ਫੇਰ ਆ ਗਏ, ਸੰਗੀ ਮਲ ਕੇ ਪਾਸੇ ਕੀਤੀ, ਉਦੋਂ ਨੂੰ ਉੱਥੇ ਬੇਨਤੀ ਕਰਕੇ ਛਡਾਉਣਾ ਚੰਗਾ ਕਿ ਮਰਨਾ ਚੰਗਾ? ਕਹਿੰਦੇ ਜਿੰਦੇ ਰਹਿਣਾ ਠੀਕ ਹੈ, ਫਿਰ ਬੇਨਤੀ ਕਰੋ ਮਹਾਰਾਜ ਨੂੰ। ਹੁਣ ਇਹਨੇ ਚਿੱਠੀ ਲਿਖੀ ਵੀ ਇਸ ਤਰ੍ਹਾਂ ਕਰੋ, ਸਾਡੇ ਇੱਥੇ ਇਹ ਸਲਾਹ ਹੋਈ ਹੈ, ਜਿੰਨੇ ਤੁਹਾਡੇ ਚੋਲੇ ਦੀਆਂ ਕੰਨੀਆਂ ਫੜ ਕੇ ਆ ਜਾਣ ਉਹਨੇ, ਚਲੋ ਜਿਹੜੇ ਬਚਣ ਉਹੀ ਸਹੀ। ਹੁਣ ਚਿੱਠੀ ਆ ਗਈ, ਗੁਰੂ ਜੀ ਨੇ 52 ਕਲੀ ਵਾਲਾ ਚੋਲਾ ਪਾਇਆ। ਸੱਤਵੀਂ ਪਾਤਸ਼ਾਹੀ ਗੁਰੂ ਹਰਿਰਾਜ ਸਾਹਿਬ 101 ਕਲੀਆਂ ਵਾਲਾ ਪਾਉਂਦੇ ਹੁੰਦੇ ਸੀ, ਮਹਾਰਾਜ ਨੇ 52 ਕਲੀ ਵਾਲਾ। ਉਸ ਚੋਲੇ ਸਾਹਿਬ ਦੇ ਅੱਜ ਦਰਸ਼ਨ ਕਰਨੇ ਹੁਣ ਰਾੜਾ ਸਾਹਿਬ ਦੇ ਉਰਲੇ ਪਾਸੇ ਕਢਾਣੀ ਪਿੰਡ ਹੈ, 4 ਕਿਲੋਮੀਟਰ ਉਰਲੇ ਪਾਸੇ। ਉਸ ਪਿੰਡ ਵਿੱਚ 2 ਗੁਰਦੁਆਰੇ ਨੇ, ਪਾਤਸ਼ਾਹੀ 6ਵੀਂ। ਉੱਥੇ ਸ਼ੀਸ਼ੇ ਵਿੱਚ ਮੜਿਆ ਹੋਇਆ 52 ਕਲੀ ਵਾਲਾ ਚੋਲਾ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਇੱਕ ਗੁਰੂ ਸਾਹਿਬ ਦੇ ਚਰਨਾਂ ਦਾ ਜੋੜਾ ਹੈ, ਜਿਹਨੂੰ ਗਲ ਵਿੱਚ ਜੀਰਾਂ ਹੋ ਜਾਂਦੀਆਂ ਨੇ, ਉੱਥੇ ਜਾ ਕੇ ਸ਼ੀਸ਼ੇ 'ਚੋਂ ਮਹਾਰਾਜ ਦੇ ਜੋੜੇ ਦੇ ਚੋਲੇ ਦੇ ਦਰਸ਼ਨ ਕਰਦੇ ਨੇ ਅਤੇ ਜੀਰਾਂ ਠੀਕ ਹੋ ਜਾਂਦੀਆਂ। ਉੱਥੇ ਉਰਲੇ ਪਾਸੇ ਨਾਲ ਹੀ ਗੁਰਦੁਆਰਾ ਪਾਤਸ਼ਾਹੀ 6ਵੀਂ, ਇੱਕੇ ਪਿੰਡ ਵਿੱਚ 2 ਨੇ, ਉੱਥੇ ਇੱਕ ਨਿੰਮ ਹੈ, ਉਹ ਮਿੱਠੀ ਹੈ, ਹੈ ਨਿੰਮ। ਪਰ ਗੁਰੂ ਸਾਹਿਬ ਜਦੋਂ ਘੋੜਾ ਬੰਨਣ ਲੱਗੇ ਨਾ, ਤਾਂ ਮਹਾਰਾਜ ਦਾ ਚਰਨ ਨਿੰਮ ਨੂੰ ਲੱਗ ਗਿਆ, 6ਵੇਂ ਮਹਾਰਾਜ ਦਾ, ਉਹਦੇ ਵਿੱਚੋਂ ਕੜਿੱਤਣ ਹੀ ਖਤਮ ਹੋ ਗਈ। ਮੈਂ ਪੱਤੇ ਖਾ ਕੇ ਦੇਖੇ ਸੀ, ਮਿੱਠੇ, ਤੁਸੀਂ ਹੈਰਾਨ ਹੋਵੋਗੇ, ਨਿੰਮ ਮਿੱਠੀ ਨਹੀਂ ਹੁੰਦੀ, ਪਰ ਗੁਰੂ ਸਾਹਿਬ ਦਾ ਚਰਨ ਲੱਗ ਗਿਆ ਉਹ ਮਿੱਠੀ ਹੋ ਗਈ, ਅਜੇ ਵੀ ਹੈ, ਸੰਗਤਾਂ ਜਾਂਦੀਆਂ ਦਰਸ਼ਨ ਕਰਨ। ਤੋ 52 ਕਲੀ ਦਾ ਚੋਲਾ, ਹੁਣ ਰਾਜਿਆਂ ਨੂੰ ਕੰਨੀਆਂ ਉਹਨਾਂ ਫੜੀਆਂ 52 ਕਲੀਆਂ, ਅਤੇ 52 ਦੇ 52 ਹੀ ਮਹਾਰਾਜ ਦੇ ਨਾਲ ਨਿਕਲਾ ਹੈ ਕਿਲੇ ਸਾਹਿਬ ਤੋਂ ਬਾਹਰ। ਗੁਰੂ ਜੀ ਕਹਿੰਦੇ ਚਲੋ ਭਾਈ ਹੁਣ ਦਿੱਲੀ ਚਲੋ। ਇਹ ਹੁਣ ਦਿੱਲੀ ਆ ਗਏ, ਫਿਰ ਮਾਫ਼ੀ ਮੰਗੋ ਜਹਾਂਗੀਰ ਕੋਲੋਂ, ਤੇ ਜਾਓ ਆਪਣੇ ਆਪਣੇ ਇਲਾਕਿਆਂ ਨੂੰ। ਜਹਾਂਗੀਰ ਕਹਿੰਦਾ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗੋ, ਮੈਂ ਕਿਹਦਾ ਬਚਾ, ਬਸ ਮਹਾਰਾਜ ਕੋਲੋਂ ਮੰਗ ਲਓ, ਮੈਂ ਕਿਤੇ ਮੇਰੇ ਤਾਂ ਬਚ ਗਿਆ, ਮੈਂ ਇੰਨਾ ਹੀ ਬੜਾ, ਬਸ ਮਹਾਰਾਜ ਕੋਲੋਂ ਮਾਫ਼ੀ ਮੰਗੋ, ਵੀ ਅੱਗੋਂ ਖਿਲੜ ਨਹੀਂ ਪਾਵਾਂਗੇ ਆਪਣੇ ਇਲਾਕਿਆਂ 'ਚ। ਹੁਣ ਜਹਾਂਗੀਰ ਕੋਲੋਂ ਉਹ ਕਹਿੰਦਾ ਨਹੀਂ ਮਹਾਰਾਜ ਕੋਲੋਂ ਮਾਫ਼ੀ ਮੰਗੋ। ਇਹਨਾਂ 52 ਦੇ ਵਿੱਚ ਇੱਕ ਰਾਜਾ ਸੀ ਸ਼ਮਸ਼ੇਰ ਬਹਾਦਰ, ਯੂਪੀ ਵਿੱਚ ਇੱਕ ਪੀਲੀਭੀਤ ਇਲਾਕਾ ਹੈ, ਫਿਰ ਹੁਣ ਤਾਂ ਜ਼ਿਲ੍ਹਾ ਬਣ ਗਿਆ, ਇੱਥੋਂ ਦਾ ਇਹ ਰਾਜਾ ਸੀ। ਇਹ ਕਹਿੰਦਾ ਸੱਚੇ ਪਾਤਸ਼ਾਹ ਕਿਤੇ ਆਪ ਜੀ ਯੂਪੀ ਨੂੰ ਆਉਣ ਤਾਂ ਜ਼ਰੂਰ ਤੁਹਾਡਾ ਹੀ ਰਾਜ ਭਾਗ ਹੈ ਦਰਸ਼ਨ ਦੇਣੇ। ਗੁਰੂ ਜੀ ਕਹਿੰਦੇ ਠੀਕ ਹੈ। ਜਦੋਂ ਮਹਾਰਾਜ ਸੁੱਕਾ ਪਿੱਪਲ ਹਾਰਾ ਕਰਨ ਆਏ ਨਾਨਕ ਮੱਤਾ ਸਾਹਿਬ, ਇਹ ਪੀਲੀਭੀਤ ਵੀ ਆਏ ਅਤੇ ਮਹਾਰਾਜ ਇਹਨੂੰ ਦਰਸ਼ਨ ਦਿੱਤੇ। ਇਸ ਰਾਜੇ ਇਹਦਾ ਪੋਤਰਾ ਸੀ ਬਾਜ ਬਹਾਦਰ, ਜਿਹਦੇ ਕੋਲ 10ਵੇਂ ਮਹਾਰਾਜ ਜੀ ਬਾਲਾ ਪ੍ਰੀਤਮ ਪਟਨਾ ਸਾਹਿਬ ਤੋਂ ਆਉਂਦਿਆਂ ਹੋਏ ਆ 5 ਦਿਨ ਰੁਕੇ, 1 ਰਾਤ ਨਾਨਕ ਮੱਤਾ ਸਾਹਿਬ, 5 ਦਿਨ ਇੱਥੇ। ਬਾਜ ਬਹਾਦਰ ਦਾ ਪੋਤਰਾ ਸੀ ਜਿਹਨੇ ਇੱਕ ਪਿੰਡ ਦੀ ਨੀਂਹ ਰੱਖੀ, ਉਹਦਾ ਨਾਂ ਰੱਖਿਆ ਬਾਜਪੁਰ। ਉਹ ਯੂਪੀ ਦੇ ਨੇੜੇ ਹੀ ਹੈ ਅਤੇ ਉੱਤਰਾਖੰਡ ਵਿੱਚ ਆ ਗਿਆ, ਉੱਥੇ ਸਰਕਾਰੀ ਦਫ਼ਤਰ ਹੈ ਬਾਜਪੁਰ ਵਿੱਚ, ਅੱਜ ਕੱਲ੍ਹ ਛੋਟੀਆਂ ਇੱਟਾਂ ਦਾ ਬਣਿਆ ਹੋਇਆ। ਇਹ ਉਹਨੇ ਆਪਣੇ ਬਜ਼ੁਰਗਾਂ ਦੀ ਬਾਜ ਬਹਾਦਰ ਦੀ ਯਾਦਗਾਰ, ਜਿਹਨੂੰ ਆਮ ਬਾਜਪੁਰ ਕਹਿ ਦਿੰਦੇ,
ਉੱਤਰਾਖੰਡ ਵਿੱਚ ਇੱਕ ਸ਼ਹਿਰ ਹੈ ਇਹਨੂੰ ਰੁਦਰਪੁਰ ਕਹਿੰਦੇ ਨੇ। ਅੱਜ ਤੋਂ 1400 ਕੁਛ ਸਾਲ ਪਹਿਲਾਂ ਇੱਕ ਦੋ ਭਰਾ ਹੋਏ ਨੇ, ਰੁਦਰ ਚੰਦਰ ਦੇਵ ਸਿੰਘ ਰਾਜਾ ਹੋਇਆ। ਅਲਮੋੜੇ ਇਹਨਾਂ ਦੀ ਰਾਜਧਾਨੀ ਸੀ, ਬਗਵਾੜੇ ਰਹਿੰਦੇ ਹੁੰਦੇ ਸੀ। ਇਹਨਾਂ ਦੇ ਸਾਰੇ ਖਾਨਦਾਨ ਦਾ ਇਤਿਹਾਸ ਸੋਨੇ ਦੇ ਪੱਤਰਿਆਂ ਵਿੱਚ ਲਿਖਿਆ ਹੋਇਆ ਤੋਸ਼ੇਖਾਨੇ ਵਿੱਚ ਪਿਆ। ਸ਼੍ਰੀ ਕ੍ਰਿਸ਼ਨ ਜੀ ਦੀ ਫੋਟੋ ਅਤੇ ਰਾਮ ਚੰਦਰ ਦੀ ਫੋਟੋ ਵਾਲੇ ਚਾਂਦੀ ਦੇ ਰੁਪਈਏ ਇਹਨਾਂ ਨੇ ਛਪਾਏ। ਇਹ ਦੇਵੀ ਨੂੰ ਮੰਨਦੇ ਸੀ। ਰੁਦਰਪੁਰ ਦੇ ਨੇੜੇ ਇੱਕ ਟਰੀਆ ਨਾਮ ਕਰਕੇ ਹੈ, ਇੱਥੇ ਦੇਵੀ ਦੀ ਤਸਵੀਰ ਇਹਨਾਂ ਹੀ ਰੱਖੀ ਸੀ। ਉਹ ਕਦੇ ਸ਼ਹਿਰ ਵੱਡਾ ਹੋ ਜਾਂਦਾ ਹੈ, ਕਦੇ ਛੋਟਾ, ਹੁਣ ਉੱਤਰਾਖੰਡ ਵਿੱਚ ਆ ਗਿਆ। ਆਪਾਂ ਅੱਗੇ ਚੱਲੀਏ। ਸੋ ਗੁਰੂ ਹਰਗੋਬਿੰਦ ਮਹਾਰਾਜ ਜੀ ਇੱਥੇ ਦਰਸ਼ਨ ਦੇ ਕੇ ਜਦੋਂ ਇੱਧਰ ਗਏ ਸਨ ਯੂਪੀ ਵੱਲ, ਅਜਮੇਰ ਇਲਾਕੇ ਉਹਦੇ ਸੜਕਾਂ ਬਦਲ ਗਈਆਂ, ਗੜ੍ਹ ਸ਼ੰਕਰ ਆਏ, ਗੜ੍ਹ ਸ਼ੰਕਰ ਤੋਂ ਬਰੇਲੀ, ਬਰੇਲੀ ਤੋਂ ਮਹਾਰਾਜ ਜੀ ਪੀਲੀਭੀਤ, ਪੀਲੀਭੀਤ ਤੋਂ ਨਾਨਕ ਮੱਤਾ ਸਾਹਿਬ। ਇਹ ਰਸਤੇ ਪੁਰਾਣੇ ਬਦਲ ਗਏ, ਪੁਰਾਣੇ ਗ੍ਰੰਥਾਂ ਵਿੱਚ ਨਕਸ਼ੇ ਵੀ ਬਣੇ ਹੋਏ ਨੇ। ਆਹ ਜਿਹੜਾ ਰਾਮਪੁਰ ਤੋਂ ਸਿੱਧਾ ਰਸਤਾ ਬਿਲਾਸਪੁਰ ਜਾਂਦਾ, ਇਹ ਰਾਹ ਹੀ ਨਹੀਂ ਸੀ ਹੁੰਦਾ। ਬਰੇਲੀ ਬਾਂਸ ਬਰੇਲੀ ਪੁਰਾਣਾ ਨਾਂ, ਇੱਥੋਂ ਪੀਲੀਭੀਤ, ਇੱਥੋਂ ਫਿਰ ਰਸਤਾ ਜਾਂਦਾ ਸ੍ਰੀ ਨਾਨਕ ਮੱਤਾ ਸਾਹਿਬ। ਹੁਣ ਸੜਕਾਂ ਬਦਲ ਗਈਆਂ, ਪੁਰਾਣੇ ਰਸਤੇ ਹੋਰ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਅੱਛਾ ਆਵਾਂਗੇ, ਇਸ ਕਰਕੇ ਇਹਨੂੰ ਦਰਸ਼ਨ ਦਿੱਤੇ। ਇਹ ਵੀ 52 ਦੇ ਵਿੱਚ ਹੀ ਸੀ। ਹੁਣ ਉੱਥੇ ਜਹਾਂਗੀਰ ਕਹਿੰਦਾ, ਮਹਾਰਾਜ ਮੇਰੀ ਬੇਨਤੀ ਹੈ ਜੀ, ਤੁਹਾਡੇ ਕੋਲ ਮਾਲਾ ਬੜੀ ਚੰਗੀ, ਇੱਕ ਮਣਕਾ ਦੇ ਦਿਓ ਗੁਰੂ ਸਾਹਿਬ, ਇੱਕ ਮੈਂ ਵੀ ਆਪਣੀ ਮਾਲਾ 'ਚ ਪਾ ਲਾਂ। ਆਪਾਂ ਮਾਲਾ ਕਹਿੰਦੇ ਹਾਂ 108 ਮਣਕੇ ਦੀ ਹੈ, ਇਹ ਤਸਵੀ ਕਹਿੰਦੇ ਨੇ ਇਹ 100 ਮਣਕੇ ਦੀ ਹੈ। ਗੁਰੂ ਜੀ ਕਹਿੰਦੇ ਜਹਾਂਗੀਰ ਇੱਕ ਮਣਕਾ, ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਹੀਰਿਆਂ ਦੀ ਮਾਲਾ 108 ਹੀਰਿਆਂ ਦੀ ਤੇਰੇ ਦੀਵਾਨ ਚੰਦੂ ਕੋਲ। ਉਹ ਕਹਿੰਦਾ ਜੀ ਮੇਰੇ ਕੋਲ ਨਹੀਂ ਹੈ, ਇਹ ਝੂਠ ਬੋਲਦੇ ਜਿਹੜਾ ਤੁਸੀਂ ਗੁਰੂ ਸਾਹਿਬ ਕਹਿੰਦੇ ਝੂਠ ਬੋਲਦੇ। ਗੁਰੂ ਜੀ ਕਹਿੰਦੇ ਤੇ ਘਰ ਦੀ ਤਲਾਸ਼ੀ ਕਰਾਓ। ਜਹਾਂਗੀਰ ਨੇ ਬੰਦੇ ਘੱਲੇ, ਮਾਲਾ ਮਿਲ ਗਈ ਗੁਰੂ ਅਰਜਨ ਦੇਵ ਜੀ। ਜਹਾਂਗੀਰ ਕਹਿੰਦਾ ਆਹ ਕਿੱਥੋਂ ਆ ਗਈ, ਹੁਣ ਕੀ ਜਵਾਬ ਦੇਵੇ। ਜਹਾਂਗੀਰ ਨੇ ਸੋਚਿਆ ਵੀ ਕਸੂਰ ਤੇ ਹੈ ਮੇਰਾ ਪੂਰਾ ਹੀ, ਲਿਖ ਕੇ ਵੀ ਦਿੱਤਾ ਸੀ, ਮੋਹਰ ਵੀ ਲਾਈ ਸੀ, ਦਸਖਤ ਵੀ ਕੀਤੇ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਯਾਛਾ ਕਾਨੂੰਨ ਵਿੱਚ ਬੰਦ ਕਰਕੇ ਸਜਾਵਾਂ ਦਿੱਤੀਆਂ ਜਾਣ, ਪਰ ਕੁਛ ਟਾਲ ਮਟੋਲਾ ਕਰੀਏ। ਹੁਣ ਕਹਿੰਦਾ ਦੇਖੋ ਗੁਰੂ ਸਾਹਿਬ ਜੀ, ਬੇਨਤੀ ਹੈ, ਆਹ ਹੈ ਤੁਹਾਡਾ ਦੁਸ਼ਮਣ, ਫੜੋ, ਛੱਡੋ, ਮਾਰੋ, ਜੇ ਜਿਵੇਂ ਤੁਹਾਨੂੰ ਠੀਕ ਲੱਗੇ, ਮੇਰੇ ਵੱਲੋਂ ਖੁੱਲ੍ਹੀ ਛੁੱਟੀ। ਚੰਦੂ ਨੇ ਸਿਰ ਨੀਵਾਂ ਜਿਹਾ ਕਰ ਲਿਆ ਗੋਡਿਆਂ 'ਚ ਵੀ ਆਹ ਕੀ ਬਣਿਆ। ਗੁਰੂ ਜੀ ਕਹਿੰਦੇ ਬੀਦੀ ਚੰਦ ਹੁਣ ਕੀ ਦੇਖਦੇ, ਬਸ ਇਸ਼ਾਰੇ ਦੀ ਡੇ ਸੀ, ਫੜਿਆ ਧੌਣ ਤੋਂ ਲੈ ਗਿਆ ਖਿੱਚ ਕੇ ਪਾਸੇ, ਪਾੜ ਕੇ ਨੱਥ ਵਿੱਚ ਪਾ ਕੇ ਨਾ ਨੱਕ ਦੇ ਨੱਥ ਦੋ ਕੁੱਤਿਆਂ ਦੇ ਵਿੱਚ ਜਰੁੱਟ ਕਰ ਦਿੱਤਾ, ਇੱਕ ਉੱਧਰ ਅਤੇ ਇੱਕ ਉੱਧਰ। ਕਹਿੰਦੇ ਤੂੰ ਹੈ ਕੁੱਤਾ ਅਤੇ ਕੁੱਤਿਆਂ 'ਚ ਬੜਾ ਵਧੀਆ ਲੱਗੇ। ਤਦੇ ਬਾਣੀ ਵਿੱਚ ਬੜੇ ਬਚਨ ਆਉਂਦੇ ਨੇ, ਨਿੰਦਾ ਮਨਮੁੱਖ ਨਿੰਦਾ ਕਰ ਕਰ ਵਗੁੱਚਾ ਅੰਤਰ ਲੋਭ ਭੌਂਕੇ ਕੁੱਤਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਿੰਦਕ ਜਿਹੜੇ ਇਹ ਕੁੱਤੇ ਹੁੰਦੇ, ਇਹ ਲੋਭੀ ਹੁੰਦੇ ਨੇ। ਚੰਦੂ ਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕਰ ਦਿੱਤਾ, ਤੂੰ ਹੈ ਗੁਰੂ ਘਰ ਦਾ ਨਿੰਦਕ, ਤੂੰ ਹੈ ਕੁੱਤਾ, ਤੂੰ ਬੰਦਿਆਂ 'ਚ, ਤੂੰ ਕੁੱਤਿਆਂ 'ਚ ਹੀ ਠੀਕ ਹੈ, ਇੱਕ ਇੱਧਰ ਇੱਕ ਇੱਧਰ ਤੇ ਵਿੱਚ ਚੰਦੂ ਨੱਕ 'ਚ ਪਾ ਲਈ ਨੱਥ। ਕਹਿੰਦੇ ਕੁੱਤਿਆਂ ਕੁੱਤਿਆਂ 'ਚ ਰਹੋ, ਮਨਮੁੱਖ ਨਿੰਦਾ ਕਰ ਕਰ ਵਗੁੱਤਾ, ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ, ਅੰਦਰ ਲੋਭ ਭੌਂਕੇ ਕੁੱਤਾ। ਕਿਵੇਂ ਦਿੱਲੀ ਭੌਂਕਦਾ ਹੁੰਦਾ ਸੀ, ਕਿਵੇਂ ਉੱਥੇ ਭੌਂਕਦਾ ਹੁੰਦਾ ਸੀ, ਹੁਣ ਤੂੰ ਕੁੱਤਿਆਂ 'ਚ ਕਿੱਡਾ ਸੋਹਣਾ ਕੁੱਤਾ, ਕੁੱਤੇ 'ਚ ਬੜਾ ਵਧੀਆ ਲੱਗਦਾ, ਹੁਣ ਕੀ ਕਰੇ। ਗੁਰੂ ਜੀ ਕਹਿੰਦੇ ਆ ਗਈ ਨਾ ਸਾੜ ਸਤੀ, ਤੈਨੂੰ ਕਿਹਾ ਸੀ ਨਾ ਸਾੜ ਸਤੀ ਜ਼ਰੂਰ ਹੈ, ਪਰ ਜਿਹਦੇ 'ਤੇ ਹੈ ਉਹਦੇ 'ਤੇ ਹੀ ਹੈ, ਤੇਰੇ 'ਤੇ ਨਹੀਂ ਹੈ, ਹੈ ਜ਼ਰੂਰ ਪਰ ਜਿਹਦੇ 'ਤੇ ਹੈ ਉਹਦੇ 'ਤੇ। ਹੁਣ ਗੁਰੂ ਮਹਾਰਾਜ ਨੇ ਤਿਆਰੀ ਕੀਤੀ ਵੀ ਅੰਮ੍ਰਿਤਸਰ ਚੱਲਣਾ, ਮਜਨੂੰ ਟਿੱਲੇ ਆਏ, ਸਿੱਖ ਸੰਗਤਾਂ ਦਰਸ਼ਨ ਕਰ ਕਰ ਨਿਹਾਰ ਹੋ ਰਹੀਆਂ ਨੇ, ਸੈਂਕੜੇ ਘਰ ਸਨ ਦਿੱਲੀ ਸਿੱਖਾਂ ਦੇ। ਗੁਰੂ ਨਾਨਕ ਜੀ ਆਏ ਸੀ ਨਾ ਪਹਿਲਾਂ, ਇਤਨੀ ਵੀ ਦਿੱਲੀ ਗੁਰੂ ਜੀ ਨੂੰ ਕੋਈ ਜਾਣਦਾ ਹੀ ਨਹੀਂ ਸੀ, ਇਸ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਨੇ ਛੇਵੀਂ ਮਹਾਰਾਜ ਦੇ ਦਰਸ਼ਨ ਕਰ ਕਰਕੇ। ਸੱਚੇ ਪਾਤਸ਼ਾਹ ਕਿਤੇ ਫਿਰ ਵੀ ਕਿਰਪਾ ਕਰਿਓ। ਕਹਿੰਦੇ ਅਗਲੇ ਜਾਮੇ ਵਿੱਚ ਅੱਛਾ, ਫਿਰ ਮਹਾਰਾਜ ਆਏ ਸੀ 8ਵਾਂ ਜਾਮਾ, 9ਵਾਂ, 10ਵੇਂ ਮਹਾਰਾਜ ਜੀ ਵੀ ਆਏ ਸੀ ਦਿੱਲੀ, ਬੜੇ ਗੁਰਦੁਆਰੇ।
ਹੁਣ ਜਦੋਂ ਤੁਰ ਲੱਗੇ ਤੇ ਬਿਧੀ ਚੰਦ ਨੂੰ ਹੁਕਮ ਹੋਇਆ ਵੀ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਵੇ ਪਹਿਲਾਂ ਪੰਜ ਜੁੱਤੀਆਂ ਚੰਦੂ ਨੂੰ ਮਾਰੇ। ਉਹ ਵੱਜਦੀਆਂ ਨੇ ਤੇ ਕਹਿੰਦੇ ਮਾਰਿਓ ਨਾ ਇਹਨੂੰ, ਇਹਨੂੰ ਲਾਹੌਰ ਲੈ ਕੇ ਜਾਣਾ, ਇਹਨੂੰ ਮਾਰਿਓ ਨਾ। ਜਦੋਂ ਦਿੱਲੀਓਂ ਆ ਗਏ ਨੇ 18-20 ਮੀਲ ਇੱਧਰ ਨੂੰ ਅੰਮ੍ਰਿਤਸਰ ਵੱਲ ਨੂੰ, ਤੇ ਚੰਦੂ ਦਾ ਮੁੰਡਾ ਕਰਮ ਚੰਦ ਤੇ ਨਾਲ ਉਹਦੀ ਮਾਂ, 3-4 ਹੋਰ ਉਹਦੇ ਸਿੱਖਾਂ ਨੂੰ ਵੇਖ ਕੇ ਭੱਜ ਗਏ। ਇਹ ਸਿੱਖਾਂ ਦੇ ਹੱਥ ਆ ਗਿਆ। ਕਰਮ ਚੰਦ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਐਂ ਕਰਾਂਗਾ, ਐਂ ਕਰਾਂਗਾ, ਐਂ ਕਰਾਂਗਾ, ਸਿੱਖਾਂ ਲਿਆ ਫੜ। ਕਹਿੰਦੇ ਸੱਚੇ ਪਾਤਸ਼ਾਹ ਇਹਦੀ ਕਰੀਏ ਸਮਾਪਤੀ, ਚੰਦੂ ਦਾ ਮੁੰਡਾ। ਗੁਰੂ ਜੀ ਕਹਿੰਦੇ ਨਹੀਂ, ਇਹਦਾ ਕੋਈ ਕਸੂਰ ਨਹੀਂ, ਕਸੂਰ ਇਹਦੇ ਪਿਓ ਦਾ, ਉਹਨੂੰ ਨੱਤ ਪਾਈ ਹੈ, ਇਹਦਾ ਕੋਈ ਕਸੂਰ ਨਹੀਂ, ਇਹਨੂੰ ਰਹਿਣ ਦਿਓ। ਜਦੋਂ ਉਹਨੂੰ ਸਾਧ ਸਿੰਘ ਛੱਡਿਆ ਗੁਰੂ ਜੀ ਦੇ, ਉਹ ਤਾਂ ਬੜਾ ਵੱਧ ਘੱਟ ਬੋਲਿਆ। ਗੁਰੂ ਜੀ ਕਹਿੰਦੇ ਬੋਲ ਲੈਣ ਦਿਓ, ਇਹਨੂੰ ਸਮਾਂ ਆਏਗਾ ਆਪਣੀ ਹੱਥੀਂ ਮਾਰਾਂਗੇ ਇਹਨੂੰ, ਇਹ ਨਾ ਜ਼ਿਆਦਾ ਵਿਗੜ ਗਿਆ। ਹੁਣ ਉਦੋਂ ਤਾਂ ਭੱਜ ਗਿਆ। ਜਿਹੜਾ ਦੂਸਰਾ ਯੁੱਧ ਹੋਇਆ ਨਾ ਬਟਾਲੇ ਦੇ ਨੇੜੇ ਹਰਗੋਬਿੰਦਪੁਰਾ, ਕੇਰੜ ਭਗਵਾਨ ਦਾਸ ਤੋਂ ਗੱਲ ਚੱਲੀ। ਬਰਸਾਤਾਂ ਦਾ ਸਮਾਂ, ਗੁਰੂ ਸਾਹਿਬ ਨੇ ਕੱਟਣਾ ਸੀ, ਸਿੱਖ ਸੰਗਤਾਂ ਨਾਲ ਨੇ, ਤੇ ਉਹ ਕੇਰੜ ਭਗਵਾਨ ਦਾਸ ਆ ਗਿਆ ਤੇ ਬੜਾ ਪੁੱਠਾ ਬੋਲਿਆ। ਦੇਖੋ ਕਹਿੰਦੇ ਚੁੱਕੋ ਇੱਥੋਂ ਜੋ ਵੀ ਤੁਹਾਡਾ ਸਾਜੋ ਸਮਾਨ, ਚਲੋ ਇਹ ਤਾਂ ਮੇਰਾ ਸਾਰਾ ਕੁਝ। ਕਹਿੰਦੇ ਅਸੀਂ ਬਰਸਾਤਾਂ ਕੱਟਣੀਆਂ ਭਾਈ, ਚਲੇ ਜਾਣਾ। ਕਹਿੰਦੇ ਮੇਰੀ ਰਾਜਿਆਂ ਤੱਕ ਗੱਲ ਹੈ, ਤੁਹਾਡੇ ਪਿਤਾ ਨੂੰ ਬਿਠਾਇਆ ਨਾ 33 ਲਓ ਤੇ ਕਿਤੇ ਤੁਸੀਂ ਮੇਰੇ ਕੋਲੋਂ ਨਾ ਬਹਿ ਜਾਓ। ਗੁਰੂ ਜੀ ਕਹਿੰਦੇ ਕੀ ਬੋਲਦਾ ਹੈ ਇਹ? ਮਹਾਰਾਜ ਵਿਗੜ ਗਿਆ ਜ਼ਿਆਦਾ। ਕਹਿੰਦੇ ਅੱਛਾ ਕੋਈ ਗੱਲ। ਗੁਰੂ ਜੀ ਕਹਿੰਦੇ ਪਿਆਰ ਨਾਲ ਸਮਝਾ ਦਿਓ। ਕਹਿੰਦੇ ਦੇਖ ਕੇੜ ਗੱਲ ਇਸ ਤਰ੍ਹਾਂ, ਗੁਰੂਆਂ ਨੂੰ ਵੱਧ ਘੱਟ ਨਹੀਂ ਬੋਲੀ ਦਾ, ਚੰਗਾ ਜਾ, ਤੇਰਾ ਕੀ ਵਿਗਾੜ ਦੇ, ਮਾਸਾ ਕੱਟਣਾ ਚਲੇ ਜਾਣਾ। ਉਹ ਤੇ ਹੋਰ ਤਾਂ ਚੜ ਗਿਆ। ਉਹ ਕਹਿੰਦਾ ਦੇਖੋ ਮੈਨੂੰ ਪਤਾ ਇਹਨਾਂ ਲੋਕਾਂ ਨੂੰ ਤੱਤੀਆਂ ਲਵਾਂ ਤੇ ਕਿਵੇਂ ਬਿਠਾਈ ਦਾ, ਮੈਂ ਆਹ ਕਰ ਦਾਂਗਾ, ਮੈਂ ਆਹ ਕਰ ਦਾਂਗਾ। ਇੱਕ ਸਿੱਖ ਕਹਿੰਦਾ ਬਾਬਾ ਬਿਧੀ ਚੰਦ ਨੂੰ, ਕਹਿੰਦੇ ਇਹਨੂੰ ਸਮਝਾ ਦਿਓ ਥੋੜ੍ਹਾ ਜਿਹਾ। ਉਹਨੇ ਫੜਿਆ ਬਾਂਹ ਤੋਂ ਪਹਿਲਾਂ ਤਾਂ ਕੁੱਟਿਆ, ਜਿਵੇਂ ਬੱਚੇ ਨਹੀਂ ਘੁਮਾਉਂਦੇ ਦੁਆਲੇ ਕੋਈ ਚੀਜ਼ ਕਿ ਕਲੀ ਕਲੀ ਦੀ ਅਤੇ ਪੱਗ ਮੇਰੇ ਵੀਰ ਦੀ, ਫੜ ਕੇ ਘੁਮਾ ਕੇ ਵਗਾ ਕੇ ਮਾਰਿਆ, ਜਿਵੇਂ ਟੇਮ ਜਾਂਦੀ ਦਰਿਆ ਦੇ ਵਿੱਚ, ਕੇੜ ਤੇ ਗਿਆ ਮਰ। ਸੱਚੇ ਪਾਤਸ਼ਾਹ ਕੰਮ ਮੌਕਾ ਜ਼ਿਆਦਾ ਹੀ ਤਾਂ ਬੋਲਦਾ ਸੀ, ਤਾਂ ਰੁੜ ਗਿਆ। ਹੁਣ ਇਹਦਾ ਮੁੰਡਾ ਧਰਮ ਚੰਦ ਤੇ ਚੰਦੂ ਦਾ ਮੁੰਡਾ ਕਰਮ ਚੰਦ ਜਲੰਧਰ ਦੇ ਸੂਬੇ ਨੇ ਗੱਲਬਾਤ ਕਰਕੇ ਤੇ ਲੈ ਕੇ ਆ ਗਏ 15,000 ਫੌਜ। ਉਹ ਕਹਿੰਦੇ ਸਾਡੇ ਪਿਓ ਨੂੰ ਨੱਤ ਪਾਈ ਇਹਨੇ, ਮਾਰਿਆ ਮਾਰਿਆ ਮਾਰਿਆ। ਹੁਣ ਗੁਰੂ ਜੀ ਵੀ ਤਿਆਰ ਨੇ। ਇੱਥੇ ਯੁੱਧ ਹੋਇਆ, ਦੂਸਰਾ ਯੁੱਧ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ। ਕੇਰੜ ਭਗਵਾਨ ਦਾਸ ਤੋਂ ਗੱਲ ਚੱਲੀ, ਗੁਰੂ ਸਾਹਿਬ ਦੀ ਜਿੱਤ ਹੋਈ। 5-7 ਮਾਰ ਨੇ ਰਹਿਣ ਦਿੱਤੇ, ਮਾਰ ਸਾਰੇ ਹੀ ਦਿੱਤੇ ਜਿਹਨੇ 15,000 ਚੜ੍ਹ ਕੇ ਆਏ ਸੀ। ਸਿੱਖਾਂ ਨੂੰ ਤੇ ਜਲ ਪ੍ਰਵਾਹ ਕੀਤਾ, ਬਾਕੀ ਕੁਝ ਦੱਬ ਦੁੱਬ ਦਿੱਤੇ, ਥੜਾ ਬਣਾਇਆ। ਜਪੀ ਸਾਹਿਬ ਦਾ ਪਾਠ ਇੱਥੇ ਸੁਣਿਆ ਸੀ। ਗੁਰੂ ਜੀ ਕਹਿੰਦੇ ਗੁਰਮੁਖੋ ਗੱਲ ਇਸ ਤਰ੍ਹਾਂ, ਜਿੱਥੇ ਕੇਰੜ ਭਗਵਾਨ ਦਾਸ ਦਾ ਘਰ ਹੈ ਉਹਦੀਆਂ ਇੱਟਾਂ ਵੀ ਥੱਲਿਓਂ ਪੁੱਟ ਦਿਓ, ਨਾਮੋ ਨਿਸ਼ਾਨ ਮਿਟਾ ਦਿਓ, ਇੱਥੇ ਮਸੀਤ ਬਣਾ ਦਿਓ। ਹੁਣ ਫੇਰ ਸਰਕਾਰਾਂ 'ਚ ਗੱਲ ਚੱਲੀ ਵੀ ਕੇਰੜ ਭਗਵਾਨ ਦਾਸ ਦੇ ਘਰ ਦੀ ਤੇ ਗੁਰੂ ਸਾਹਿਬ ਨੇ ਇੱਟ ਵੀ ਨਹੀਂ ਛੱਡੀ, ਪਤਾ ਨਹੀਂ ਉੱਥੇ ਕੀ ਬਣਾ ਦਿੱਤਾ। ਉਹਦੇ ਬੰਦੇ ਕਹਿੰਦੇ ਕਹਿੰਦੇ ਕੁਛ ਨਹੀਂ ਬਣਾਇਆ, ਢਾਉਣਾ ਜੇ ਮਸੀਤ ਜੇ। ਅੱਛਾ, ਅੱਲਾ ਦਾ ਘਰ ਕਹਿੰਦੇ ਹੈ ਹੀ ਨਿਰਵੈਰ ਤੇ ਦੇਈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਪੁਰਖ ਅਗਲ ਹੈ ਨਿਰਵੈਰ ਨਿਰਾਲਾ, ਸਤਿਗੁਰ ਪੁਰਖ ਅਗਲ ਹੈ ਨਿਰਵੈਰ ਨਿਰਾਲਾ, ਧਰਤੀ ਧਰਮ ਦੇ ਸੱਚੇ ਪ੍ਰਭਸਾਲਾ, ਜਾਣੋ ਧਰਤੀ ਧਰਮ ਦੇ ਸੱਚੇ ਪ੍ਰਭਸਾਲਾ, ਤੇਰਾ ਬੀਜੇ ਸੋਲਣਾ ਫਲ ਕਰਮ ਸਮਾਲਾ,
सुन रहे बल कर्म समला जिन का निर्मल आरसी जग देखन वाला कर पालिया से हो रहा भला सेवक दर के सुर पुरो दे मुख मोहला सेवक दर के सुर पुरो दे मुख मोहला सेवक दर के सुर पुरो दे मुख मोहला चार ओरी सी हुन चंदू रू नत पई हुई ते संगता मार दिया जुतियां लई आउंदे दीवान चंदू मल उड़ा कहंदा मेरी मेरी ते सिद्धी गल जांगी ना रस्ते च पानी विच इक बचन आउंदा गुरु साहिब दा जीवी समान ना मेवई तेन नक नथा पाए एह जे नु पेंदियां ਤਦੇ ਹੀ ਬਾਣੀ ਵਿੱਚ ਦੱਸਿਆ ਨਾ ਇਹੋ ਜਿਹੇ ਨੂੰ ਪੈਂਦੀਆਂ ਪਈਆਂ ਨੇ ਭਾਈ ਬਾਬਾ ਬੀਰੀ ਚੰਦ ਨੇ ਹੁਣ ਜਦੋਂ ਸੰਗਤਾਂ ਰਸਤੇ 'ਚ ਭੱਜ ਭੱਜ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਮੱਥਾ ਟੇਕਦੀਆਂ ਜਿਹਨੂੰ ਨਹੀਂ ਪਤਾ ਦੱਸਦੇ ਕਿ ਉਹਦੇ ਮਹਾਰਾਜ ਦੇ ਬੱਚੇ ਨੇ ਵੀ ਉੱਧਰ ਵੀ ਜ਼ਰਾ ਫੇਰਾ ਮਾਰ ਕੇ ਜਾਇਓ ਚੰਦੂ ਦੇ ਥਾੜ ਵੱਜਦੀ ਕਹਿੰਦੇ ਮਾਰੀ ਨਾ ਜਾਏ ਥੋੜ੍ਹਾ ਇੰਨਾ ਲਾਹੌਰ ਲੈ ਕੇ ਜਾਣਾ ਲਾਹੌਰ ਥੋੜ੍ਹਾ ਇੰਨਾ ਕੁ ਰੱਖੋ ਬਸ ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਅੰਮ੍ਰਿਤਸਰ ਆ ਰਹੇ ਨੇ ਸਾਰਾ ਸ਼ਹਿਰ ਇਕੱਠਾ ਅਤੇ ਸ਼ਬਦ ਪੜ੍ਹ ਰਹੇ ਨੇ ਸਾਜ ਕਹਿ ਜਿਹੇ ਹੁੰਦੇ ਢੋਲਕੀ ਛਹਿਣੇ ਚੁਮਟੇ ਇਹ ਜਿਹੇ ਸਾਜ ਹੁੰਦੇ ਜਦ ਵਾਪਸੀ ਮਰਦਾਨਾ ਵਜਾਉਂਦਾ ਹੁੰਦਾ ਇਹੋ ਜਿਹੇ ਸਾਜ ਆਵਾਜ਼ਾਂ ਨਹੀਂ ਸੀ ਹੁੰਦਾ ਸਾਡੇ ਦੇਸ਼ ਵਿੱਚ ਇਹ ਅੰਗਰੇਜ਼ ਆਏ ਅਤੇ ਵਾਜਾ ਆਇਆ ਪਹਿਲਾਂ ਜਰਮਨ ਤੋਂ ਚੱਲਿਆ ਇੱਥੇ ਨਹੀਂ ਸੀ ਹੁੰਦਾ ਐਸੇ ਹੁਣ ਤਾਂ ਸਾਜ ਗਿਣੇ ਹੀ ਨਹੀਂ ਆਉਂਦੇ ਪਤਾ ਨਹੀਂ ਕਿਹੇ ਕਿਹੇ ਜਿਹੇ ਬਣ ਗਏ ਤੋ ਢੋਲਕੀਆਂ ਗਲਾਂ ਵਿੱਚ ਪਾਈਆਂ ਛੈਣੇ ਖੜਤਾਲਾਂ ਵਜਾਉਂਦੇ ਸੰਗਤਾਂ ਸ਼ਬਦ ਪੜ੍ਹਦੀਆਂ ਗੁਰੂ ਮਹਾਰਾਜ ਨੂੰ ਅੱਗੋਂ ਨਹੀਂ ਲੈਣ ਆ ਰਹੇ ਜਿੱਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਤੇਰਾ ਦਰਸ਼ਨ ਕਰਨਾ ਤੇਰਾ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਇੱਕ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਗੁਰਾ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਗੁਰਾ ਇੱਕ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਗੁਰਾ ਸ਼ਬਦ ਪੜ੍ਹਦੇ ਆਉਂਦੇ ਨੇ ਬੜਾ ਰਾਗ ਪਿਆਰ ਵਿੱਚ ਹੀ ਰੋਈ ਜਾਂਦੇ ਕਿੰਨੇ ਸਮਾਂ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ ਮਾਈ ਪਾਈ ਬਜ਼ੁਰਗ ਬੱਚੇ ਕਾਫੀ ਅੱਗੇ ਗੁਰੂ ਜੀ ਘੋੜੇ ਤੋਂ ਉਤਰੇ ਤੁਰੇ ਆਉਂਦੇ ਨੇ ਸਭ ਨੂੰ ਪਿਆਰ ਦੇਈ ਜਾਂਦੇ ਦਾੜ ਦਾੜ ਚਰਨਾਂ 'ਤੇ ਡਿੱਗਦੇ ਜਦੋਂ ਨੇੜੇ ਆਏ ਗੁਰੂ ਸਾਹਿਬ ਦੇ ਮਾਤਾ ਜੀ ਵੀ ਆਏ ਕਹਿੰਦੇ ਲਾਲ ਜੀ ਇੰਨੇ ਦਿਨ ਲਾ ਦਿੱਤੇ ਗੁਰੂ ਜੀ ਮਾਤਾ ਜੀ ਹੁਕਮ ਹੀ ਹੈ
ਗੁਰੂ ਨਾਨਕ ਹੁੰਦੇ ਕਹਿੰਦੇ ਹੁਕਮ ਹੀ ਹੈ ਗੁਰੂ ਨਾਨਕ ਜੀ ਦਾ, ਇਵੇਂ ਹੀ ਹੋਣਾ ਸੀ। ਹੁਣ ਜਹਾਂਗੀਰ ਵੀ ਨਾਲ ਹੈ ਅਤੇ ਬੇਗਮਾਂ ਵੀ ਨਾਲ ਨੇ। ਬੇਗਮਾਂ ਜਿਹੜੀ ਹੈ ਮਾਤਾ ਜੀ ਨੂੰ ਮੱਥਾ ਟੇਕ ਰਹੀਆਂ ਅਤੇ ਮਾਤਾ ਜੀ ਸੇਧ ਦਿੰਦੇ ਬੇਟਾ ਰਾਜੀ ਰਹੋ, ਚਲੋ ਸੁਖੀ ਬੱਸੋ ਰਾਜੀ ਰਹੋ। ਜਹਾਂਗੀਰ ਨੇ ਦੇਖਿਆ ਵੀ ਹੁਣ ਬਹੁਤ ਵਧੀਆ ਮੌਕਾ, ਕਿਤੇ ਮਾਤਾ ਜੀ ਮੈਨੂੰ ਵੀ ਸੀਸ ਦੇ ਦੇਣ, ਗੁਰੂ ਸਾਹਿਬ ਦੇ ਮਾਤਾ ਜੀ ਮਾਤਾ ਗੰਗਾ ਜੀ ਵੀ ਮੈਂ ਵੀ ਕਿਤੇ ਕੋਈ ਬਚਨ ਕਰ ਦੇਣ ਇਹੋ ਜਿਹਾ। ਉਹ ਬੇਗਮਾਂ ਨੂੰ ਤਾਂ ਕਹੀ ਜਾਣ, ਉਹਨਾਂ ਦਾ ਕੀ ਕਸੂਰ ਸੀ? ਕਹਿੰਦੇ ਬੇਟਾ ਜਾਓ ਰਾਜੀ ਰਹੋ ਜਾਓ। ਹੁਣ ਜਹਾਂਗੀਰ ਵੀ ਸਿਰ ਨਵਾਇਆ ਗਾ, ਮਾਤਾ ਜੀ ਨੇ ਕੋਈ ਸੀਸ ਨਹੀਂ ਦਿੱਤੀ, ਕੋਈ ਪਿਆਰ ਨਹੀਂ ਦਿੱਤਾ, ਕਹਿੰਦੇ ਚੱਲ 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 ਛੇਤੀ ਚੱਲ ਜਾ ਜਿੱਧਰ ਜਾਣਾ ਚੱਲ। ਇੱਥੋਂ ਹੈਰਾਨ ਹੋ ਰਿਹਾ, ਜਾਣਦੇ ਨੇ ਇਹ ਬੰਦਾ ਹਰਗੋਬਿੰਦ ਜੀ ਦੇ ਪਿਤਾ ਨੂੰ ਤੱਤੀਆਂ ਅਤੇ ਲੋਹਾਂ 'ਤੇ ਬਿਠਾਉਣ ਵਾਲਾ ਅਤੇ ਅੱਜ ਸੀਸਾ ਮੰਗਦਾ ਹੈ। ਚੱਲ ਇੱਥੇ ਚੱਲ ਅੱਗੇ ਚੱਲ ਛੇਤੀ ਜਾਣਾ ਹੁਣ। ਬੇਗਮਾਂ ਆਉਂਦੀਆਂ ਅਤੇ ਫਿਰ ਮਾਤਾ, ਅੱਛਾ ਬੇਟਾ ਰਾਜੀ ਰਹੋ ਵੀ ਇਹਨਾਂ ਵਿਚਾਰੀਆਂ ਦਾ ਕੀ ਕਸੂਰ, ਸਭ ਜਾਣਦੇ। ਹੁਣ ਉਸ ਵੇਲੇ ਜਹਾਂਗੀਰ ਕਹਿੰਦਾ ਮਹਾਰਾਜ ਮੈਨੂੰ ਤਾਂ ਛੁੱਟੀਆਂ ਬਖਸ਼ੋ ਜੀ, ਮੈਂ ਕਸ਼ਮੀਰ ਜਾਣਾ ਜੀ। ਗੁਰੂ ਜੀ ਕਹਿੰਦੇ ਚੰਗਾ, ਇਹ ਕਸ਼ਮੀਰ ਗਿਆ, ਉੱਧਰ ਹੀ ਮਰਮੁਰ ਗਿਆ, ਲਾਹੌਰੀ ਇਹਨੂੰ ਦੱਬ ਦੁੱਬ ਦਿੱਤਾ, ਇਹਦਾ ਤਾਂ ਕੰਮ ਸੀ ਇੰਨਾ ਹੀ। ਉਸ ਵੇਲੇ ਗੁਰੂ ਜੀ ਕਹਿੰਦੇ ਨੇ ਬਾਬਾ ਜੀ, ਬਾਬਾ ਬੁੱਢਾ ਸਾਹਿਬ ਨੂੰ, ਬਾਬਾ ਜੀ ਕਿਹਦੀ ਆਗਿਆ ਅਤੇ ਇਹ ਸ਼ਕਤੀਆਂ ਵਿਖਾਈਆਂ, ਅਸੀਂ ਨਹੀਂ ਸੀ ਵਿਖਾ ਸਕਦੇ। ਸ਼ੇਰ ਬਣ ਬਣ ਕੇ ਚੜ੍ਹਦੇ ਸੀ ਜਹਾਂਗੀਰ 'ਤੇ, ਹੁਣ ਬਾਬਾ ਜੀ ਤਾਂ ਕੰਬੀ ਜਾਣ ਗੁਰੂ ਸਾਹਿਬ ਨੇ। ਇੱਕ ਵਾਰੀ ਗੱਲ, ਰਾਮ ਕਿਉਰ ਜੀ ਬਰਮ ਗਿਆਨੀ ਹੋਏ ਨੇ ਅਤੇ ਉਹ ਮਹਾਰਾਜ ਦਾ ਧਨਸ਼ਬਾਨ ਦੇਖਿਆ ਦਸਵੇਂ ਮਹਾਰਾਜ ਦਾ, ਵੀ ਇਹ ਤਾਂ ਬੜਾ ਭਾਰਾ ਅਤੇ ਮਹਾਰਾਜ ਤਾਂ ਬੜੇ ਲੰਮੇ ਜਵਾਨ ਪਤਲੇ ਜੇ, ਵੀ ਕਿਵੇਂ ਚੁੱਕਦੇ ਕਿਵੇਂ ਚਲਾਉਂਦੇ। ਖਿਆਲ ਆ ਗਿਆ, ਗੁਰੂ ਜੀ ਕਹਿੰਦੇ ਹਾਥੀ ਲਿਆਓ, ਅੱਜ ਹਾਥੀ 'ਤੇ ਚੜ੍ਹਨਾ। ਕਹਿੰਦੇ ਬਾਬਾ ਜੀ ਆਹ ਮੋਢਾ ਲਾਇਓ ਜਿਹੜਾ ਮਾੜਾ ਜਿਹਾ। ਜਦੋਂ ਗੁਰੂ ਜੀ ਨੇ ਚਰਨ ਮੋਢੇ 'ਤੇ ਰੱਖਿਆ ਅਤੇ ਇੰਨਾ ਭਾਰ ਪਾਇਆ ਰਾਮ ਕੌਰ ਜੀ ਬਰਮ ਗਿਆਨੀ ਦੀ ਧਰਤੀ ਨਾਲ ਹੀ, ਬਰਮ ਗਿਆਨੀ ਸਨ ਸ਼ਕਤੀਆਂ ਵਾਲੇ ਚੁੱਕਣ ਦੀ ਕੋਸ਼ਿਸ਼ ਕੀਤੀ, ਗੁਰੂ ਸਾਹਿਬ ਨੇ ਤਿੰਨਾਂ ਲੋਕਾਂ ਦਾ ਭਾਰ ਪਾ ਦਿੱਤਾ ਅਤੇ ਉਹ ਤਾਂ ਧਰਤੀ 'ਤੇ ਹੀ ਲੇਟ ਗਏ। ਗੁਰੂ ਜੀ ਨੇ ਚਰਨ ਚੁੱਕ ਲਿਆ, ਕਹਿੰਦੇ ਮਤ ਇਹ ਮਨ 'ਚ ਲਿਆਓ, ਠੀਕ ਹੈ ਤੁਸੀਂ ਬੁੱਢੇ ਕੀ ਅੰਸਾ ਹੋ, ਬਰਮ ਗਿਆਨੀ ਹੋ, ਪਰ ਬਾਬਾ ਜੀ ਗੁਰੂ ਗੁਰੂ ਹੀ ਹੁੰਦਾ, ਗੁਰੂ ਪਰਮੇਸ਼ਰ ਇੱਕੋ ਜਾਣ ਗੁਰੂ ਗੁਰੂ ਹੀ ਹੁੰਦਾ, ਤੁਸੀਂ ਅਜੇ ਪੂਰੇ ਬ੍ਰਹਮ ਗਿਆਨੀ ਨਹੀਂ ਬਣੇ। ਹੁਣ ਅਗਲੇ ਦਿਨ ਗੁਰੂ ਕਾ ਦਰਬਾਰ ਸਜਿਆ ਗੁਰੂ ਗੋਬਿੰਦ ਸਿੰਘ ਦਾ, ਤਾਂ ਹੱਥ ਜੋੜੇ ਹੋਏ ਨੇ ਰਾਮ ਕਿਉਰ ਬ੍ਰਹਮ ਗਿਆਨੀ ਨੇ, ਮਹਾਰਾਜ ਅੱਜ ਫਿਰ ਪੂਰੇ ਹੀ ਬ੍ਰਹਮ ਗਿਆਨੀ ਬਣਾ ਦਿਓ। ਗੁਰੂ ਜੀ ਨੇ ਅਸੀਸ ਦਿੱਤੀ, ਸਿਰ 'ਤੇ ਹੱਥ ਰੱਖਿਆ ਅਤੇ ਇੱਕ ਬਚਨ ਕੀਤਾ, ਬਰਮ ਗਿਆਨੀ ਅਹੁਬਦ ਤਿਆਗੈ, ਕਿ ਮੈਂ ਬਰਮ ਗਿਆਨੀ ਉਹ ਵਿੱਚੋਂ ਪਾਸੇ ਕੱਢ ਦਿੱਤਾ, ਹੁਣ ਰੱਬ ਨਾਲ ਐਂ ਹੋ ਗਏ ਜਿਵੇਂ ਪਾਣੀ ਵਿੱਚ ਪਾਣੀ। ਇਹਨੂੰ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ, ਵੀ ਕੋਈ ਇਹੋ ਜਿਹਾ ਬਚਨ ਨਾ ਕਰ ਦੇਣ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮਾਤਾ ਜੀ ਨੇ ਕਿਹਾ ਸੀ। ਅੱਛਾ ਕਹਿੰਦੇ ਫਿਰ ਕੋਈ ਗੱਲ ਨਹੀਂ ਬਾਬਾ ਜੀ, ਜੇ ਮਾਤਾ ਜੀ ਨੇ ਕਿਹਾ ਸੀ ਤਾਂ ਕੋਈ ਗੱਲ। ਕਹਿੰਦੇ ਮਾਤਾ ਜੀ ਨੇ ਕਿਹਾ ਸੀ, ਅਸੀਂ ਕਿਹਾ ਵੀ ਲੈ ਆਈਏ ਜੇ ਕੋਈ ਮਾੜੀ ਮੋਟੀ ਹੋਰ ਰੂਹਾਨੀ ਸ਼ਕਤੀ। ਹਾਂ ਕਹਿੰਦੇ ਬਾਬਾ ਜੀ ਬਸ ਲੈ ਕੇ ਆਓ ਸਾਹਿਬਜ਼ਾਦੇ, ਤੁਸੀਂ ਜਾਣੋ ਉੱਥੇ ਕੀ ਕਰਨਾ ਜੇ ਗਵਾਲੀਅਰ। ਤੂੰ ਮਾਤਾ ਜੀ ਦੀ ਆਗਿਆ, ਮੈਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਮਾੜਾ ਜਿਹਾ ਕਰਕੇ ਸੰਗੀ ਰਗੜੋ ਇਹਦੀ। ਤੋ ਮਹਾਰਾਜ ਅਸੀਂ ਆਪਣੀ ਮਰਜ਼ੀ ਨਹੀਂ ਕੀਤੀ, ਹੁਕਮ ਵਿੱਚ ਚੱਲੇ ਹਾਂ, ਅਤੇ ਮਾਤਾ ਜੀ ਨੇ ਹੁਕਮ ਕੀਤਾ ਸੀ, ਕਰ ਦਿੱਤਾ ਸੀ, ਤੁਹਾਡੀ ਆਗਿਆ ਵਿੱਚ ਆ ਜੀ। ਗੁਰੂ ਜੀ ਕਹਿੰਦੇ ਬਹੁਤ ਅੱਛਾ, ਹੁਣ ਸਿੱਖਾਂ ਕੀਤੀ ਬੇਨਤੀ, ਸੱਚੇ ਪਾਤਸ਼ਾਹ ਇਹਨੂੰ ਜ਼ਰੂਰ ਲਾਹੌਰ ਵਿਖਾਉਣਾ ਚੰਦੂ ਨੂੰ। ਗੁਰੂ ਜੀ ਕਹਿੰਦੇ ਜਿਵੇਂ ਤੁਹਾਨੂੰ ਠੀਕ ਲੱਗੇ। ਹੁਣ ਇਹਨੂੰ ਜਰੁੱਟ ਕੀਤਾ, ਉੱਥੇ ਲਾਹੌਰ ਲੈ ਗਏ, ਸਿੱਖ ਰਾਤ ਰਹੇ, ਸਾਰੇ ਡਾਂਡੀ ਪਿੱਟੀ ਗਈ ਵੀ ਕੱਲ੍ਹ ਸਵੇਰੇ ਚੰਦੂ ਦਾ ਕਾਲਾ ਮੂੰਹ ਕਰਕੇ ਗਲੀ ਗਲੀ 'ਚ ਫੇਰਿਆ ਜਾਏਗਾ, ਨਿਆਣੇ ਤਾਂ ਸਵੇਰੇ ਲੈਣਾ ਲੱਗੀਆਂ। ਉਹ ਕਹਿੰਦੇ ਵੇਖੀ ਵੇ ਇਹੋ ਸੀ ਮਰਜਣ, ਸਾਡੇ ਗੁਰੂ ਸਾਹਿਬ ਨੂੰ ਤੱਤੀ ਲੋ 'ਤੇ ਬਿਠਾਇਆ, ਇਹ ਕਾਲੇ ਮੂੰਹ ਵਾਲਾ ਅਤੇ ਬੜੇ ਤਰ੍ਹਾਂ ਤਰ੍ਹਾਂ ਦੀਆਂ ਨਿਆਣੇ ਖੋਤੇ 'ਤੇ ਲਿਆ ਬਿਠਾ, ਮੂੰਹ ਕਰ ਦਿੱਤਾ ਕਾਲਾ, ਛਿੱਤਰਾਂ ਦਾ ਪਾਇਆ ਗਲ 'ਚ ਹਾਰ, ਜਿਹੜਾ ਇੱਕੋ ਹੀ ਖੋਤਾ ਹੁਣ ਲਾਹੌਰ ਦੀਆਂ ਗਲੀਆਂ 'ਚ, ਜਿਹੜਾ ਕਹਿੰਦਾ ਸੀ ਮੇਰੀ ਗੱਲ ਸੁਣੋ ਮੈਂ ਤਾਂ
ਤੁਹਾਡੇ ਪਿਤਾ ਨੂੰ ਤੱਤੀ ਲੋ ਤੇ ਬਿਠਾ ਤੇ ਬਿਠਾ ਤੁਹਾਨੂੰ ਵੀ ਦੇਗਾ। ਗੁਰੂ ਜੀ ਕਹਿੰਦੇ ਸਮਾਂ ਲੰਘ ਗਿਆ ਚੰਦੂ, ਹੁਣ ਤੂੰ ਕਸਰ ਨਾ ਛੱਡੀ, ਉਹ ਦਿਨ ਉਹ ਹੀ ਸੀ, ਹੁਣ ਰੀਝ ਲਾ ਲੈ, ਜੋਸ਼ ਕਰਨਾ ਹੀ ਕਰ ਲੈ। ਹੁਣ ਕੀ ਕਰ ਸਕਦਾ ਸੀ, ਨੱਕ 'ਚ ਨੱਥ ਪਾਈ ਹੋਈ ਹੈ, ਖੋਤੇ 'ਤੇ ਬਿਠਾਇਆ ਹੋਇਆ, ਮੂੰਹ ਕਾਲਾ ਕੀਤਾ, ਕਹਿੰਦੇ ਚੱਲ ਬਾਈ ਗਲੀਆਂ 'ਚ ਅੱਗੇ ਪਿੱਛੇ ਨਿਆਣਿਆਂ ਨੂੰ ਤੇ ਤਮਾਸ਼ਾ ਲੱਗ ਗਿਆ। ਕਹਿੰਦੇ ਬੜੇ ਸਾਲ ਹੋਏ, ਆਪਣੇ ਬਜ਼ੁਰਗ ਦੱਸਦੇ ਹੁੰਦੇ ਨਾ, ਉਹ ਆਈ ਆ ਕਾਲੇ ਮੂੰਹ ਵਾਲੇ, ਆ ਖੋਤੇ 'ਤੇ ਜਿਹੜੇ ਉਹ ਜੁੱਤੀਆਂ ਪੈਂਦੀਆਂ ਨੇ ਚਾਰ ਸਫੇਰ, ਉਹ ਲਾਹਨਤਾਂ ਸੰਭਾਲੀਆਂ ਨਹੀਂ ਜਾਂਦੀਆਂ। ਉਹ ਜਿਹੜਾ ਪ੍ਰਭੂੰਜਾ ਸੀ ਜਿਹਨੇ ਗੁਰੂ ਸਾਹਿਬ ਦੇ ਸੀਸ 'ਚ ਰੇਤਾ ਪਾਇਆ ਸੀ, ਜਦੋਂ ਉਹਦੀ ਹੱਟੀ ਆਈ ਨਾ ਉਹਦੀ ਉਹ ਜਗ੍ਹਾ, ਉਹਨੂੰ ਅਸੀਮ ਯਾਦ ਆ ਗਿਆ ਕਿ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਮੈਂ ਇਸ ਬੰਦੇ ਦੇ ਕਹਿਣ 'ਤੇ, ਮੇਰੀ ਆਤਮਾ ਵੀ ਰੋ ਰਹੀ ਸੀ ਅਤੇ ਤੱਤਾ ਰੇਤਾ ਮੈਂ ਗੁਰੂ ਦੇ ਸੀਸ 'ਚ ਪਾ ਰਿਹਾ ਸੀ, ਮੇਰੇ ਵੱਸ ਦਾ ਨਹੀਂ ਸੀ। ਇੰਨਾ ਵਿਰਾਗ ਵਿੱਚ ਅਸੀਮ ਸਾਹਮਣੇ ਆ ਕੇ ਬੋਲਿਆ ਵੀ ਨਹੀਂ ਜਾਂਦਾ, ਉਹਨੇ ਕੜਛਾ ਲਿਆ ਚੁੱਕ, ਜਦੋਂ ਦੁਮੇ ਲੰਘਣ ਲੈਂਦਾ, ਕਹਿੰਦਾ ਗੁਰੂ ਦੇਵ ਸਿੱਖੋ ਥੋੜ੍ਹਾ ਜਿਹਾ ਖਿਲਾਰੋ ਖੋਤਾ ਜਰਾ, ਉੱਚੇ ਥਾਂ 'ਤੇ ਦੋ ਹੱਥਾਂ ਨਾਲ ਮਾਰਿਆ ਸਿਰ 'ਚ, ਇਹਦੀਆਂ ਫੀਤੀਆਂ ਇੱਧਰ ਖੋਤੇ ਤੋਂ ਥੱਲੇ ਡਿੱਗਾ, ਤੜਫੀ ਜਾਂਦਾ। ਧਰਮ ਰਾਜਾ ਕਹਿ ਰਿਹਾ ਨਰਕਾਂ ਨੂੰ ਕੀ ਹੋ ਗਿਆ, ਥਰ 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 ਨਰਕ ਕੰਬ ਰਹੇ ਨੇ ਸਾਰੇ, ਤੁਸੀਂ ਹੈਰਾਨ ਹੋਵੋਗੇ ਨਰਕ ਕੰਬ ਰਹੇ ਨੇ ਜੀ। ਮਾਤ ਲੋਕ ਵਿੱਚ ਚੰਦੂ ਮਰ ਲੱਗਾ ਤੇ ਨਰਕ ਪ੍ਰਲੋਕ 'ਚ ਕੰਬੀ ਜਾਂਦੇ ਨੇ, ਕਿਉਂ ਕੰਬਦੇ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਡੈਣ ਮਾਣ ਸਿਖਾਉਣੀ ਆਪੋ ਪੁੱਤ ਨਾ ਬੁਰਾ ਮੰਗਾ। ਇੱਕ ਡੈਣ ਇਹੋ ਜਿਹੀ ਹੁੰਦੀ ਹੈ, ਕਹਿੰਦੇ ਨੇ ਇੱਕ ਘਰ ਡੈਣ ਵੀ ਛੱਡ ਦਿੰਦੀ, ਉਹ ਆਪਣੇ ਬੱਚੇ ਨੂੰ ਛੱਡ ਦਿੰਦੀ ਬਸ, ਬਾਕੀ ਖਾ ਖੂ ਜਾਂਦੀ ਕੋਈ ਦਾਲ ਲੱਗੇ ਤੇ। ਅੱਗੇ ਲਿਖਦੇ ਨੇ ਵੱਡਾ ਕੁਕਰਮੀ ਆਖੀਏ ਧੀ ਭੈਣੋ ਸੰਗੈ। ਪੁਰਾਣਿਆਂ ਜ਼ਮਾਨਿਆਂ 'ਚ ਵੱਡੇ ਵੱਡੇ ਬਦਮਾਸ਼ ਹੁੰਦੇ, ਪਰ ਬੁਰਾ ਕੰਮ ਨਹੀਂ ਸੀ ਕਰਦੇ, ਬਦਮਾਸ਼ ਵੀ ਨਹੀਂ ਸੀ ਕਰਦੇ। ਉਹ ਇਲਾਕੇ ਦੀ ਕੋਈ ਧੀ ਭੈਣ ਮਿਲ ਜਾਏ ਤੇ ਘੋੜੇ 'ਤੇ ਬਿਠਾ ਕੇ ਘਰ ਛੱਡਣ ਜਾਣਾ, ਬੇਟਾ ਸਾਡੇ ਇਲਾਕੇ ਦੀ ਗੱਲ ਹੈ, ਤੂੰ ਇਕੱਲੀ ਤੁਰੀ ਫਿਰਦੀ ਹੈ। ਇਹ ਉਹਦੇ ਬਦਮਾਸ਼ ਹੁੰਦੇ ਸੀ, ਗਰੀਬਾਂ ਦੀ ਮਦਦ ਕਰਦੇ ਹੁੰਦੇ, ਬੜੇ ਇਹੋ ਜਿਹੇ ਹੁੰਦੇ ਸੀ। ਵੱਡਾ ਕੁਕਰਮੀ ਆਖੀਐ ਧੀ ਭੈਣੋ ਸੰਗੈ, ਬੱਜਰ ਪਾਪ ਨਾ ਉਤਰੈ ਜਾਏ ਕੀਚਨ ਗੰਗਾ। ਹੁਣ ਕਿਸੇ ਕੋਲੋਂ ਪਾਪ ਹੋ ਗਿਆ, ਕਹਿੰਦੇ ਚਲੋ ਬਾਈ ਹਰਿਦੁਆਰ ਚਲੀਏ, ਉੱਥੇ ਉੱਥੇ ਗੰਗਾ ਨਹਾਵਾਂਗੇ। ਹੇ ਗੰਗਾ ਮਈਆ, ਅੱਜ ਤੋਂ ਨਾ ਪਾਪ ਕਰਦਾ ਪਿਛਲੇ ਲਾ ਦੇ। ਕਹਿੰਦੇ ਜੇ ਕਰੇ ਗੰਗਾ ਵਿੱਚ ਰਹਿ ਗਏ, ਹੁਣ ਸਿੱਖ ਨੇ, ਸਾਡੇ ਕੋਲੋਂ ਕੋਈ ਗਲਤੀ ਹੋ ਜਾਏ ਸਿੱਖਾਂ ਕੋਲੋਂ, ਜਿਹਦੇ ਪ੍ਰਸ਼ਾਦ ਬਣਾਓ ਅਤੇ ਗੁਰਦੁਆਰੇ ਚਲੀਏ। ਫਿਰ ਜਾਂ ਪੰਜਾਂ ਪਿਆਰਿਆਂ ਦੇ ਹਾਜ਼ਰ ਹੁੰਦੇ ਨੇ ਕੋਈ ਕਿਰਾਇਤ ਹੋ ਜਾਏ, ਫਿਰ ਅਰਦਾਸ ਕਰਦੇ ਨੇ ਹੇ ਸੱਚੇ ਪਾਤਸ਼ਾਹ ਮੇਰੇ ਕੋਲ ਗਲਤੀ ਹੋ ਗਈ ਮਹਾਰਾਜ ਵੀ, ਅਤੇ ਜੇ ਮਾੜਾ ਕੰਮ ਕਰੇ ਹੀ ਗੁਰਦੁਆਰੇ ਰਹਿ ਕੇ, ਉਹ ਦੱਸੋ ਕਿੱਥੇ ਜਾਏਗਾ। ਚਲੋ ਕਿਸੇ ਕੋਲ ਗਲਤੀ ਹੋ ਗਈ, ਸ਼ਰਾਬ ਪੀ ਲਈ, ਮਾੜਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਰੋਕਦੇ ਨੇ, ਪ੍ਰਸ਼ਾਦ ਬਣਾਇਆ ਸੱਚੇ ਪਾਤਸ਼ਾਹ ਵੀ, ਇਹਨੂੰ ਨਹੀਂ ਸੀ ਪਤਾ ਵੀ ਸਾਡੇ ਗੁਰੂ ਰੋਕਦੇ ਨੇ ਗਰੀਬ ਨੂੰ, ਅੱਜ ਮੇਰੇ ਕੋਲ ਪੀ ਹੋ ਗਈ ਜੀ, ਮਹਾਰਾਜ ਮੈਨੂੰ ਮਾਫ ਕਰ ਦਿਓ। ਸੱਚੇ ਪਾਤਸ਼ਾਹ ਤੁਸੀਂ ਸਦਾ ਹੀ ਬਖਸ਼ਿੰਦੋ, ਸਿੱਖ ਅਰਦਾਸ ਕਰਦੇ ਨੇ, ਸਿੱਖ ਭੁੱਲ ਗਿਆ ਗਰੀਬ ਨੂੰ, ਅੱਜ ਹੁਣ ਪੀਏ ਹੀ ਗੁਰਦੁਆਰੇ ਰਹਿ ਕੇ, ਦੱਸੋ ਜੁੱਤੀਆਂ ਖਾਣ ਦੇ ਲਾਇਕ ਹੈ ਕਿ ਨਹੀਂ ਹੈ? ਜਿਹੜਾ ਪੀਏ ਹੀ ਗੁਰਦੁਆਰੇ ਰਹਿ ਕੇ, ਉਹਨੂੰ ਤਾਂ ਛਿੱਤਰਾਂ ਤੋਂ ਬਿਨਾਂ ਹੋਰ ਜ਼ਬਾਨੀ ਤੋਂ ਉਹਨੂੰ ਕਹਿਣਾ ਹੀ ਕੁਛ ਨਹੀਂ ਚਾਹੀਦਾ, ਉਹਦਾ ਇਲਾਜ ਹੈ ਜੁੱਤੀਆਂ। ਭਾਈ ਗੁਰਦਾਸ ਜੀ ਲਿਖਦੇ ਨੇ, ਬੱਜਰ ਪਾਪ ਨਾ ਉਤਰੈ ਜਾਏ ਕੀਚਨ ਗੰਗਾ ਹੈ, ਉਹ ਗਲਤੀ ਹੋ ਗਈ ਤੇ ਗੰਗਾ 'ਤੇ ਜਾ ਕੇ ਬਖਸ਼ਾ ਰਹੇ ਨੇ। ਹੇ ਗੰਗਾ ਮਈਆ ਬਖਸ਼ ਲੈ, ਤੈਨੂੰ ਭਗੀਰਥ ਨੇ ਲਿਆਂਦਾ, ਮੇਰੇ ਕੋਲ ਹੋ ਗਈ ਗਲਤੀ, ਗੰਗਾ ਮਾਤਾ ਤੇਰੀ ਸੌ, ਹੁਣ ਪਾਪ ਕਰੀ ਹਰਿਦੁਆਰ ਰਹਿ ਕੇ, ਦੱਸੋ ਉਹ ਕਿਹੜੇ ਖੂਹ 'ਚ ਜਾਏਗਾ। ਹੁਣ ਸਿੱਖ ਕੋਲ ਹੋ ਗਈ ਗਲਤੀ, ਕਹਿੰਦੇ ਗੁਰਦੁਆਰੇ ਚੱਲ ਚੱਲ ਗੁਰਦੁਆਰੇ, ਉਹ ਕਹਿੰਦੇ ਚੱਲਦਾ ਮੈਂ, ਚੱਲ ਚੱਲ ਕਰ ਅਰਦਾਸ, ਅੱਜ ਤੋਂ ਨਹੀਂ ਪੁੱਠਾ ਕੰਮ ਕਰੇਗਾ, ਕਹਿੰਦੇ ਨਹੀਂ ਕਰਾਂਗੇ, ਕਰੋ ਹੁਣ ਕਰੇ ਹੀ ਗੁਰਦੁਆਰੇ ਰਹਿ ਕੇ, ਉਹਨੂੰ ਕਿੱਥੇ ਖੜੋਗੇ ਦੱਸੋ। ਭਾਈ ਗੁਰਦਾਸ ਜੀ ਕਹਿੰਦੇ, ਉਹ ਲੋਕ ਨਹੀਂ ਜੇ ਬਖਸ਼ੇ ਜਾਣੇ ਜਿਹੜੇ ਗੁਰੂ ਘਰ ਰਹਿ ਕੇ ਗਲਤੀਆਂ ਕਰਦੇ ਨੇ ਨਾ, ਉਹ ਨਹੀਂ ਜੇ ਬਖਸ਼ੇ ਜਾਣੇ, ਮਤ ਕੋਈ ਰਹੇ ਭਰੇਖੇ 'ਚ। ਅੱਗੇ ਲਿਖਦੇ ਨੇ, ਥਰ ਹਰ ਕੰਬੈ ਨਰਕ ਜੰਮ। ਭਾਈ ਗੁਰਦਾਸ ਜੀ ਲਿਖਦੇ, ਨਰਕ ਕੰਬ ਰਹੇ ਨੇ ਥਰ ਥਰ। ਧਰਮ ਰਾਜਾ ਕਹਿੰਦਾ, ਨਰਕਾਂ ਨੂੰ ਕੀ ਹੋ ਗਿਆ, ਸਾਰੇ ਥਰ ਥਰਾਟ ਹੋ ਰਹੀ ਹੈ। ਕਹਿੰਦੇ ਜੀ, ਮਾਤ ਲੋਕ ਵਿੱਚ ਚੰਦੂ ਮਰ ਲੱਗਾ ਜੀ, ਜਿਹਨੇ ਗੁਰੂ ਅਰਜਨ ਦੇਵ ਨੂੰ ਤੱਤੀ ਲੋ 'ਤੇ ਬਿਠਾਇਆ ਸੀ, ਤੜਫ ਰਿਹਾ ਇਸ ਟਾਈਮ, ਤੁਸੀਂ ਸਿਰੇ ਦੇ ਜੰਮ ਘੱਲੋ, ਮਾੜੇ ਮੋਟੇ ਨਹੀਂ। ਜਬਰਾਈਲ ਮਹਿਕਾਈਲ ਅਜ਼ਰਾਈਲ ਅਜ਼ਰਾਈਲ,
ਜਿਹੜੇ ਸਭ ਤੋਂ ਜ਼ਿਆਦਾ ਸਜ਼ਾ ਦਿੰਦੇ ਨੇ ਧਰਮ ਰਾਜ ਦੇ ਹੁਕਮੀ ਤਾਂ ਜਾਓ ਹਰ ਹਰ ਕੰਬੈ ਨਰਕ ਜਮ ਤੇ ਜਮ ਵੀ ਕੰਬੀ ਜਾਣ। ਕਹਿੰਦੇ ਧਰਮ ਰਾਜਾ ਉਹ ਏਡਾ ਵੱਡਾ ਪਾਪੀ ਅਸੀਂ ਲਿਆਵਾਂਗੇ, ਇੰਨਾ ਗੁਰੂ ਕਰਨ ਵਾਲੇ ਨੇ ਕੀਤਾ ਇਹਨੂੰ ਅਸੀਂ ਲਿਆਵਾਂਗੇ, ਉਹ ਵੀ ਕੰਬ ਰਹੇ ਨੇ। ਐਵੇਂ ਨੀ ਭਾਈ ਗੁਰਦਾਸ ਜੀ ਨੇ ਤੱਤ ਕੱਢੇ ਨੇ ਆਪਣੀ ਬਾਣੀ ਵਿੱਚ, ਹਰ ਹਰ ਕੰਬੈ ਨਰਕ ਜਮ ਜਮ ਵੀ ਕੰਬਦੇ ਨੇ, ਕੰਬਦੇ ਕੰਬਦੇ ਗੁੱਸਾ ਕਹਿੰਦੇ ਸਾਰਾ ਹੁਣ ਚੰਦੀ ਚੰਦੂ ਤੇ ਹੀ ਕੱਢਾਂਗੇ। ਉਹਨੂੰ ਫੜ ਲਿਆ ਉਹ ਮਾਰ ਮਾਰੀ, ਕਹਿੰਦੇ ਕੀ ਕਹਿੰਦਾ ਸਤਿਗੁਰੂ ਨੇ, ਹੈਂ ਕੀ ਗੱਲਾਂ ਪੁੱਛਦਾ ਸੀ ਤੱਤੀ ਲੋਹ ਤੇ ਬਿਠਾ ਕੇ, ਤੈਨੂੰ ਮੌਤ ਯਾਦ ਨਹੀਂ ਸੀ ਤੈਨੂੰ, ਇੰਨੇ ਤਸੀਹੇ ਦਿੰਦੇ ਨੇ ਇੰਨਾ ਮਾਰਦੇ ਨੇ। ਧਰਮ ਰਾਜਾ ਦੂਰੋਂ ਹੀ ਕਹਿੰਦਾ ਉਸੇ ਨਰਕਾਂ 'ਚ ਸੁੱਟੋ ਜਿੱਥੇ ਥਰ ਥਰ ਕੰਬ ਰਹੇ ਨੇ ਨਰਕ, ਸਦਾ ਵਾਸਤੇ ਉਹਦੇ ਵਿੱਚ ਸੁੱਟ ਦਿੱਤਾ ਗਿਆ, ਵੀ ਇਹ ਕਦੇ ਵੀ ਨਹੀਂ ਨਿਕਲੇਗਾ। ਕਈਆਂ ਨੂੰ ਸਜ਼ਾ ਹੁੰਦੀ ਜੇਲ੍ਹ ਦੀ 2 ਸਾਲ 20 ਸਾਲ 30 ਸਾਲ 40 ਸਾਲ, ਕਈਆਂ ਨੂੰ ਉਮਰ ਕੈਦ, ਇਹ ਮਰਨਗੇ ਜੇਲ੍ਹ 'ਚ। ਕਈ ਇਹੋ ਜਿਹੇ ਗੁਰੂ ਘਰ ਦੇ ਸਾਧ ਸੰਗਤ ਦੋਖੀ ਨੇ ਜਿੰਨੇ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਗੁਰੂ ਮਹਾਰਾਜ ਨਾਲ ਬਹੁਤ ਕੁਛ ਕੀਤਾ, ਉਹ ਸਦਾ ਵਾਸਤੇ ਨਰਕ 'ਚ ਰਹਿੰਦੇ ਨੇ। ਜਿੰਨੇ ਛਡਾਉਣੇ ਜਿੰਨੀ ਕਿਰਪਾ ਕਿਰਨੀ ਵੇਢੀ ਉਹਦੇ ਨਾਲ ਲਈਆਂ, ਗੁਰੂ ਅਰਜਨ ਦੇ ਗੁਰੂ ਅਰਜਨ ਪ੍ਰਤੱਖ, ਗੁਰੂ ਮਹਾਰਾਜ ਨੇ ਕਿਰਪਾ ਕਰਨੀ ਸੀ ਗੁਰੂ ਮਹਾਰਾਜ ਨੂੰ ਤੇ ਤੱਤੀ ਲੋ ਤੇ ਬਿਠਾਇਆ ਇਸ ਬੰਦੇ ਨੇ। ਕਹਿੰਦਾ ਮੇਰੀ ਚੱਲਦੀ ਬੜੀ, ਮੈਂ ਤਾਂ ਗੱਲਾਂ ਮਨਾਉਂ ਸਾਰੀਆਂ, ਰਿਸ਼ਤਾ ਵੀ ਕਰੂੰ ਤੇ ਬਾਣੀ ਵੀ ਪਾਊਂ ਗੁਰੂ ਗ੍ਰੰਥ ਸਾਹਿਬ 'ਚ, 2 ਲੱਖ ਰੁਪਈਆ ਜੁਰਮਾਨਾ ਵੀ ਲਊਂ, ਨਾਮੋ ਨਿਸ਼ਾਨ ਮਿਲ ਗਿਆ ਮਿਟ ਗਿਆ ਧਰਤੀ ਤੋਂ ਉਸ ਚੰਦੂ ਦਾ। ਮੈਂ ਜਗ੍ਹਾ ਦੇਖੀ ਜਿੱਥੇ ਉਹ ਨਾ ਇਹਨਾਂ ਦੇ ਘਰ ਕੱਖ ਨਹੀਂ ਜੇ, ਉੱਥੇ ਜਿੱਥੇ ਗੰਗੂ ਦਾ ਸੀ ਨਾ ਜਿਹਨੇ ਸਾਹਿਬਜ਼ਾਦੇ ਚੜਾਏ ਛੇੜੀ, ਉੱਥੇ ਕਾਈ ਕੱਖ ਨਹੀਂ, ਉੱਥੇ ਐਵੇਂ ਹੀ ਹੈ, ਦਿਨੇ ਜਾ ਕੇ ਵੇਖ ਲਿਓ। ਠੀਕ ਹੈ ਜਿੱਥੇ ਸਾਹਿਬਜ਼ਾਦੇ ਰਹੇ ਉੱਥੇ ਤਾਂ ਗੁਰਦੁਆਰੇ ਬਣੇ ਨੇ, ਪਰ ਇਹੋ ਜਿਹੇ ਲੋਕਾਂ ਦੇ ਨਾਮੋ ਨਿਸ਼ਾਨ ਖਤਮ ਹੋ ਗਏ। ਜਦੋਂ ਤੱਕ ਧਰਤੀ ਜਿਵੇਂ ਸਮਾਨ ਰਹੇਗਾ ਲੋਕਾਂ ਨੇ ਲਾਹਨਤਾਂ ਪਾਉਂਦੇ ਹੀ ਰਹਿਣਾ ਕਿ ਸਾਡੇ ਗੁਰੂ ਮਹਾਰਾਜ ਨਾਲ ਇਸ ਬੰਦੇ ਨੇ ਇਸ ਤਰ੍ਹਾਂ ਕੀਤਾ। ਤਦੇ ਇਹੋ ਦੱਸਿਆ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ, ਮਨ ਪਾਉਂਦੇ ਰਾਜੀ ਦੇ ਲੱਗਿਆ ਜਾਣਾ, ਨੰਗਾ ਦੋ ਜਗ ਚਾਲਿਆ ਤਾਜ ਚੈ ਖਰਾ ਡਰਾਵਣਾ, ਕਰ ਔਗਣ ਪਥੋ ਜਾਵਣਾ ਕਰ ਔਗਣ ਸਾਵਣਾ, ਜੋ ਦੀਵਾਲੀ ਹੈ ਆਪਾਂ ਬਹੁਤ ਪਿੱਛੇ ਚੱਲੀਏ ਇਹਦੀ ਹੱਦ ਬੰਨਾ ਨਹੀਂ ਮਿਲਦੀ। ਕੁਛ ਯੁੱਗਾਂ ਦੀਆਂ ਗਿਣਤੀਆਂ ਮਿਲਦੀਆਂ ਨੇ ਕਿ ਸਤਯੁਗ ਦੇ ਵਿੱਚ ਭਗਤ ਧਰੂ ਜੀ ਨੇ ਬੜੀ ਬੰਦਗੀ ਤਪੱਸਿਆ ਕੀਤੀ ਅਤੇ ਜਦੋਂ ਘਰ ਆਏ ਉਦੋਂ ਫਿਰ ਦੀਵੇ ਜਗਾਏ ਗਏ, ਦੀਪਮਾਲਾ ਕੀਤੀ ਗਈ ਕਿ ਧਰੂ ਰਾਜ ਮਿਲਿਆ, ਤਪੱਸਿਆ ਪੂਰੀ ਹੋਈ ਹੈ, ਭਗਵਾਨ ਦੇ ਦਰਸ਼ਨ ਕਰਕੇ ਆਏ। ਭਗਤ ਪ੍ਰਹਲਾਦ ਹਿਰਣਾਕਸ਼ ਨੇ ਬਹੁਤ ਕੁਛ ਕੀਤਾ, 9 ਸਾਲ ਦੀ ਉਮਰ, ਲਕਸ਼ਮੀ ਪਾਉ ਸਾਕਾ ਨਹੀਂ ਆਵੇ, ਲਕਸ਼ਮੀ ਵੀ ਥਰ ਥਰ ਕੰਬੇ ਜਦੋਂ ਨਾਰਾਇਣ ਨੇ ਰੂਪ ਧਾਰਿਆ ਨਰਸਿੰਘ ਦਾ। ਉਸ ਵੇਲੇ ਪ੍ਰਹਲਾਦ ਨੂੰ ਰਾਜ ਦਿੱਤਾ ਗਿਆ ਅਤੇ ਉਦੋਂ ਫਿਰ ਇਹ ਮਨਾਈ ਗਈ। ਐਸਾ ਤ੍ਰੇਤੇ ਦੇ ਅਖੀਰ ਵਿੱਚ ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ, ਤ੍ਰੇਤੇ ਯੁੱਗ ਦੀ ਵੀ ਉਮਰ 12,96,000 ਸਾਲ ਹੈ ਅਤੇ ਉਹ ਮੁੱਕਣ ਵਾਲਾ ਸੀ, ਦੁਆਪਰ ਲੱਗਾ 8,64,000 ਸਾਲ ਹੋ ਗਏ,
5000 कलयुग बीत गए, 8,69,000 कुछ उपर साल हो गए। इस गल नूं जदों श्री रामचंद्र जी अयोध्या आए, इन्हां दा छोटा भरा पंजाब दा गवर्नर सी, इत्थे अयोध्या विच अयोध्या देखी हुई है मैं, दवान होए सी उन्नी थां जां जिन्नी जमीन तुहाडे नजीबाबाद तहसील दी है ना, इन्नी थां च अयोध्या है। वाहवा जी तुसीं देख लो कित्थों तक है नजीबाबाद दा एड्डा है तहसील, जिवें फैजाबाद अयोध्या कट्ठे ने 600 घर सिखां दा है। ਇੱਥੇ ਸਰਜੂ ਨਦੀ ਦੇ ਕੰਢੇ 'ਤੇ ਇੱਕ ਗੁਰਦੁਆਰਾ ਸਾਹਿਬ ਹੈ, ਇੱਥੇ ਗੁਰੂ ਨਾਨਕ ਜੀ ਆਏ ਸੀ। ਉਸ ਟਾਈਮ ਵਿਦਵਾਨ ਪੰਡਿਤ ਇਕੱਠੇ ਹੋਏ ਅਤੇ ਉਹਨਾਂ ਵਿੱਚ ਮੁਖੀ ਉਹਦਾ ਸੀ ਨਾਂ ਨਰੈਣ ਦਾਸ। ਉਹ ਕਹਿੰਦਾ ਸੱਚੇ ਪਾਤਸ਼ਾਹ ਇਹ ਅਯੁੱਧਿਆ ਜਿਹੜੀ ਹੈ ਸਤਯੁਗ ਵਿੱਚ ਰਾਜਾ ਹਰੀਚੰਦ ਸਵਰਗ ਨੂੰ ਲੈ ਗਿਆ ਜੀ, ਅਤੇ ਤ੍ਰੇਤੇ ਦੇ ਅਖੀਰ ਵਿੱਚ ਸ਼੍ਰੀ ਰਾਮ ਚੰਦਰ ਜੀ ਇਸ ਨੂੰ ਵਿਕੁੰਠਾ ਵਿੱਚ ਲੈ ਗਏ। ਗੁਰੂ ਨਾਨਕ ਜੀ ਕਹਿੰਦੇ ਨਰੈਣ ਦਾਸ ਇੱਥੇ ਪਈ ਵੱਸਦੀ ਹੈ, ਜੇ ਲੈ ਗਏ ਹੁੰਦੇ ਤਾਂ ਇੱਥੇ ਕਿਉਂ ਹੁੰਦੀ? ਕਹਿੰਦਾ ਮਹਾਰਾਜ ਜੀ ਸੱਚੇ ਪਾਤਸ਼ਾਹ ਰੂਹਾਂ ਚਲੀਆਂ, ਬਾਕੀ ਤਾਂ ਧਰਤੀ ਇੱਥੇ ਹੀ ਹੈ, ਜਗ੍ਹਾ ਇੱਥੇ ਹੀ ਹੈ। ਰੂਹਾਂ ਗੁਰੂ ਜੀ ਕਹਿੰਦੇ ਸਾਰੇ ਸੰਸਾਰ ਦੀਆਂ ਜਾ ਸਕਦੀਆਂ ਨੇ। ਨਰੈਣ ਦਾਸ ਪੰਡਿਤ ਦਾ ਮੂੰਹ ਅੱਡੇ ਹੀ ਰਹਿ ਗਿਆ ਵੀ ਸਾਰੇ ਸੰਸਾਰ ਦੀਆਂ ਰੂਹਾਂ ਕਿਵੇਂ ਚਲੀਆਂ ਜਾਣਗੀਆਂ, ਇੰਨੇ ਆਰਾਮ ਹੋ ਜਾਣਗੇ ਦੁਨੀਆਂ 'ਤੇ। ਗੁਰੂ ਜੀ ਕਹਿੰਦੇ ਨਹੀਂ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਕੇ ਬੰਦਗੀ ਕਰਕੇ ਇਹ ਰੂਹਾਂ ਜਿਹੜੀਆਂ ਸਾਰੀਆਂ ਹੀ ਤਰ ਸਕਦੀਆਂ ਜਾ ਸਕਦੀਆਂ। ਫਿਰ ਇਹਨੇ ਅਗਲੀ ਗੱਲ ਚ ਲਾਈ, ਮਹਾਰਾਜ ਇਹ ਕੋਈ ਨਾਮ ਵੱਖਰਾ ਹੈ? ਮਹਾਰਾਜ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ, ਹਉ ਬਲਹਾਰੇ ਜਾਓ ਜੇਤੇ ਤੇਰੇ ਨਾਮ, ਸਾਰੇ ਹੀ ਨਾਮ ਰੱਬ ਦੇ ਚੰਗੇ ਨੇ ਪੰਡਿਤ ਜੀ, ਕੋਈ ਮਾੜਾ ਨਹੀਂ, ਪਰ ਬੇੜੀ ਇੱਕ 'ਚ ਬੈਠ ਕੇ ਪਾਰ ਹੋਈਦਾ, ਦੋ 'ਚ ਨੂੰ ਬੇੜੀ ਵੀ ਹੋਵੇ ਮਲਾਹ ਨਾ ਹੋਵੇ। ਹਾਂ ਅੱਛਾ, ਬੇੜੀ ਵੀ ਹੋਵੇ ਮਲਾਹ ਵੀ ਹੋਵੇ ਅਤੇ ਅੱਖਾਂ ਹੀ ਨਾ ਹੋਣ, ਪੰਡਿਤ ਜੀ ਪਾਰ ਹੋ ਜਾਓਗੇ? ਸੱਚੇ ਪਾਤਸ਼ਾਹ ਨਹੀਂ, ਗੁਰੂ ਅੰਨਾ ਹੋਵੇ ਪਾਰ ਨਹੀਂ ਲਾਏਗਾ, ਅੱਖਾਂ ਵੀ ਹੋਣ ਮਲਾਹ ਵੀ ਹੋਵੇ ਬੇੜੀ ਵੀ ਉਹਦੇ ਹੱਥ ਪੈਰ ਹੀ ਨਾ ਹੋਣ, ਪਾਰ ਹੋ ਜਾਓਗੇ? ਪੰਡਿਤ ਜੀ ਕਹਿੰਦੇ ਮਹਾਰਾਜ ਸਾਨੂੰ ਤੁਸੀਂ ਕੀ ਸਮਝਾਉਣਾ ਚਾਹੁੰਦੇ? ਗੁਰੂ ਜੀ ਕਹਿੰਦੇ ਕਲਯੁੱਗ ਦਾ ਸਮਾਂ ਪੰਡਿਤ ਜੀ, ਅਧੂਰੇ ਗੁਰੂ ਨੇ ਬੇੜਾ ਪਾਰ ਨਹੀਂ ਕਰਨਾ, ਪੂਰਾ ਪਾਰ ਲੰਘਾਵੇ ਗੁਰ ਪੂਰਾ ਪਾਰ ਲੰਘਾਵੇ, ਪੂਰਾ ਪਾਰ ਲੰਘਾਵੇ ਪੂਰਾ ਪਾਰ ਲੰਘਾਵੇ, ਪੂਰਾ ਪਾਰ ਲੰਘਾਵੇ ਗੁਰ ਪੂਰਾ ਪਾਰ ਲੰਘਾਵੇ, ਪਾਰ ਲੰਘਾਵੇ ਗੁਰ ਪੂਰਾ ਪਾਰ ਲੰਘਾਵੇ। ਪੂਰਾ ਪਾਰ ਲੰਘਾਵੇ ਗੁਰ ਪੂਰਾ ਪਾਰ ਲੰਘਾਵੇ, ਪਾਰ ਲੰਘਾਵੇ ਗੁਰ ਪੂਰਾ ਪਾਰ ਲੰਘਾਵੇ। ਪੰਡਿਤ ਜੀ ਦੀ ਪਾਰ ਨਹੀਂ ਲਾ ਸਕਦਾ, ਸਾਰੇ ਅਯੁੱਧਿਆ ਵਾਸੀਆਂ ਨੇ ਗੁਰੂ ਨਾਨਕ ਜੀ ਤੋਂ ਚਰਨ ਪਾਉਣ ਲਈ, ਗੁਰੂ ਕੇ ਸਿੱਖ ਹੋਏ। ਸਮਾਂ ਹੁਣ ਤੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਸੀ, 48 ਘੰਟੇ ਇੱਕ ਚੌਂਕੜਾ ਲਾਇਆ ਗੁਰੂ ਮਹਾਰਾਜ ਨਦੀ ਦੇ ਕੰਢੇ 'ਤੇ, ਗੁਰਦੁਆਰਾ ਸਾਹਿਬ ਹੈ ਸਰਜੂ ਨਦੀ ਦੇ, ਉੱਥੇ ਇੱਕ ਵਰਮਾ ਜੀ ਦੀ ਫੋਟੋ ਬਣੀ ਹੋਈ ਆ ਪੱਥਰ ਦੀ। ਉੱਥੋਂ ਦੇ ਲੈਣ ਵਾਲੇ ਲੋਕ ਦੱਸਦੇ ਨੇ ਕਿ ਇਹ ਇਹਨੂੰ ਅਸੀਂ ਵਰਮਾ ਦੀ ਜੋ ਬਣੀ ਹੋਈ ਹੈ ਬੜੀ ਪੁਰਾਣੀ ਹੈ, ਅਤੇ ਉਹਨਾਂ ਨੇ 5000 ਸਾਲ ਤਪੱਸਿਆ ਕੀਤੀ ਹੈ। ਉੱਥੋਂ ਦੇ ਲੋਕ ਐਸਾ ਸਮਾਉਣ 'ਤੇ ਇੱਥੇ ਦਸਵੇਂ ਮਹਾਰਾਜ ਜੀ ਆਏ। ਇੱਥੇ ਇੱਕ ਬਜ਼ੁਰਗ ਨੇ ਹੁਣ ਤੋਂ ਅਕਾਲ ਸੇਵਾ ਵਾਲਿਆਂ ਨੇ ਗੁਰਦੁਆਰਾ ਬਣਾ ਦਿੱਤਾ, ਪਹਿਲਾਂ ਸੌਦਾ ਜਿਹਾ ਹੁੰਦਾ ਸੀ, ਅੱਜ ਤੋਂ 30-35 ਸਾਲ ਦੇਖੀਏ ਤਾਂ ਉੱਥੇ ਇੱਕ ਬਜ਼ੁਰਗ ਸਨ 90 ਸਾਲ, ਉਹਨਾਂ ਦੇ ਕੋਲ ਇੱਕ ਗ੍ਰੰਥ ਸੀ,
ਉਹ ਮੈਂ ਦੇਖਿਆ ਦੀਵਾਨ ਚੱਲਦੇ ਸੀ, ਮੈਂ ਕਿਹਾ ਵਿੱਚੋਂ ਪੜ੍ਹੀਏ, ਹੈ ਤਾਂ ਗੁਰਮੁਖੀ ਵਿੱਚ ਸੀ, ਪਤਾ ਨਹੀਂ ਕਦੋਂ ਦਾ ਲਿਖਿਆ, ਪਰ ਉਹਦਾ ਜਿਹੜਾ ਅੰਗ ਚੁੱਕੀ ਉਹ ਟੁੱਟ ਜਾਂਦਾ, ਜਿਹਨੇ ਪੁਰਾਣਾ ਇੰਨਾ। ਮੈਂ ਕਿਹਾ ਬਜ਼ੁਰਗੋ ਦੇ ਦਿਓ, ਇਹਦੇ ਵਿੱਚ ਬਹੁਤ ਕੁਛ ਲਿਖਿਆ ਸੀ, ਫੋਟੋ ਸਟੇਟ ਜੀ ਕਰ ਲੈਂਦੇ ਹਾਂ। ਕਹਿੰਦੇ ਨਾ ਮੈਂ ਤਾਂ ਨਹੀਂ ਦੇਣਾ, ਚਲੋ ਭਾਈ ਨਾ ਦਿਓ, ਸਤਿ ਸ਼੍ਰੀ ਅਕਾਲ, ਕੀ ਹੋ ਸਕਦਾ। ਉਹਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਦਸਵੇਂ ਮਹਾਰਾਜ ਜੀ ਇੱਥੇ ਆਏ ਅਤੇ ਮਹਾਰਾਜ ਪ੍ਰਸ਼ਾਦ ਵੰਡਦੇ ਸੀ, ਬਾਂਦਰ ਲੈਣਾ 'ਚ ਲੱਗ ਕੇ ਪ੍ਰਸ਼ਾਦ ਲੈਂਦੇ ਸੀ, ਅਤੇ ਜਦੋਂ ਗੁਰੂ ਸਾਹਿਬ ਦਾ ਰੱਥ ਚੱਲਿਆ ਬਾਂਦਰ ਪਿੱਛੇ ਪਿੱਛੇ, ਅਤੇ ਅਨੰਦਪੁਰ ਸਾਹਿਬ ਪਹਾੜਾਂ 'ਚ ਆ ਕੇ ਅਯੁੱਧਿਆ ਵਾਲੇ ਬਾਂਦਰ ਵਸੇ ਹੋਏ। ਉਸ ਗ੍ਰੰਥ ਵਿੱਚ ਲਿਖਿਆ ਹੋਇਆ, ਪਰ ਉਹਨਾਂ ਦਿੱਤਾ ਨਹੀਂ ਸੀ, ਕਹਿੰਦੇ ਪੜ੍ਹ ਲਓ, ਘੰਟਾ ਪੜ੍ਹ ਲਓ, ਦੋ ਪੜ੍ਹ ਲਓ, ਮੈਂ ਦੇਣਾ ਨਹੀਂ। ਚਲੋ ਨਾ ਦਿਓ ਕੋਈ ਗੱਲ ਨਹੀਂ। ਤਾਂ ਇਹ ਜਦੋਂ ਰਾਮ ਜੀ ਇੱਥੇ ਆਏ, ਰਾਵਣ ਨੂੰ ਮਾਰ ਕੇ ਬਾਅਦ 'ਚ ਇੱਥੇ, ਉਦੋਂ ਬੜੇ ਦੀਵੇ ਜਗਾਏ ਗਏ ਅਯੁੱਧਿਆ ਵਿੱਚ, ਦੀਪਮਾਲਾ, ਵੀ ਲਓ ਜੀ 14 ਸਾਲ ਦਾ ਬਨਵਾਸ ਸੀ, ਉਹ ਵੀ ਕੱਟ ਆਏ ਨੇ, ਹੁਣ ਧੰਨ ਧੰਨ ਹੋ ਗਈ ਹੈ। ਅਤੇ ਇਹਦਾ ਹੀ ਭਰਾ ਜਿਹੜਾ ਸੀ ਉਹ ਖੜਾਵਾਂ ਤੋਂ ਹੀ ਰਾਜ ਕਰਾਉਂਦਾ ਰਿਹਾ। ਪੁਰਾਣੇ ਸਮੇਂ ਵਿੱਚ ਭਰਾਵਾਂ ਦਾ ਭਰਾ ਬੜਾ ਸਾਥ ਵੀ ਦਿੰਦੇ, ਬੜਾ ਪਿਆਰ ਵੀ ਰੱਖਦੇ। ਜਿੱਥੇ ਅੱਜ ਕੱਲ੍ਹ ਕਰਤਾਰਪੁਰ ਸਾਹਿਬ ਹੈ, ਗੁਰੂ ਨਾਨਕ ਜੀ ਇੱਥੇ ਆਏ ਅਤੇ ਕਣਕਾਂ ਵੱਢੀਆਂ ਹੋਈਆਂ, ਫਲੇ ਚਲਾਏ, ਦਾਣਿਆਂ ਦੇ ਢੇਰ ਲੱਗੇ। ਇੱਕ ਆਇਆ, ਉਹ ਆਪਣੇ ਢੇਰ ਤੋਂ ਪੰਡਾਂ ਪਾ ਪਾ ਕੇ ਦੂਜੇ 'ਤੇ ਸੁੱਟੀ ਜਾ। ਗੁਰੂ ਜੀ ਕਹਿੰਦੇ ਭਾਈ ਬਾਲਾ ਇਹਨੂੰ ਬੁਲਾਓ। ਉਹ ਆ ਗਿਆ, ਨਮਸਕਾਰ ਕੀਤੀ, ਮਹਾਰਾਜ ਹੁਕਮ, ਕਹਿੰਦੇ ਭਾਈ ਆ ਕੀ ਕਰਦਾ ਆਪਣੀ ਢੇਰੀ ਤੋਂ, ਨਾਲ ਦੀ ਪੈਲੀ 'ਚ ਢੇਰ ਲਾਈ ਜਾਂਦਾ। ਕਹਿੰਦੇ ਮਹਾਰਾਜ ਜੀ, ਇਹ ਲੰਬੜਦਾਰ ਦੀ ਕਣਕ ਹੈ, ਮੇਰਾ ਭਰਾ ਹੈ ਵੱਡਾ, ਇਹ ਲੰਬੜਦਾਰ ਹੈ ਪਿੰਡ ਦਾ, ਮੇਰੇ ਦਾਣੇ ਮੁੱਕ ਗਏ ਅਤੇ ਮੈਂ ਗਰੀਬ ਬੰਦਾ ਮੁੱਲ ਲੈ ਲਵਾਂਗਾ, ਜੇ ਇਹਦੇ ਮੁੱਕ ਗਏ ਨਿਆਣੇ ਇਹਦੇ ਵੀ ਵਾਹਵਾ। ਅਤੇ ਲੋਕ ਕਹਿਣਗੇ ਪਿੰਡ ਦਾ ਲੰਬੜਦਾਰ, ਖਾਣ ਵਾਸਤੇ ਦਾਣੇ ਵੀ ਹੈ ਨਹੀਂ, ਹੈ ਲੰਬੜਦਾਰ ਜੇ। ਕਹਿੰਦੇ ਠੀਕ ਹੈ, ਉਹ ਚਲਾ ਗਿਆ। ਹੁਣ ਅੱਧੀ ਰਾਤ ਹੋਈ ਤੇ ਲੰਬੜਦਾਰ ਆ ਗਿਆ, ਪੰਡਾਂ ਪਾ ਪਾ ਕੇ ਛੋਟੇ ਭਰਾ ਦੀ ਢੇਰੀ ਵੱਡੀ ਕਰ ਦਿੱਤੀ। ਗੁਰੂ ਜੀ ਕਹਿੰਦੇ ਭਾਈ ਬਾਲਾ ਇਹਨੂੰ ਵੀ ਬੁਲਾ। ਭਾਈ ਆ ਕੀ ਕਰੀ ਜਾਂਦਾ ਸੀ? ਮਹਾਰਾਜ ਜੀ ਮੈਂ ਲੰਬੜਦਾਰ ਹਾਂ, ਜੇ ਮੇਰੀ ਕਣਕ ਮੁੱਕ ਗਈ ਤੇ ਚੌਂਕੀਦਾਰ ਨੂੰ ਕਹਾਂਗਾ ਵੀ ਇੰਨੀਆਂ ਕਮਾਣੀਆਂ ਦੁੜੁੱਪੇ ਹੁੰਦੇ ਜੋ ਵੀ ਸ਼ੇਰ ਸੁੱਟ ਜਾ, ਉਹਨੇ ਸ਼ੁਕਰ ਕਰਨਾ ਵੀ ਲੰਬੜਦਾਰ ਨੇ ਕੰਮ ਦੱਸਿਆ, ਕੋਈ ਕੰਮ ਲਵਾਂਗੇ ਇਹਦੇ ਕੋਲ, ਸਨਾਹ ਕਰਾਉਣਾ ਤੇ ਕਣਕ ਆ ਜਾਣੀ। ਪਰ ਮਹਾਰਾਜ ਜੇ ਮੇਰੀ ਮੁੱਕ ਗਈ ਭਰਾ ਦੀ, ਲੋਕਾਂ ਕਹਿਣਾ ਲੰਬੜਦਾਰ ਦਾ ਭਰਾ ਖਾਣ ਵਾਸਤੇ ਦਾਣੇ ਵੀ ਹੈ ਨਹੀਂ, ਉਹ ਵੀ ਲੋਕਾਂ ਕੋਲ ਮੰਗਦਾ ਫਿਰਦਾ। ਗੁਰੂ ਜੀ ਕਹਿੰਦੇ ਭਾਈ ਬਾਲਾ ਆ ਹੀ ਭਰਾਵਾਂ ਦਾ ਕੰਮ, ਹੁਣ ਤਾਂ ਵੱਢਣ ਪੈਂਦੇ ਇੱਕ ਦੂਜੇ ਨੂੰ। ਉਹ ਕਹਿੰਦਾ ਸਾਰੀ ਮੈਂ ਖਾ ਜਾਣੀ, ਉਹ ਕਹਿੰਦਾ ਸਾਰੀ ਮੈਂ ਖਾ ਜਾਣੀ, ਉਹ ਕਹਿੰਦਾ ਸਾਰੀ ਮੈਂ ਖਾ ਜਾਣੀ, ਇਹੋ ਜਿਹਾ ਭਾਈ ਨਹੀਂ ਵਰਤਾਰਾ ਕਰਦੇ ਹੁੰਦੇ। ਗੁਰੂ ਜੀ ਕਹਿੰਦੇ ਆ ਠੀਕ ਹੈ, ਤੁਹਾਡੇ ਮਾਤਾ ਜੀ ਕਹਿੰਦੇ ਨਾ ਘਰ ਬਣਾਉਣਾ, ਆ ਠੀਕ ਹੈ। ਫਿਰ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਨੀਂਹ ਰੱਖੀ ਵੀ ਇਹ ਠੀਕ ਹੈ। ਤੋ ਛੋਟਾ ਭਰਾ ਖੜਾਵਾਂ ਕੋਲ ਹੀ ਰਾਜ ਕਰਾਉਂਦਾ ਰਿਹਾ ਵੀ ਉਹ ਰਾਮ ਜੀ ਨੇ ਬਾਈ ਇਸ ਦੇ ਲੈ ਕੇ, ਮੈਂ ਨਹੀਂ ਹਾਂ, ਹੋਰ ਕੋਈ ਹੁੰਦਾ ਸ਼ੁਕਰ ਕਰਦਾ ਵੱਡਾ ਮਗਰੋਂ ਲੱਥਾ, ਪਰ ਨਹੀਂ, ਸੱਤਿਆਵਾਦੀ ਲੋਕ ਸਨ, ਬੜੇ ਅੱਛੇ ਸਨ, ਚੰਗੇ ਚੰਗੇ ਗੁਣ ਹਨ ਇਹਨਾਂ ਲੋਕਾਂ ਵਿੱਚ। ਤੋ ਉਦੋਂ ਫਿਰ ਇਹ ਦੀਵੇ ਜਗਾਏ ਗਏ। ਹੁਣ ਆ ਗਿਆ ਕਲਯੁਗ, 5000 ਸਾਲ ਸਮਾਂ ਬੀਤਿਆ ਤਾਂ ਸਤਿਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਭਲੇ ਵਾਸਤੇ ਪ੍ਰਗਟ ਹੋਏ। ਜਦੋਂ ਗੁਰੂ ਨਾਨਕ ਜੀ 6ਵੇਂ ਜਾਮੇ ਵਿੱਚ ਆਏ ਅਤੇ ਚੰਦੂ ਨੂੰ ਪਾਈ ਨੱਥ, ਅਤੇ ਅੰਮ੍ਰਿਤਸਰ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਖੁਸ਼ੀ ਵਿੱਚ ਘਰ ਘਰ ਕੋਠਿਆਂ 'ਤੇ ਬਨੇਰਿਆਂ 'ਤੇ ਇੰਨੇ ਦੀਵੇ ਜਗਾਏ, ਦੀਪਮਾਲਾ ਧੰਨ ਧੰਨ ਹੋ ਰਹੀ ਹੈ ਅੰਮ੍ਰਿਤਸਰ ਵਿੱਚ। ਤਾਂ ਹੀ ਕਹਿੰਦੇ ਦੀਵਾਲੀ ਤਾਂ ਭਾਈ ਅੰਮ੍ਰਿਤਸਰ ਦੀ ਹੁੰਦੀ ਵੇਖਣ ਵਾਲੀ, ਹੁਣ ਵੀ ਕਿਤੇ ਚਲੇ ਜਾਓ ਸਾਰੇ, ਹੁਣ ਤਾਂ ਸ਼ਹਿਰ ਬੜਾ ਵੱਡਾ ਹੋ ਗਿਆ, ਇੰਨੀ ਰੋਸ਼ਨੀ ਹੁੰਦੀ, ਬੜੀ ਦੀਪਮਾਲਾ ਦੂਰੋਂ ਦੂਰੋਂ ਵੇਖਣ ਜਾਂਦੇ। ਤਰਤ ਸਾਹਿਬੀ ਤਾਲ ਸਾਹਿਬਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਤਲਾਬ ਵਿੱਚੋਂ ਜਲ ਹੈ ਉਹਨੂੰ ਕਹਿੰਦੇ ਅੰਮ੍ਰਿਤ ਸਮਾਨ ਅੰਮ੍ਰਿਤ ਜਲ। ਰੋਜ਼ ਹੀ ਬਿਮਾਰ ਰਾਜੀ ਹੁੰਦੇ ਨੇ, ਰੋਜ਼ ਹੀ ਸੰਗਤਾਂ ਇਸ਼ਨਾਨ ਕਰਦੀਆਂ ਨੇ। ਅਨੁਮਾਨ ਹੈ ਕਿ 1,60,000-55,000 ਰੋਜ਼ ਉੱਥੇ ਲੰਗਰ ਛਕਦੀ ਸੰਗਤ, ਰੋਜ਼ ਭੀੜਾਂ ਹੀ ਲੱਗੀਆਂ ਪਈਆਂ, ਚਾਰੇ ਦਰਵਾਜ਼ੇ ਖੁੱਲ੍ਹੇ,
ਜਿੱਧਰੋਂ ਮਰਜ਼ੀ ਕੋਈ ਆਵੇ, ਇਤਨਾ ਲੰਗਰਾਂ ਦੇ ਪ੍ਰਬੰਧ ਮਸ਼ੀਨਾਂ ਪਈਆਂ ਚੱਲਦੀਆਂ, ਮੱਥਾ ਟੇਕਦੇ ਨੇ, ਕੀਰਤਨ ਹੋ ਰਿਹਾ, ਭਜਨ ਪਾਠ ਹੋ ਰਿਹਾ, ਸੰਗਤਾਂ ਇਸ਼ਨਾਨ ਕਰਦੀਆਂ। ਉੱਥੇ ਜਦੋਂ ਸਿੱਖ ਜਾਂਦਾ ਗੱਲੇ ਨਹੀਂ ਲੱਗਦੇ, ਜਾਣਦੇ ਵੀ ਜਿੱਥੇ ਇੱਕ ਇੱਕ ਪੈਰ ਰੱਖਦੇ ਹਜ਼ਾਰਾਂ ਸਿਰ ਲੱਗੇ ਨੇ ਸਿੱਖਾਂ ਦੇ ਉੱਤੇ, ਇੱਕ ਇੱਟ ਪੁੱਟ ਕੇ ਦੇਖੋ ਹਜ਼ਾਰਾਂ ਸਿਰ। ਇੰਨੇ ਸ਼ਹੀਦ ਹੋਏ ਨੇ ਇੱਥੇ, ਇੱਕ ਵਾਰੀ ਨਹੀਂ, ਇੱਥੇ ਸਮੇਂ ਦੀਆਂ ਸਰਕਾਰਾਂ ਨੇ ਬੜੇ ਬੜੇ ਹੱਲੇ ਬੋਲੇ, ਬੜੇ ਬੜੇ ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ। ਉੱਥੇ ਜਾ ਕੇ ਘਰ ਦੀਆਂ ਗੱਲਾਂ ਨਹੀਂ ਛੇੜਨੀਆਂ ਚਾਹੀਦੀਆਂ। ਵਾਹਿਗੁਰੂ 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 ਐਂ ਕਰਦਾ ਜਾਏ, ਖਿਆਲ ਵੀ ਸੰਕੋਚ ਲਏ, ਇਸ਼ਨਾਨ ਕਰੇ, ਰਾਮਦਾਸ ਸਰੋਵਰ ਨਾਤੇ ਸਲਾਥੇ ਪਾਪ ਕਮਾਤੇ। ਜਿਹੜਾ ਕਿਤੇ ਪਾਪ ਨਾ ਲਏ ਇਹ ਅੰਮ੍ਰਿਤਸਰ ਲੈ ਜਾਂਦਾ, ਪਰ ਇਸ਼ਨਾਨ ਕਰਨ ਦੀ ਵਿਧੀ ਹੈ, ਉਹ ਵਿਧੀ ਇਹ ਹੈ ਸਾਡੇ ਸਿੱਖਾਂ ਵਿੱਚ। ਸਿੱਖਾਂ ਦੀ ਮੈਂ ਦੱਸਣਾ, ਪਹਿਲੀ ਗੱਲ ਉਹ ਅੰਮ੍ਰਿਤਧਾਰੀ ਹੋਵੇ ਜਿਹਨੇ ਠਾਠਾਂ ਤੀਰਥਾਂ ਦਾ ਪੁੰਨ ਲੈਣਾ। ਮੈਂ ਉਹਦੀ ਗੱਲ ਕਰਨਾ, ਜਿਹੜੇ ਗੱਲਾਂ ਕਰਦੇ ਜਾਂਦੇ ਗੱਪਾਂ ਮਾਰਦੇ ਜਾਂਦੇ ਕੱਖ ਨਹੀਂ ਜੀ ਇਹਨਾਂ ਦੇ ਪੱਲੇ। ਪਹਿਲੀ ਗੱਲ ਗੁਰੂ ਵਾਲਾ ਹੋਵੇ, ਜਿਹੜਾ ਪੰਜਾਂ ਪਿਆਰਿਆਂ ਨੇ ਨਾਮ ਦਿੱਤਾ ਉਹਦਾ ਘਰੋਂ ਸਿਮਰਨ ਸ਼ੁਰੂ ਕਰ ਦੇਵੇ ਇਸ਼ਨਾਨ ਕਰਕੇ। ਕੋਈ ਗੱਲ ਨਾ, ਜਿੱਥੇ ਇਸ਼ਨਾਨ ਕਰੇ ਉੱਥੇ ਵੀ ਉਹ ਸਿਮਰਨ ਕਰੀ ਜਾਵੇ ਜਿਹੜਾ ਪੰਜਾਂ ਪਿਆਰਿਆਂ ਦਿੱਤਾ ਹੈ। ਫਿਰ ਇਸ਼ਨਾਨ ਕਰਕੇ ਫਿਰ ਉਹ ਪ੍ਰਕਰਮਾ ਕਰਕੇ ਮੱਥਾ ਟੇਕੇ ਉਹ ਸਿਮਰ ਨਾ ਛੱਡੇ ਜਿਹੜਾ ਇਹਨੂੰ ਮਿਲਿਆ। ਫਿਰ ਮੱਥਾ ਟੇਕੇ ਸ਼ਰਧਾ ਨਾਲ ਉੱਥੇ ਲੋਕਾਂ ਵੱਲ ਨਾ ਵੇਖਿਆ ਉਹ ਕੀ ਕਰਦਾ ਅਤੇ ਉਹ ਕੀ ਕਰਦਾ। ਆਪਾਂ ਗੁਰੂ ਰਾਮਦਾਸ ਦੀ ਨਗਰੀ ਜਾਣਾ ਕਿ ਆਪਾਂ ਲੋਕਾਂ ਦੇ ਉੱਥੇ ਔਗਣ ਵੇਖਣ ਜਾਣਾ, ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ। ਫਿਰ ਨਮਸਕਾਰ ਕਰੇ, ਉਹ ਹੀ ਸਿਮਰਨ ਕਰਦਾ ਘਰ ਆ ਜਾਵੇ ਉਹਨੂੰ ਤਾਂ ਮਿਲਦਾ ਜੇ ਠਾਠਾਂ ਪੀਰਥਾਂ ਦਾ ਪੁੰਨ। ਅਤੇ ਗੱਲਾਂ ਬਾਤਾਂ ਕਰਦਿਆਂ ਜਾਣਾ, ਗੱਲਾਂ ਬਾਤਾਂ ਕਰਦਿਆਂ ਆਉਣਾ, ਉਹਦੀ ਨਿੰਦਿਆ, ਉਹਦਾ ਚੁਗਲੀ, ਉਹਦੀ ਝੂਠ, ਉਹਦੀ ਆ ਖਿੱਚ ਵਿੱਚ ਮੁੱਕਦੀ ਨਹੀਂ, ਫਿਰ ਕੀ ਫਾਇਦਾ ਹੋਇਆ। ਤੀਰਥ ਨਾਇਕ ਸਭ ਉਤਰੇ ਬਹੁਤ ਕਮਾਏ ਹੋਏ ਨੇ ਸੰਗ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਲੋਕ ਗੱਪਾਂ ਮਾਰਦੇ ਜਾਂਦੇ ਨੇ, ਕਿਸੇ ਦੀ ਜੇਬ ਕੱਟ ਲਈ, ਕਿਸੇ ਦਾ ਜੋੜਾ ਚੁੱਕ ਲਿਆ, ਕਿਸੇ ਦਾ ਕੁਛ, ਅਤੇ ਉੱਥੇ ਕਹਿੰਦੇ ਪਾਪ ਉਤਰ ਗਿਆ, ਅਤੇ ਫਿਰ ਹੋਰ ਨਸੰਗ ਹੋ ਕੇ, ਬਹੁਤ ਕਮਾਏ ਹੋਏ ਨੇ ਸੰਗ, ਫਿਰ ਹੋਰ ਨਿਰਭੈ ਹੋ ਕੇ ਪਾਪ ਕਰਦੇ ਵੀ ਅਗਲੇ ਲੱਥ ਗਏ। ਇਸ ਤਰ੍ਹਾਂ ਨਹੀਂ ਲੈਂਦੇ, ਪਾਪ ਲਾਉਣ ਦੀ ਕੋਈ ਵਿਧੀ ਹੈ ਸਿੱਖਾਂ ਵਿੱਚ ਵੀ, ਇਹੋ ਜਿਹੀ ਕੋਈ ਗੱਲ ਨਹੀਂ ਵੀ ਸਾਡੇ 'ਚ ਕੋਈ ਢੰਗ ਤਰੀਕਾ ਹੀ ਹੈ ਨਹੀਂ। ਕਿਹੜੀ ਗੱਲ ਹੈ ਜਿਹੜੀ ਸਾਨੂੰ ਗੁਰੂਆਂ ਨੇ ਨਹੀਂ ਦੱਸੀ? ਤੁਸੀਂ ਗੁਰਦੁਆਰੇ ਕਿਵੇਂ ਜਾਣਾ? ਇਹ ਲਿਖਤਾ ਨਹੀਂ, ਜਦੋਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਣਾ, ਹੱਥਾਂ ਦੀਆਂ ਥੈਲੀਆਂ ਠਾਣ ਐਂ ਕਰਦੇ ਜਿਵੇਂ ਪ੍ਰਸ਼ਾਦ ਲੈਣਾ ਹੁੰਦਾ, ਹੱਥਾਂ ਦੀਆਂ ਥੈਲੀਆਂ ਥੱਲੇ ਨੂੰ ਰੱਖ ਕੇ ਮੱਥਾ ਟੇਕਣਾ, ਫਿਰ ਹੱਥ ਜੋੜ ਕੇ ਖਲੋਣਾ, ਐਂ ਕਰ ਲੈਂਦੇ ਐਂ ਉਂਗਲਾਂ ਜੋ ਟੁੱਟੀਆਂ ਹੁੰਦੀਆਂ। ਐਸੇ ਨਹੀਂ ਲਿਖਤਾ ਨਹੀਂ, ਇੱਕ ਇੱਕ ਗੱਲ ਨਮਸਕਾਰ ਕਿਵੇਂ ਐਂ ਦੂਰੋਂ ਮਾਰਦੇ ਨੇ ਪੈਸਾ, ਇਹਨੂੰ ਜੇਬ 'ਚ ਰੱਖ, ਇਸ ਤਰ੍ਹਾਂ ਕਰ ਰੱਖਦੇ ਆਰਾਮ ਨਾਲ ਮੱਥਾ ਟੇਕ ਕੇ, ਫਿਰ ਐਂ ਕਰਦੇ। ਇੱਕ ਨਾ ਕਥਾ ਕਰਨ ਆਇਆ, ਕਿਵੇਂ ਪਹਿਲਾਂ ਹੀ ਟਾਈਮ ਲਾ ਲਿਆ ਉਹਨੇ ਨਾ, ਐਂ ਪੱਗ ਦੇ ਨਾਲ ਅੰਗੂਠਾ ਲਾਇਆ, ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਮੈਂ ਤੇਰਾ ਅੰਗੂਠਾ ਤਾਂ ਵੱਢਣ ਵਾਲਾ, ਲੋਕਾਂ ਨੂੰ ਤੂੰ ਸ਼ਿਕਸ਼ਾ ਦੇਣਾ, ਅੰਗੂਠਾ ਵਿਖਾਉਣਾ ਸਾਡੇ ਗੁਰੂ ਨੂੰ। ਮੈਂ ਕਿਹਾ ਨਿੱਕੇ ਹੁੰਦੇ ਪੰਜਾਬ ਖੇਡਦੇ ਇੰਗਣੀ ਮਲਿੰਗਣੀ ਅਤੇ ਢਾਈ ਸੰਗਲਾ, ਪਤਾ ਅੰਗੂਠਾ ਕਿਹਨੂੰ ਵਿਖਾਈਦਾ, ਇਹਦਾ ਵੱਡੋ, ਇਹਦਾ ਇਹਨੂੰ ਮੱਥਾ ਟੇਕਣ ਦੀ ਜਾਂਚ ਆ ਜੇ। ਇੰਨੇ ਖਿੱਚ ਗਏ ਨੇ ਮੱਥਾ ਥੱਲੇ ਲਾਉਂਦੇ ਨਹੀਂ, ਐਂ ਅੰਗੂਠਾ ਲਾਉਂਦੇ ਵੀ ਕਰੰਟ ਨਾ ਲੱਗ ਜਾਏ ਕਿਤੇ। ਅਜੇ ਬਹੁਤ ਹੈ ਸਿੱਖਾਂ ਨੂੰ ਮੱਥਾ ਟੇਕਣ ਦੀ ਜਾਂਚ ਨਹੀਂ ਹੈ। ਅਤੇ ਗਾਂ ਤਾਂ ਬੜਾ ਲੰਮਾ ਸਫ਼ਰ, ਗੁਰਸਿੱਖੀ ਬਰੀਕ ਹੈ, ਫਿਰ ਨਿਤਨੇਮ ਵੀ ਕਰਨਾ ਭਾਈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਪਲ ਕੇ ਉੱਠਰ ਨਾਮ ਧਿਆਵੇ। ਮੈਂ ਬੇਨਤੀ ਕੀਤੀ ਸੀ ਦੀਵਾਲੀ, ਦੀਵਾਲੀ ਕੀ ਰਾਤ ਦੀਵੇ ਬਾਲੀਅਨ ਪਾਈ ਗੁਰਦਾਸ ਜੀ ਦੇ ਬਚਨ ਨੇ, ਭਾਵੇਂ ਉਹਨਾਂ ਨੇ ਇਹ ਦ੍ਰਿਸ਼ਟਾਂਤ ਹੀ ਦਿੱਤਾ ਹੈ ਕੋਈ ਬਚਨ ਸਿੱਧ ਕਰਨ ਵਾਸਤੇ, ਗੱਲ ਲੰਮੀ ਹੈ। ਸਾਡੇ ਸਿੱਖਾਂ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਦੀਵਾਲੀ ਮਨਾਉਂਦੇ ਨਾ, ਉਹ ਆ ਰਹੀ 19 ਤਰੀਕ ਨੂੰ, ਨੇੜੇ ਹੀ ਹੈ। ਪਿੱਛੇ ਆਪਾਂ ਚੱਲੀਏ, ਇਹਦਾ ਹੱਥ ਬੰਦਾ ਕੋਈ ਨਹੀਂ, ਲੋਹੜੀ ਦਾ ਤਾਂ ਹੈ, ਪ੍ਰਹਲਾਦ ਦੀ ਭੈਣ ਤੋਂ ਚੱਲੀ, ਹੋਲੀ ਦਾ ਤਾਂ ਹੈ, ਉਹਦੀ ਭੂਆ ਤੋਂ ਚੱਲੀ, ਵਿਸਾਖੀ ਰਾਮ ਥੰਮਣ ਤੋਂ ਚੱਲੀ, ਗੁਰੂ ਨਾਨਕ ਜੀ ਦੇ ਮਾਸੀ ਦੇ ਸਪੁੱਤਰ ਸਨ, ਉਹ ਲਾਹੌਰ ਆਸ਼ਰਮ ਬਣਿਆ ਹੋਇਆ ਨੇੜੇ, ਇਹ ਕਿਹੜੀ ਗੱਲ ਕਿਵੇਂ ਕਿੱਥੋਂ ਚੱਲੀ ਕਿਵੇਂ ਚੱਲੀ? ਇਸੇ ਤਰ੍ਹਾਂ ਰੱਖੜੀ ਹੈ, ਬਲ ਪੋਤਾ ਪ੍ਰਹਲਾਦ ਦਾ, ਇੰਦਰਪੁਰੀ ਦੀ ਇਸ਼ ਅਛੰਦਾ, ਇਹ ਜਿਹੜਾ ਰਾਜਾ ਬਲ ਹੋਇਆ ਪ੍ਰਹਲਾਦ ਦਾ ਪੋਤਰਾ, ਜਦੋਂ ਦਿੱਤਾ ਰਾਜ ਪਤਾਲ ਦਾ,
ਉਹ ਥੱਲੇ ਦਾ ਰਾਜ ਮੁਲਤਾਨ ਜਾਈਏ ਜਿੱਥੋਂ ਦਾ ਪ੍ਰਹਲਾਦ, ਉੱਥੇ ਅਜੇ ਵੀ ਧਰਤੀ ਫਟੀ ਹੋਈ ਹੈ, ਜਿੱਥੇ ਥੱਲੇ ਥੱਲੇ ਉਸੀ ਅਮਰੀਕਾ ਦਾ ਰਾਜ, ਅੱਜ ਕੱਲ੍ਹ ਆਪਾਂ ਅਮਰੀਕਾ ਦੇਸ਼ ਕਹਿ ਦਿੰਦੇ, ਉੱਥੇ ਟੱਟੇ ਹੋਏ ਕਿਲੇ ਰਾਜੇ ਬਲ ਦੇ, ਹੁਣ ਤਾਂ ਜੰਗਲ ਹੋ ਗਿਆ, ਪਰ ਉਹਦੀ ਅੰਸਾ ਉੱਥੇ ਵੀ ਹੈ ਅਤੇ ਸਾਡੇ ਦੇਸ਼ ਵਿੱਚ ਵੀ ਹੈ। ਇਹਦੀ ਉਮਰ ਬੜੀ ਲੰਮੀ ਹੋਈ। ਉਹ ਫਿਰ ਉਹ ਲਕਸ਼ਮੀ ਕਹਿੰਦੀ ਹੈ ਭਗਵਾਨ ਨੂੰ ਵੀ, ਉਹ ਨਾਰਦ ਨੂੰ ਵੀ, ਉਹ ਕਿੱਧਰ ਗਏ ਤੁਹਾਡੇ ਮਹਾਰਾਜ ਜੀ? ਭਗਵਾਨ ਉਹ ਕਹਿੰਦੇ ਜੀ ਥੱਲੇ ਨੇ, ਉਹ ਰਾਜਾ ਬਲ ਬਣਾਏ ਹੋਏ ਨੇ ਦਰਵਾਜ਼ੇ, ਭਜਨ ਕਰਦੇ ਨੇ। ਕਰੂ ਅਟਾਈ ਧਰਤੀ ਮੰਗਿਆ ਵਾਮਨ ਰੂਪ ਬਹਾਨਾ, ਬਾਣੀ ਵਿੱਚ ਆਉਂਦਾ ਹੈ। ਉਹ ਮੰਗੀ ਸੀ ਭਜਨ ਕਰਦੇ ਨੇ, ਆਪਣਾ ਵਚਨ ਪੂਰਾ ਕਰਦੇ ਨੇ। ਕਹਿੰਦੀ ਮੈਂ ਤਾਂ ਲਿਆਉਣਾ, ਲਿਆਓ ਫਿਰ। ਹੁਣ ਇਹ ਗਈ ਲਕਸ਼ਮੀ ਬੀਬੀ ਦਾ ਰੂਪ ਧਾਰ ਕੇ ਰਾਜੇ ਬਲ ਨੂੰ ਆਉਂਦੀ ਹੈ ਵੀ ਇਸ ਤਰ੍ਹਾਂ ਵੀਰ ਜੀ ਮੈਨੂੰ ਕੋਈ ਕੰਮ ਹੈ ਤੁਹਾਡੇ ਨਾਲ। ਉਹ ਕਹਿੰਦੇ ਭੈਣ ਜੀ ਮੈਂ ਦਾਨੀ ਬੜਾ, ਮੈਂ ਤਿਆਗੀ ਬੜਾ, ਤੁਸੀਂ ਭੈਣ ਜੀ ਕੋਈ ਕੰਮ ਦੱਸੋ ਮੈਂ ਕਰਾਂਗਾ। ਹੱਸ ਪਈ ਇਹ ਛੱਤੀ ਵੇਖੇ ਤੇਰੇ ਵਰਗੇ। ਭੈਣ ਜੀ ਕਹਿ ਤੇ ਦਿੱਤਾ ਜੀ ਧਰਮ ਕਮਾਏਗਾ। ਰਾਜਾ ਬਲ ਕਹਿੰਦਾ ਭੈਣ ਜੀ ਗੱਲ ਹੀ ਕੁਛ ਨਹੀਂ, ਭਾਵੇਂ ਸਿਰ ਚਲਾ ਜਾਏ, ਜੇ ਮੈਂ ਕਹਿ ਦਿੱਤਾ ਭੈਣ ਜੀ ਤੇ ਮੈਂ ਧਰਮ ਕਮਾ ਕੇ ਦੱਸਾਂਗਾ ਵੀ ਭੈਣ ਜੀ ਨੂੰ ਆਖੀਏ ਧਰਮ ਕਮਾਈ ਦਾ ਕੀ। ਸਤਸੰਗ ਜਦੋਂ ਕੋਈ ਧਰਮ ਵਿੱਚ ਦਖਲਅੰਦਾਜ਼ੀ ਦਿੰਦਾ। ਅਯੁੱਧਿਆ ਵਿੱਚ ਇੱਕ ਉਜੈਨ ਨਗਰੀ ਹੈ, ਇੱਥੋਂ ਦਾ ਰਾਜਾ ਬਿਕਰਮਾ ਜੀਤ ਹੋਇਆ ਅਤੇ ਇਹ ਰਾਜੇ ਸਲਵਾਨ ਨਾਲ, ਇਹ ਪਰਥਰੀ ਦਾ ਛੋਟਾ ਭਰਾ ਸੀ, ਇਹਨੇ ਪੱਗ ਵਟਾਈ ਹੋਈ ਸੀ, ਇਹ ਸਿਆਲਕੋਟ ਦਾ ਰਾਜਾ ਸੀ। ਇਹ ਜਿਹੜਾ ਰਾਜੇ ਸਲਵਾਨ ਦਾ ਬੇਟਾ ਸੀ, ਇਹ ਹੁਣ ਇਹਨੂੰ ਚਾਚਾ ਜੀ ਕਹਿੰਦਾ ਰਾਜੇ ਬਿਕਰਮਾ ਜੀਤ ਨੇ। ਰਾਜਾ ਸਲਵਾਨ ਬੜੇ ਜੰਗ ਯੋਧੇ ਦੇ ਹੋਏ, ਉੱਥੇ ਆ ਕੇ ਬੜੀਆਂ ਲੰਮੀਆਂ ਗੱਲਾਂ ਨੇ। ਇਹਦੀ ਅੰਸਾ ਰਾਜੇ ਸਲਵਾਨ ਦੀ ਯੂਪੀ ਵਿੱਚ ਵੀ ਹੈ ਅਤੇ ਪੰਜਾਬ ਵਿੱਚ ਵੀ ਹੈ ਅਤੇ ਵਿਦੇਸ਼ਾਂ ਵਿੱਚ ਵੀ ਹੈ। ਪਰ ਨੈਤ ਕੋਟੀਆ ਕਹਿੰਦਾ ਸੀ ਇਹਦੀ ਰੱਸੀਆਂ ਧਰ ਕੇ ਵੰਡਣਗੇ, ਉਹ ਕਿਸੇ ਜਿਹਾ ਚਲਾ ਛੜਿਆ ਲੋਕਾਂ ਨੂੰ। ਅੰਗਰੇਜ਼ਾਂ ਨੇ ਇੰਨੇ ਕਿੱਛੇ ਛਪਾਏ, ਕਿਤੇ ਹੀਰ ਦੇ, ਕਿਤੇ ਰਾਂਝੇ ਦੇ, ਕਿਤੇ ਦੂਜੇ ਵੀ, ਆਮ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਕਿੱਛੇ ਪੜ੍ਹਨੇ ਡਾ ਛੜਿਆ ਵੀ ਨਾ ਗੁਰਦੁਆਰੇ ਜਾਣ, ਨਾ ਇਤਿਹਾਸ ਪੜ੍ਹਨ, ਨਾ ਸੁਣ। ਇੰਨਾ ਮਸਤ ਹੋ ਕੇ ਬਸ ਤੁਰੇ ਵਿਜਾਸ਼ਣੇ ਦੇ ਕਿਸੇ ਗਾਉਂ ਛੇ, ਪਤਾ ਹੀ ਨਹੀਂ ਸੀ, ਗੁਰੂਆਂ ਦੇ ਨਾਮ ਨਹੀਂ ਸੀ ਆਉਂਦੇ, ਕਈ ਇਲਾਕੇ ਇਹੋ ਜਿਹੇ, ਕਈ ਤਾਂ ਠੀਕ ਸੀ। ਉਹ ਕਿਸਿਆਂ 'ਚ ਇਹੋ ਕੁਛ ਹੀ ਹੁੰਦਾ ਵੀ ਤੁਹਾਡਾ ਕਿਸੇ ਨਹੀਂ ਲੈਣਾ, ਨਾ ਜੀ ਅਮਕਾ ਟਿੰਕਾ ਨਿਰਾਈ ਚੂਠ। ਉਹਦੀ ਅੰਸਾ ਹੈ ਰਾਜੇ ਸਲਵਾਨ ਦੀ। ਤਾਂ ਇਹ ਹੁਣ ਸਲਵਾਨ ਤਾਂ ਚੱਲ ਵਸਿਆ, 2200 ਕੁਛ ਸਾਲ ਹੋ ਗਏ, ਅਤੇ ਰਾਜਾ ਬਿਕਰਮਾ ਜੀਤ ਫੌਜ ਲੈ ਕੇ ਆਇਆ ਸਿਆਲਕੋਟ, ਲਗਭਗ 10,000। ਇਹਦੀ ਨਗਰੀ ਬੜੀ ਚੰਗੀ ਹੈ ਅਤੇ ਇਹਨੂੰ ਮਾਰਾਂ ਅਤੇ ਇੱਥੇ ਕਬਜ਼ਾ ਕਰ ਲਾ। ਇਹਨੇ ਸੁਨਾਹ ਕਰ ਲਿਆ, ਚਾਚਾ ਜੀ ਧਰਮ 'ਤੇ ਟੈਕ ਨਾ ਕਰ, ਤੂੰ ਮੇਰੇ ਪਿਤਾ ਨਾਲ ਪੱਗ ਵਟਾਈ ਸੀ, ਧਰਮ ਦੇ ਭਰਾ ਬਣੇ ਸੀ, ਆਹ ਕੀ ਕਰਨ ਲੱਗੇ? ਉਹ ਕਹਿੰਦਾ ਨਹੀਂ, ਉਹ ਦਿਨ ਚਲੇ ਗਏ। ਇਹਨੇ ਅਰਦਾਸ ਕੀਤੀ, ਹੇ ਪ੍ਰਭੂ ਹੇ ਸਰਬ ਸ਼ਕਤੀਮਾਨ, ਹੁਣ ਮੇਰੇ 'ਤੇ ਨਹੀਂ, ਹੁਣ ਧਰਮ 'ਤੇ ਹੱਲਾ ਹੋ ਰਿਹਾ, ਹੁਣ ਤੁਸੀਂ ਧਰਮ ਦੀ ਲੱਜਾ ਰੱਖਿਓ। ਰਸਾਲੂ ਦੇ ਹੱਥੋਂ ਰਾਜਾ ਬਿਕਰਮਾ ਜੀਤ ਮਾਰਿਆ ਗਿਆ, ਇੱਥੋਂ ਲਾਸ਼ ਚੁੱਕ ਕੇ ਲੈ ਕੇ ਉਜੈਨ ਨਗਰੀ ਜਾ ਕੇ ਫੂਕਿਆ, ਲਿਖਤ ਗੁਰੂ ਗੋਬਿੰਦ ਸਿੰਘ। ਧਿਆਨ ਦੇਣਾ, ਗੁਰੂਆਂ ਨੇ ਕੋਈ ਕਸਰ ਛੱਡੀ ਇਤਿਹਾਸ ਦਾ, ਇਹ ਮਹਾਰਾਜ ਦੀ ਲਿਖਤ ਹੈ। ਸੋ ਧਰਮ ਉਹ ਹੁਣ ਕਹਿ ਰਹੀ ਹੈ ਕਿ ਭੈਣ ਜੀ ਤੇ ਕਿਹਾ ਧਰਮ ਕਮਾਏਗਾ। ਰਾਜਾ ਬਲ ਕਹਿੰਦਾ ਭੈਣ ਜੀ ਸਿਰ ਦੇ ਦਿਆਂਗਾ, ਸਿਰ ਧਰਤੀ ਲਾ ਦਾਂਗਾ, ਹੁਕਮ ਕਰ। ਕਹਿੰਦੀ ਲਿਆ ਵੀਰ ਜੀ, ਫਿਰ ਤੈਨੂੰ ਮੈਂ ਨਾ ਇੱਕ ਧਾਗਾ ਬੰਨਦੀ ਹਾਂ ਜਿੱਥੋਂ ਰੱਖੜੀ ਚੱਲੀ। ਇਹ ਵੇਦਾਂ ਵਿੱਚ ਲਿਖਿਆ ਇਹ ਘੱਟੋ ਘੱਟ 25-26 ਲੈਣਾ ਨੇ, ਵੇਦ ਵਿੱਚ ਪੜ੍ਹ ਕੇ ਦੇਖ ਲੈਣਾ। ਵਾਹ ਵਾਹ ਰਾਜਾ ਮਾਮ ਚੱਲ ਛਿਵੀ, ਇਹ ਥੋੜ੍ਹੇ ਜਿਹੇ ਬੋਲਦਾ ਵੇਦਾਂ 'ਚੋਂ, ਤੁਸੀਂ ਪੜ੍ਹ ਲਿਓ ਧਿਆਨ ਨਾਲ ਸਾਰੀ ਬੜੀ ਲੰਮੀ ਕਥਾ ਵੇਦਾਂ 'ਚ, ਵੇਦਾਂ 'ਚ। ਤੋ ਇਹਨੇ ਹੁਣ ਧਾਗਾ ਬੰਨਿਆ ਰਾਜੇ ਬਲ ਨੂੰ, ਭੈਣ ਜੂ ਕਿਹਾ ਤੇ ਹੁਣ ਪੱਕਾ ਭਰਾ ਨਾ। ਕਹਿੰਦੀ ਹੁਣ ਮੇਰੀ ਬੇਨਤੀ ਸੁਣ ਵੀਰ ਜੀ, ਜੀਜੇ ਨੂੰ ਛੱਡ ਦੇ, ਭਰਵਾਈਏ ਨੂੰ ਛੱਡ ਦੇ, ਆ ਜਿਹੜਾ ਭਗਤੀ ਕਰਦਾ ਤੇਰੇ ਦਰਵਾਜ਼ੇ 'ਤੇ। ਕਹਿੰਦਾ ਜੀਜਾ ਜੀ ਜਾਓ ਭੈਣ ਜੀ ਦੇ ਨਾਲ। ਗਈ ਲਕਸ਼ਮੀ ਨਾਰਾਇਣ ਉੱਥੋਂ। ਹੁਣ ਦਸਵੇਂ ਮਹਾਰਾਜ ਜੀ ਆਏ ਬਠਿੰਡੇ, ਗੁਰੂ ਕੀ ਕਾਸ਼ੀ ਦਮਦਮਾ ਸਾਹਿਬ। ਗੁਰੂ ਜੀ ਕਹਿੰਦੇ ਮੇਰਾ ਸਿੱਖ ਰੱਖੜੀ ਨਹੀਂ ਬੰਨੇਗਾ,
मेरा सिख रखड़ी नहीं बनेगा, कड़े पाएगा कड़े। मैं कई बार बेनती की माइया ने कौन समझाए भाई, तो गुरु ग्रंथ साहब पीड़ा साहब बन जाए लै भरा राजी रहो होर फिर की आखना इन्होंने। वाहगुरु जाने कि साड़ी कौम कदों सुधरेगी, वाहगुरु जाने मैनू नहीं पता। जदों तुसी अज सुन लिया है कि दसवें महाराज ने लिखता ने रखड़ी बननी मना कीती है, मैं अपने तो शुरू करदा। जो मैं होश संभाली है हिंदुस्तान में किसी ने मैनू रखड़ी बंदिया वेख्या होवे ते जरूर दस्यो, किसी ने जो मैं होश संभाली मैं नहीं बदी। मैं दसवें महाराज की लिखत पढ़ी, मैं नहीं रखड़ी बदी। भैन तो साड़िया भी बथेरिया ने, सत्तर घर आए सचीमिया के इतने, हूँ तो 250 हो गया। मैं अपनी गल करना, मैं नहीं जे बदी तो तुम भी छड़ दो, कोई ना कोई तो शिक्षा लो ना गुरु घरों कि असी हो कुछ करते रहना। अ भैया ने पूछी तो भी जो दिन दार भैया का कर रहा है, कहते दादे पड़दादे लकड़दादे मकड़दादे फकड़दादे जो कत्ते आ रहे सो हम कत्ते चलते। भैया अब बताओ सरदार जी का करे, जो कत्ते आ रहे सो हम कत्ते चलते। सानू पता होना चाहिए कि साढ़े दादे पड़दादे लकड़दादे मकड़दादे फकड़दादे जो कत्ते आ रहे सो हम कत्ते चलेंगे। सुधार भी करिए कि असी रखनिया बनी जानी है, असी दसवें महाराज के आखे लगना ही नहीं। कुछ सोचिए, असी इन्हों की रीस ना करिए, दादे पड़दादे लकड़दादे मकड़दादे फकड़दादे जो कत्ते आ रहे सरदार जी सो हम कत्ते चले आ रहे, वह बंद आए असी गां बनी जाइए। सोचिए, इतिहास पढ़िए, गुरुद्वारे जाइए, लिखत पढ़िए, असी कड़े पाइए, असी रखड़िया ना बनीए। पर गुरु ग्रंथ साहब बन दिया, मैं अखी देखे अखी पीड़ा साहब रखड़ी वाले दिन और ग्रंथी बथेरा आंदा है, माइयो रहन दो, कहते तेरी भैन नहीं होनी तू जो डकना ना, तेरी भैन नहीं होनी, तेरी भैन हो तेन पता लगे अज के दिन भैन बन दी होनी। फोटो वाल ने ते धजिया उड़ा दतिया इतिहास दियाँ, वो तो विखाते ने भी बेबे नानकी बाबे नानक बनन डई, वह फोटो बना दी है नलज्जा ने, दसो इतने कोई की करे। कविशरा ने कविता बना लिया, जदों गुरु नानक जी सुल्तानपुर तो चले तो रखड़ी लैके बेबे नानकी मगर मगर अमृतसर आए, फिर इधर आए कोटद्वार, उत्थे आए कुरक्षेत्र आए, हरिद्वार आए कोटद्वार आए, नजीबाबाद आए काशीपुर, बेबे नानकी मगर मगर, फिर उत्थे काला टूंगी गए, हल्द्वानी नैनीताल नानक मते। मैं आप सुनी कविता अजीत सिंह कविशर को, बेबे नानकी मगर मगर। फिर कित घूम के दिल्ली आ गए, वीर जी मैं तो 11 साल हो गए लभद्या रखड़ी बन लै। आज कविता कि साडा सुधार कदों होएगा, असी कदों सोचांगे, पीढ़ियां पीढ़ियां लंघ दिया जा रही ने। उहो ही गल असी जरूर बननी, लकड़दा मकड़दा फकड़ जो कत्ते आ रहे सन कत्ते चले आए। इन्हां गल्लां नूं बंद करो, जिन्ने तुसी अज आए हो दसवें महाराज का बचन कमाओ। लिखता जिन्नियां चाहीदियां मैं दे दियांगा, लिखता जिन्नियां चाहीदियां ने ऐ पढ़ दिओ चंगी तरह कि रखड़ी नहीं बननी। मैं अपने तो शुरू करना, मैं नहीं जे कदी बदी कोई तो हिंदुस्तान में दस दे, मैं संगत में एक नहीं भी माफिया मंगागा, 1100 रुपया नाम भी देंगे। कोई सिद्ध कर दे कि मैं रखड़ी बदी हो, मैं नहीं बदी, मैं महाराज के बचन पढ़े से। असी सिखी उदन कमावे जिदन महाराज के आखे लगेंगे, मत्था टेकर फिर उही काम। ये जेड़े दिन दहाड़ ने कुछ गुरुआ ने मनाने वास्ते किया है, तो कुछ सानू रोकिया भी है, आ काम करने ने ते आ नहीं करने। पंजाब विच कई रस्में रिवाज ने हौली हौली बंद हो, कि जौन टंगन दे किते 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 छोटे छोटे सी उहदे नाल बड़िया गल्लां चलन। वो फैक्ट्रियां वाले वेखना भी तौलिया हो गए जमा, ते ये वेखदे नहीं उहनां फिर बंदे रखने नौकरी ते, कोई बटाले कोई जलंधर है, उहनां कहना भी जिहड़ी भैण अपने वीर नूं 7 तौलिए देगी उहदा वीर बचना, बाकी मर जाने सारे। वह फैक्ट्रियां खाली करातियां शोशा छड्ड के, उन्हें लड़ लड़ के पतियां को मेरे भरा की सुख नहीं मंगते, 7 तौलिया ही ने ना उड़ा धजियां दित्तियां फैक्ट्रियां च कपड़ा, इहो जे रिवाज बना लेंदे। वाहगुरु जाने की होना, परमेश्वर जाने, मेरे तो समझ कोई गल ही नहीं आ रही। तो रखड़ी मत बनो, इन्हां रहन दो, कड़े पाओ निहंगा सिंघां वांग, भावें 20 पा लो, कहते लिखिया भी तुसीं 2 नहीं पा सकते 4 नहीं पा सकते, और निहंग सिंह तो 20 पा लेंदे,
ਤੁਹਾਨੂੰ ਡੱਕਿਆ ਕਿਸੇ ਨੇ? ਜਿੰਨੇ ਮਰਜ਼ੀ ਪਾਓ, ਜਿੰਨੇ ਚੁੱਕ ਸਕਦੇ ਪਾ ਲਓ। ਕੜਿਆਂ ਦੀ ਕੋਈ ਨੀ ਵੀ ਤੁਸੀਂ ਇੱਕੋ ਹੀ ਪਾ ਸਕਦੇ, ਦੋ ਪਾ ਲਓ, ਦੋਵੇਂ ਹੱਥੀ ਪਾ ਲਓ, ਚਾਰ ਚਾਰ ਪਾ ਲਓ, ਪਰ ਰੱਖੜੀ ਨਹੀਂ ਬੰਨਣੀ। ਜੇ ਦਸਵੇਂ ਮਹਾਰਾਜ ਨੂੰ ਮੰਨਦੇ ਹੋ ਤੇ ਨਹੀਂ ਬੰਨਣੀ, ਜੇ ਮਨ ਦੀ ਮਰਜ਼ੀ ਕਰਦੇ ਹੋ ਤੇ ਜਿੰਨੀਆਂ ਮਰਜ਼ੀ ਬੰਨੋ, ਤੁਹਾਨੂੰ ਕੌਣ ਸਮਝਾ ਲੇਗਾ? ਤੋ ਇਹ ਚੱਲੀ ਰਾਜੇ ਬਲ ਤੋਂ, ਲੋਹੜੀ ਚੱਲੀ ਪ੍ਰਹਲਾਦ ਦੀ ਭੈਣ ਤੋਂ, ਹੋਲੀ ਚੱਲੀ ਹੋਲਕਾਂ ਤੋਂ, ਵਿਸਾਖੀ ਚੱਲੀ ਰਾਮ ਥੰਮਣ ਤੋਂ, ਇਹ ਦੀਵਾਲੀ ਪਤਾ ਨਹੀਂ ਕਦੋਂ ਦੀ ਚੱਲੀ। ਪਰ ਸਾਡੇ ਸਿੱਖ ਧਰਮ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਨੂੰ ਧਿਆਨ 'ਚ ਰੱਖਦੇ ਹੋਏ ਸਿੱਖ ਦੀਵਾਲੀ ਮਨਾਉਂਦੇ। ਆਤਮਕ ਦਮੋਹ ਤਾਰੇ ਜੀ ਐਸੇ ਗੁਰਾਂ ਕੋ, ਆਤਮਕ ਦਮੋਹ ਤਾਰੇ ਜੀ ਐਸੇ ਗੁਰਾਂ ਕੋ, ਬਲ ਬਲ ਜਾਈਏ। ਆਤਮਕ ਦਮੋਹ ਤਾਰੇ ਜੀ ਐਸੇ ਗੁਰਾਂ ਕੋ, ਬਲ ਬਲ ਜਾਈਏ। ਮੋਹ ਤਾਰੇ ਜੀ ਐਸੇ ਗੁਰਾਂ ਕੋ, ਬਲ ਬਲ ਜਾਈਏ। ਤਾਰੇ ਜੀ ਐਸੇ ਗੁਰਾਂ ਕੋ, ਬਲ ਬਲ ਜਾਈਏ। ਮੋਹ ਤਾਰੇ ਜੀ ਐਸੇ ਗੁਰਾਂ ਕੋ, ਬਲ ਬਲ ਜਾਈਏ। ਨਰਪਤ ਨਮਸਕਾਰ ਹੈ ਐਸੇ ਗੁਰ ਕੋ, ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਅਗਲੇ ਮਹੀਨੇ 4 ਨਵੰਬਰ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਰਿਹਾ, ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ, ਸਾਰੇ ਸੰਸਾਰ ਵਿੱਚ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਹਨ, ਜਿੰਨੇ ਯੋਗਾ ਵੀ ਕੋਈ ਹੈ, ਲੰਗਰ ਵੀ ਲਾਉਂਦੇ ਨੇ, ਪਾਠ ਵੀ ਕਰਦੇ ਨੇ, ਸ਼ਬਦ ਵੀ ਪੜ੍ਹਦੇ ਨੇ, ਦੀਵਾਨ ਵੀ ਲਾਉਂਦੇ ਨੇ। ਮਹਾਰਾਜ ਦਾ ਪ੍ਰਕਾਸ਼ ਗੁਰੂ ਨਾਨਕ ਜੀ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਥਾਵਾਂ 'ਤੇ ਮਨਾਇਆ ਜਾ ਰਿਹਾ। ਅਗਲੇ ਮਹੀਨੇ ਕੁਛ ਪ੍ਰੇਮੀਆਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਦੇਖੋ ਹਰ ਅੰਗਰੇਜ਼ੀ ਪਹਿਲੀ ਨੂੰ ਖੂਬਿਆ ਨੰਗਲ ਦੁਆਨ ਹੁੰਦਾ, ਬੇਅੰਤ ਸੰਗਤਾਂ ਆਉਂਦੀਆਂ ਬੱਸਾਂ 'ਤੇ, ਟਰੱਕਾਂ 'ਤੇ, ਗੱਡੀਆਂ 'ਤੇ, ਮੋਟਰਾਂ 'ਤੇ। ਉੱਥੇ ਨੇੜੇ ਪਿੰਡ ਹੈ, ਉਸ ਪਿੰਡ ਵਾਲਿਆਂ ਸੇਵਾ ਲਈ ਹੈ 26 ਜਣ ਲੰਗਰ ਵਰਤਾਉਣ ਦੀ, ਪਰ ਫਿਰ ਵੀ ਕਮੀ ਰਹਿ ਜਾਂਦੀ। ਸੰਗਤ ਬਹੁਤ, ਵਿੱਚੋਂ ਬੜੇ ਲਾਉਣੇ ਪੈਂਦੇ ਉਠਾ ਕੇ, ਚਲੋ ਜਾਓ ਲੰਗਰ 'ਚ ਲੱਗੋ। ਜਦੋਂ ਭੋਗ ਪੈਂਦਾ 80 ਜਣੇ ਪ੍ਰਸ਼ਾਦ ਵੰਡਣ ਲੱਗ ਜਾਂਦੇ ਨੇ। ਤੁਹਾਨੂੰ ਪਤਾ ਹੀ ਹੈ ਜਿਹੜੇ ਜਾਂਦੇ ਨੇ ਬਹੁਤ, ਹਜ਼ਾਰਾਂ ਹੀ ਸੰਗਤ ਹੋਈ ਇੱਥੇ। ਮੈਂ ਕਿਹਾ ਤੁਸੀਂ ਵੀ ਨਾਂ ਲਿਖਾ ਦਿਓ ਥੋੜ੍ਹੇ ਜਿਹੇ, 15-20-25-30 ਜਿੰਨੇ। ਇੱਥੋਂ ਨਜੀਬਾ ਬਾਦੋਂ ਆਉਂਦੇ ਰੇਲ ਜਾਂਦੀ ਰਾਤ 1 ਵਜੇ, ਅਤੇ ਬਿਲਾਸਪੁਰ ਸਟੇਸ਼ਨ 'ਤੇ ਪਹੁੰਚ ਜਾਂਦੀ ਸਵੇਰੇ 5 ਵਜੇ। ਉੱਥੋਂ ਗੁਰਦੁਆਰਾ ਸਾਹਿਬ ਦੀਆਂ ਗੱਡੀਆਂ ਲਿਆ ਆਉਣ ਕਰਨੀਆਂ, ਨਾਲੇ ਕਿਸੇ ਅੰਬਰ ਛਕਣਾ ਹੁੰਦਾ, ਕਦੀ 1, ਕਦੀ 2, ਕਦੀ 4, ਉਹ ਲਿਆਇਆ ਕਰੋ। ਦੂਰੋਂ ਦੂਰੋਂ ਸੰਗਤ ਲਿਆਉਂਦੀ ਅੰਬਰ ਛਕਣ ਵਾਲੇ, ਕਦੀ 50, ਕਦੀ 200, ਕਦੀ 250, ਕਦੀ 300, ਪਹਿਲੀ ਨੂੰ ਵੀ ਛਕਾਇਆ ਜਾਂਦਾ। ਅਤੇ ਜਿੱਥੇ ਜਿੱਥੇ ਦੀਵਾਰ ਹੁੰਦੇ, 5 ਪਿਆਰੇ ਲੱਗੇ ਹੀ ਨੇ ਦਿਨ ਰਾਤ, ਕਈ ਵਾਰੀ 3-3 ਵਾਰੀ ਛਕਾਉਂਦੇ ਦਿਹਾੜੀ ਦਾ। ਥੋੜ੍ਹੇ ਸਾਲਾਂ 'ਚ ਗੱਡੀ ਘੱਸ ਗਈ, ਹੁਣ ਨਵੀਂ ਲੈ ਲਈ। ਧੰਨ ਨੇ ਵਿਚਾਰੇ ਘਰਦਿਆਂ ਦੇ ਕੰਮ ਛੱਡੇ ਨੇ, ਘਰਦੇ ਚੱਲ ਸੋਚਾ। ਮੈਂ ਉਹਨਾਂ ਨੂੰ ਸਾਲ ਬਾਅਦ ਪੁੱਛਣਾ, ਦੱਸਦੇ 15-20 ਹਜ਼ਾਰ ਦੀ ਐਵਰੇਜ ਹੈ 1 ਸਾਲ ਦੀ ਅੰਬਰ ਛਕਣ ਦੀ, ਪੰਜਾਬ ਵਾਲੇ ਵਿੱਚ ਹੀ ਪਾ ਕੇ। ਨਵੰਬਰ ਦਾ ਮਹੀਨਾ ਪੰਜਾਬ ਹੈ, 6, 7, 8, 9, 10 ਨਵੰਬਰ ਕਾਨੂੰਵਾਲ, 11 ਅਤੇ 12 ਪਾਰੋਵਾਲ, 13 ਦਾ ਜਾਂਗਲੇ, 14, 15, 16, 17, 18 ਸਵਦੀ ਕਲਾ, ਕਈ ਕਈ ਪਿੰਡ ਇਕੱਠੇ ਹੋ ਕੇ ਰੱਖ ਦਿੰਦੇ। ਆ ਗਵਾਲੀਅਰ ਦੀਵਾਨ ਹੋਈ ਸੀ, ਫੌਜੀਆਂ ਨੇ ਲੈ ਲਿਆ।
ਮੈਂ ਇੱਕ ਫੌਜੀ ਨੂੰ ਪੁੱਛਿਆ, ਮੈਂ ਕਿਹਾ ਮੈਂ ਦੇਖ ਰਿਹਾ ਕੋਈ ਕਿਸੇ ਨਾਲ ਬੋਲਦਾ ਹੀ ਨਹੀਂ ਹੈ, ਕੰਮ ਕਰਦੇ ਜਿਵੇਂ ਬਿਜਲੀ ਕਰਦੀ ਹੈ, ਕੋਈ ਜਲ ਰਿਹਾ ਰਿਹਾ ਮਹਾਰਾਜ ਸਰੂਪ, ਕੋਈ ਪ੍ਰਸ਼ਾਦ, ਕੋਈ ਲੰਗਰ। ਕਹਿੰਦੇ ਅਸੀਂ ਮੀਟਿੰਗ ਕਰਕੇ ਡਿਊਟੀਆਂ ਪਹਿਲਾਂ ਬਣ ਦਿੰਦੀਆਂ, PAC ਵਾਲਿਆਂ ਲੈ ਲਏ, ਉਹ ਬੜੇ ਮਿਲੇ, ਉਹਨਾਂ ਦਾ ਵੀ ਇੱਡਾ ਇੰਤਜ਼ਾਮ, ਕੋਈ ਕਿਸੇ ਨੂੰ ਨਹੀਂ ਕਹਿ ਰਿਹਾ ਤੂੰ ਪ੍ਰਸ਼ਾਦ ਬਤਾ, ਕੋਈ ਕਿਸੇ ਨੂੰ ਨਹੀਂ ਕਹਿ ਰਿਹਾ ਤੂੰ ਆਹ ਕੰਮ ਕਰ, ਪਹਿਲਾਂ ਹੀ ਲਿਖਤਾਂ ਬਣਾਈਆਂ ਹੋਈਆਂ ਇਕੱਠੇ ਹੋ ਕੇ। ਫੌਜੀਆਂ ਦਾ ਬੜਾ ਹਿਸਾਬ ਤਾਂ ਫਿੱਟ ਹੁੰਦਾ, ਇੰਤਜ਼ਾਮ ਵੇਖੋ, ਉੱਠੋ ਆਏ ਪ੍ਰਸ਼ਾਦ ਵਰਤਾਓ, ਫਿਰ ਲਓ ਉਸ ਮਿੰਟਾਂ ਗੱਡੀ ਲਿਆਓ, ਮਹਾਰਾਜ ਸਰੂਪ ਜਾਣਾ ਹੋ, ਗਿਆਨ ਸਿੰਘ ਕਿੱਥੇ ਹੋ, ਧਿਆਨ ਸਿੰਘ ਸ਼ਹਿਰ ਲੈ ਗਏ, ਮੱਖਣ ਸਿੰਘ ਦੀ ਸੱਦ ਲਓ, ਉਹ ਪੈਂਚਰ ਹੋ ਗਈ, ਦਿਆਲਾ ਸਿੰਘ ਨੂੰ ਕਹੋ ਤੁਸੀਂ ਗੱਡੀ। ਇਸ ਤਰ੍ਹਾਂ ਹੁੰਦਾ, ਮੈਂ ਕਈ ਥਾਂ 'ਤੇ ਦੇਖਿਆ ਗੱਡੀ ਹੀ ਨਹੀਂ ਲੱਭਦੀ, ਜਾਲੀ ਨਹੀਂ ਛੇਤੀ ਲੱਭਦਾ, ਉਹ ਇੱਥੇ ਜੱਗ ਰੱਖਿਆ ਸੀ, ਉਹ ਉੱਧਰ ਪਿਆ ਸੀ, ਬਥੇਰੀ ਦੁਨੀਆ ਫਿਰੀ, ਬਥੇਰਾ ਕੁਛ ਸੁਣੀਦਾ। ਇੰਨਾ ਵਧੀਆ ਸਿਸਟਮ ਮੈਂ ਫੌਜੀਆਂ ਦਾ ਦੇਖਿਆ, ਗਵਾਲੀਅਰ ਫੌਜ ਵਾਲਿਆਂ ਦੀਵਾਨ ਲਾਏ, ਐਂ ਚੱਲੀ ਜਾਂਦੇ ਨੇ ਜਿਵੇਂ ਕਿਤੇ ਬਿਜਲੀ ਦਾ ਬਟਨ ਦੱਬਿਆ ਹੁੰਦਾ। ਮੈਂ ਹੈਰਾਨ, ਮੈਂ ਕਿਹਾ ਤੁਸੀਂ ਕਹਿੰਦੇ ਦੇਖੋ ਜੀ ਭਾਅ ਜੀ, ਅਸੀਂ ਨਾ 60-70 ਜਣੇ ਇਕੱਠੇ ਮੀਟਿੰਗ ਕੀਤੀ, ਇੱਕ ਇੱਕ ਕੰਮ ਕਾਪੀ 'ਤੇ ਲਿਖ ਲਿਆ, ਆ ਤੇਰੇ ਜਿੰਮੇ, ਆ ਤੇਰੇ ਜਿੰਮੇ, ਆ ਤੇਰੇ ਜਿੰਮੇ। PAC ਵਾਲਿਆਂ ਦੀਵਾਨ ਲੈ ਲਏ, ਉਹਨਾਂ ਵੀ ਇਸੇ ਤਰ੍ਹਾਂ ਹੀ। ਫਿਰ ਉਹਨਾਂ ਵੱਲੋਂ ਦੇਖਦੇ ਕਿ ਸੰਗਤਾਂ ਨੇ ਇੰਨੀ ਟ੍ਰੇਨਿੰਗ, ਕੋਈ ਕਿਸੇ ਨੂੰ ਕੁਛ ਕਹਿ ਹੀ ਨਹੀਂ ਰਿਹਾ, ਸਾਰੇ ਕੰਮ ਆਪਣੇ ਆਪ ਕਰੀ ਜਾਂਦੇ। ਨਹੀਂ ਤਾਂ ਕਈ ਥਾਵਾਂ ਤੁਸੀਂ ਵੇਖੋ ਲੰਗਰ ਵਰਤਾਉਂਦੇ ਨਾ, 20 ਜਾਣੇ ਤੋਂ 20 ਦਾਲ ਹੀ ਲੈ ਕੇ ਭੱਜੀ ਜਾਣਗੇ, ਪੁੱਛੋ ਵੀ ਪ੍ਰਸ਼ਾਦੇ ਚੁੱਪ। ਉਹ ਫਿਰ ਸਲਾਹ ਕਰਦੇ, ਆਉਣਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਨਾਉਣੀ ਹੈ 25 ਅਤੇ 26 ਫਰਵਰੀ, ਹਰ ਦਿੱਲੀਓ ਜਾਂਦੀ ਸੜਕ ਸਿੱਧੀ ਨਖਲੋਗ ਨੂੰ, ਮਹਿਕਲਗੰਜ ਦੇ ਉਰਲੇ ਪਾਸੇ ਬਾਈਪਾਸ ਹੈ, ਉੱਥੋਂ 1 ਕਿਲੋਮੀਟਰ ਜਾਣਾ ਅਤੇ 1 ਕਿਲੋਮੀਟਰ ਲੈਂਦੇ ਨੂੰ ਸਿਮਰਾ ਨਾਰਾਇਣ ਪਿੰਡ ਹੈ, ਉੱਥੇ 9 ਏਕੜ ਜ਼ਮੀਨ ਲਈ, ਟਿੱਬੇ ਜਿਹੀ ਸਵਾਰੀ ਹੋ ਗਈ, ਬੋਰਿੰਗ ਵੀ ਲੱਗ ਗਿਆ, ਸਤੰਬਰ 'ਚ ਬੜੀ ਤਿਆਰੀ ਹੋ ਗਈ, ਹੁਣ ਚਾਨਣੀਆਂ ਵੀ ਉਹ ਸਾਰਾ ਕੁਝ ਹੋ ਗਿਆ। ਉੱਥੇ 3 ਫਰਵਰੀ ਦੀ ਮੀਟਿੰਗ ਹੈ, ਸਾਰੇ ਕੰਮ ਸੰਗਤਾਂ ਨੇ ਵੰਡ ਵੀ ਲਏ, ਮੈਂ ਆਹ ਕਰਨਾ, ਕਿਸੇ ਨੂੰ ਕਿਸੇ ਨੇ ਚੁੱਪ ਕਰਕੇ ਚੱਲੀ ਜਾਣ ਫੌਜੀਆਂ ਵਾਂਗੂ। ਇਹ ਸਾਰੇ ਕੰਮ ਸਲਾਵਾਂ ਨਾਲ ਹੁੰਦੇ, ਨਹੀਂ ਤਾਂ ਕਈ ਥਾਂ ਦੇਖਿਆ ਜੇ ਪ੍ਰਸ਼ਾਦੇ, ਸਾਰੇ ਪ੍ਰਸ਼ਾਦੇ ਚੁੱਕੀ ਜਾਣਗੇ। ਉੱਪਰ ਭਾਈ ਜੇ 30 ਜਾਣੇ ਨੇ, 5 ਜਣੇ ਪ੍ਰਸ਼ਾਦੇ ਚੁੱਕੋ, 5 ਦਾਲਾਂ ਚੁੱਕੋ, 2 ਜਣੇ ਡਿੱਗੇ ਭੋਰੇ ਚੁੱਕੋ, ਇੱਕ ਇੱਕ ਡਿਊਟੀ ਵੰਡੀ ਜਾਂਦੀ, ਫਿਰ ਬਹੁਤ ਵਧੀਆ। ਨਹੀਂ ਤਾਂ ਵੇਖੋ ਇੱਕੋ ਹੀ ਚੀਜ਼ ਚੁੱਕੀ ਜਾਣਗੇ। ਇੰਨੇ ਢੰਗ ਨਾਲ ਸੰਗਤਾਂ ਸੇਵਾ ਕਰਦੀਆਂ, ਬੜੇ ਥਾਵਾਂ 'ਤੇ ਦੇਖੀਆਂ, ਕਿਸੇ ਨੂੰ ਕੋਈ ਕੁਛ ਨਹੀਂ ਕਹਿ ਰਿਹਾ, ਬੜੇ ਪ੍ਰੇਮ ਨਾਲ ਬੋਲਦੇ ਨੇ ਸੇਵਾਦਾਰ, ਆਓ ਜੀ ਬੈਠੋ ਜੀ, ਕੀ ਪਤਾ ਕੋਈ ਘਰੋਂ ਇਹੋ ਜਿਹਾ ਹੀ ਆਇਆ ਹੁੰਦਾ, ਉਹਨੂੰ ਸਮਝਾ ਦਿੰਦੇ, ਨਹੀਂ ਇਸ ਤਰ੍ਹਾਂ ਬੜੀ ਸ਼ਾਂਤੀ ਨਾਲ ਸੇਵਾ ਨਹੀਂ ਮਿਲਦੀ, ਬਾਕੀ ਸਭ ਕੁਛ ਮਿਲ ਜਾਂਦਾ। ਇਹ ਤਾਂ ਕਿਤੇ ਮਹਾਰਾਜ ਕਿਰਪਾ ਹੀ ਕਰਨ ਅਤੇ ਸੇਵਾ ਗੁਰੂ ਘਰ ਦੀ ਮਿਲੇ ਨਹੀਂ, ਤਾਂ ਦੁਨੀਆਂ ਹਸਪਤਾਲਾਂ 'ਚ ਪਈ ਤੜਫਦੀ, ਕੋਈ ਜੇਲ੍ਹਾਂ 'ਚ ਰੋਈ ਜਾਂਦੇ ਨੇ, ਵਾਹਿਗੁਰੂ ਜਾਣੇ ਕਿੱਥੇ ਕਿੱਥੇ ਦੁੱਖ ਮਿਲ ਰਹੇ ਨੇ, ਪਤਾ ਹੀ ਨਹੀਂ। ਪਰ ਸੇਵਾ ਵਿੱਚ ਨਿਭ ਜਾਏ ਇਹਦੇ ਜਿੰਨੀ ਚੰਗੀ ਗੱਲ ਹੀ ਕੋਈ ਨਹੀਂ। ਮੈਂ ਕਿਹਾ ਤੁਸੀਂ ਦੇਖੋ ਇੱਥੇ 30-31 ਸਾਲ ਹੋ ਚੱਲੇ ਨੇ, ਤੁਸੀਂ ਭਾਈ ਹੱਥ ਵਟਾਇਆ ਕਰੋ, ਉੱਥੇ ਤੁਹਾਡਾ ਹੀ ਹੈ, ਮੈਂ ਕਿਹੜਾ ਕੁਛ ਨਾਲ ਲੈ ਜਾਣਾ, ਮੈਂ ਤਾਂ ਵਿਹਲੜ ਬੰਦਾ, ਤੁਸੀਂ ਗੁਰਦੁਆਰਾ ਬਣਾਇਆ ਅਤੇ ਮੈਂ ਕਿਹਾ ਜੇ ਤਾਂ ਤੁਸੀਂ 1-3 ਦੀਵਾਨ ਸੁਣਨਾ ਫਿਰ ਤਾਂ ਲੰਗਰ 'ਚ ਸੇਵਾ ਕਰੋ, ਜੇ ਸਾਰੀ ਦਿਹਾੜੀ ਤਾਂ ਫਿਰ ਗੇਟਾਂ 'ਤੇ ਲਾ ਦਿੰਦੇ, 25-26 ਜਾਣੇ ਉੱਥੇ ਲੱਗੇ ਹੁੰਦੇ ਨੇ। ਕਹਿੰਦੇ ਲੰਗਰ 'ਚ ਠੀਕ ਹੈ, ਉਹ ਨਾ ਇੱਥੋਂ ਦੇ ਭਾਈ ਲਿਖੀ ਜਾਂਦੇ, ਹੋਰ ਵੀ ਜਿੰਨਾ ਲਿਖਾਉਣੇ, ਰੇਲ ਗੱਡੀ 'ਤੇ ਆ ਜਾਓ, ਅੱਜ ਕੱਲ੍ਹ ਧੁੰਦ ਜਿਹੀ ਬੜੀ ਆ, ਠੰਡ ਠੁੰਡ ਜਿਹੀ, ਫਿਰ ਉੱਥੇ 1 ਜਣੇ ਨੂੰ ਅਸੀਂ ਕੰਮ ਸਮਝਾ ਦਾਂਗੇ ਵੀ ਕੋਈ ਪ੍ਰਸ਼ਾਦਾ ਥੱਲੇ ਡਿੱਗ ਜੇ, ਉਹ ਚੁੱਕੀਦਾ ਨਹੀਂ ਹੁੰਦਾ, ਉਹ ਦੂਜਾ ਜਣਾ ਚੁੱਕਦਾ, ਜੂਠੇ ਹੱਥ ਨਹੀਂ ਲਾਈ ਦੇ, ਉਹ ਡਿੱਗ ਪਿਆ, ਡਿੱਗ ਪਿਆ ਮਿੱਟੀ 'ਚੋਂ, ਦੂਜਾ ਚੁੱਕੇ, ਇਹਨੇ ਵੀ ਚੁੱਕ ਫਿਰ ਵਿੱਚ ਰੱਖ ਲਿਆ। ਉਹ ਢੰਗ ਤਰੀਕੇ ਹੁੰਦੇ ਨੇ, ਆਹ ਚੀਜ਼ ਇਸ ਤਰ੍ਹਾਂ ਵਰਤਾਉਣੀ ਹੈ, ਇਸ ਤਰ੍ਹਾਂ ਕਰਨੀ ਹੈ ਬੱਚਿਆਂ ਨੇ, ਹੁਣ ਛੋਟਾ ਬੱਚਾ, ਉਹਨੇ ਸਮਝਿਆ ਵੀ 200 ਗ੍ਰਾਮ ਚੌਲ ਛੱਡਣੇ, ਭਰ ਥਾਲਾ ਦਿੰਦੇ ਨੇ, ਉਹ ਫਿਰ ਵਿਚਾਰਾ ਵਿਆਹਣੀਆਂ 'ਚ ਸੁੱਟਦਾ ਫਿਰਦਾ, ਉੱਥੇ ਧੁੰਦਾ ਫਿਰਦਾ, ਉਹਨੂੰ ਉਨੇ ਕੁ ਦਿਓ ਨਿਆਣਾ, ਉਹਨੇ ਇੱਕ ਪ੍ਰਸ਼ਾਦਾ ਸਕਣਾ 7 ਸੁੱਟ ਦਿੰਦੇ ਨੇ। ਇਹ ਹਰ ਗੱਲ ਲਾਂਗਰੀ ਇੰਨੇ ਸਿਆਣੇ ਹੁੰਦੇ ਨੇ ਕਿ ਇੰਨੇ ਸੱਚੇ ਢੰਗ ਨਾਲ ਲੰਗਰ ਵਰਤਾਉਂਦੇ ਨੇ ਕਿ ਸੁੱਟਣਾ ਵੀ ਨਾ ਪਏ, ਕੋਈ ਭੁੱਖਾ ਵੀ ਨਾ ਰਹੇ, ਅਤੇ ਵੀ ਫੇਰੇ ਮਾਰਦੇ ਨੇ। ਹੋਰ ਵਾਹਿਗੁਰੂ ਪ੍ਰਸ਼ਾਦਾ, ਹੋਰ ਦੱਸੋ ਜੀ, ਹੋਰ ਕਿਵੇਂ ਹੈ ਜੀ, ਨਹੀਂ ਤਾਂ ਆਮ ਇੱਕੋ ਹੀ ਚੀਜ਼ ਚੁੱਕੀ ਜਾਣਗੇ ਸਾਰੇ, ਦੂਜਾ ਵਹਿੰਦਾ ਰਹਿੰਦਾ ਵੀ ਚਲੋ ਜਦੋਂ ਭਾਗਾਂ 'ਚ ਹੋਏਗੀ ਮਿਲ ਹੀ ਜਾਏਗੀ ਆਪਾਂ ਨੂੰ ਭਾਈ। ਇਹ ਸਾਰੇ ਫਿਰ ਸਲਾਹ ਵਾਲੇ ਕੰਮ ਹੁੰਦੇ ਨੇ, ਜਿੰਨਾ ਜਿੰਨਾ ਜਾਣਾ ਭਾਈ, ਬਹੁਤ ਧੰਨਵਾਦ।
तुहाडे दर्शन करन साल बाद आ जी दा टाइम बहुत घट है चल सो चल है दिन रात दिन किते रात किते गड्डियां च मोटरां च रेलां च इंग्लैंड तो छे जने आए सी ओ कहिंदे तीन क महीने कहिंदे आउण जाण दी टिकट भी जे भी वो भी मैं भाई साहब टाइम ही नहीं इत्थे ठीक है उत्थे गए सी इंग्लैंड च रेडियो स्टेशन च तीन घंटे लाए 42 देशां च रेले किया उन्हें 42 देश बहुत वजे भी कई बार कैसट जी ला छड़ते हैं तो इस तरह उत्थे चलो दी उत्थे बथेरे आते मैं जी किसी होर नूं लै जाओ बथेरे ने मैं अठां देशों च गया वो जिनी माया ला ढेर देंदे डालरां दे बाद विच लॉसमेंट करनी पाई इत्थे लंगर च पा दो मैं इंडिया तुहाडे पैसे नहीं खड़ने ना मैं तुहाडे पैसे लैण आया इंडिया च घटा कितने गुरु साहब का काम आपे चलाई जाते हैं वो कहते ठीक है जी इस करके फिर ज़्यादा चिट्ठियाँ घलते ने भी इतने आओ इतने आओ मैं टाइम ही नहीं है यूपी सुधर जे थोड़ी है कितने जिले के जिले कई योजे इलाके ने चुप्पी भली शराबा चलन रही ने गल होर ने हालांकि दो तीन जथे होर भी चलाए ने भी जाओ जिथे कोई नहीं जाता उ भी जाओ दसो कितने कितने नगुरे तो संगत थोड़ा जहा साथ देवे ताए धर्म प्रचार होंगे कल किसी के वस्ता नहीं है इस करके जोड़ मेले होंगे ने जिमें कौन बानी ने रखिया दुआली की गल चल गई गुरु हरगोबिंद महाराज का इतिहास सुनिया भी इस तरह हो सुनिया ही पता लगेगा एक मैं पुछता भी थोड़े तो ढाडिया च फर्क की मैं भरावा ये भी सुन लें आप कहने गुरु हरगोबिंद महाराज ने शाम के टाइम दिन डुबण वाला सी ते कृपान मारी चंदू दे मुंडे दे सिर च करम चंद दे सीधी जमीन च धस गई थां मारिया वो कहिंदे ने छेवें मारे ने कृपान नूं पाया हथ सर करके खिंची पता नहीं कित्थों खड़ा के ना आ गया कृपान च मैं आ ही फड़के होर इतिहास ते उही है भाई वो खिंची इउं करके जदों मारी ठर करके थले लंघ गई जिवें अजकल मशीनां नहीं चलदियां मैं आज फरके हो इतिहास से ओह ही है जरा असि चलाने ही है बस आ ही है आप कहने वो चंदू का चंदू दुष्ट दे मुंडे करम चंद के सिर च गुरु हरगोबिंद महाराज कृपाल शाम के वक्त धस गई सात संग धरती च वट के पासे किया कड़न लगे इना खड़ा कर देंगे ने संगत खुश हो जी वाह भाई वाह वह घर जाके खिंचते ने साड़ी नहीं सर कर दी असी भी खिंचीए भला कि खड़ा दी तो चुप करके निकल आ फिर कहते भाई गल बनाई जाती भी कृपान साढ़े को भी है वेंदे ने घर न्याणे खिंचते कहते बेबे वो जरा बापू ढाडी आंदा सी सर साड़ी कृपान सर क्यों नहीं करती वह खिच खिच वेंदे न्याणे वो सर कर दी नहीं वो किवें बच्चे समझाउणे कहते बेटा वो इंजी आंदे होंदे ने वो इस तरह ही आंदे होंदे ने आ ही फर्क है होर दसो किहड़ा इतिहास ते ओ ही रहना ने हुण समां वी हो गया असीं वी जाणा महाराज तुहानूं वी तंदरुस्तियां बख्शण साल बाद उपराला करिया करो हुम हमा के सारे थोड़ा थोड़ा हिस्सा पाइए बहुत पै जांदा ये बड़ा चंगा उपराला है अमृत छकना गुरु घर जोड़ मेले गुरुआं दे गुरपुरब मनाउणे इश्तिहारां विच जिहड़े मर्जी गुरु महाराज का नाम लिख दिया करो वह जी कथा हो जे करेगी कोई गल नहीं जब आपां ऐतकां रखना जां खुला लिखता गुरमत समागम बस जिहड़ी मर्जी कथा होणी ते गुरु दी ही ना इस करके सो मेरी बेनती है जिन्होंने ना लिखाने बाद लॉसमेंट होगी लिखा देने हूँ कोई रसना खाली ना रहे भाई साहब आनंद साहब का पाठ कर लैन तन है तन है तन है जी गुरु नानक साहेब जी तन है तन है तन है गुरु नानक साहेब जी तन है 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 गुरु अंगद साहेब जी तन है अमृतदास साहेब तन है तन है तन है गुरु अमरदास साहेब तन है तन है तन है तन है
गुरु रामदास सब तन 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 है तन है तन है गुरु अर्जुन देव सब तन है तन है तन है तन है तन है गुरु हर गोविंद सब तन है तन है तन है तन है श्री हरि राज सब तन है तन है तन है तन है गुरु श्री हरि सब तन है तन है तन है गुरु श्री हरि कृष्ण सब तन है तन है तन है तन है गुरु श्री हरि कृष्ण सब तन है 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 गुरु तेग बहादुर सब तन है तन है तन है गोविंद सिंह सब तन है तन है तन है तन है गुरु गोविंद सिंह सब तन है तन है तन है तन है ग्रंथ साहिब जी तन है तन है तन है तन है गुरु ग्रंथ साहिब जी तन है तन है वाहेगुरु तन है पंथ काल तन है तन है वाहेगुरु तन है तेरा पंथ काल तन है तन है वाहेगुरु तन है तेरी साध संगत जी तन है वाहेगुरु तन है तेरी साध संगत जी तन सतनाम श्री वाहेगुरु बोल वाहेगुरु वाहेगुरु बोल सतनाम श्री वाहेगुरु बोल वाहेगुरु 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 बोल वाहेगुरु बोल कदे नाम बोल सतनाम श्री वाहेगुरु बोल वाहेगुरु बोल कदे नाडो सतनाम श्री वाहेगुरु बोल वाहेगुरु जी का खालसा वाहेगुरु जी की फतेह जी बोलो वाहेगुरु जी का